ਅਮਨ ਪੁੱਤ, ਅਮਨ। ਹਾਂ ਬਾਪੂ। ਚਾਹ ਲਿਆ ਪੁੱਤ। ਆ ਗਈ ਬਾਪੂ, ਆ ਗਈ। ਚਾਹ ਪੀ ਕੇ ਕੰਮ ਤੇ ਜਾਂਦਾ, ਖੇਤ ਖੂਤ ਗੇੜਾ ਮਾਰ ਕੇ। ਲਓ ਬਾਪੂ, ਬਹਿ ਜਾ ਪੁੱਤ। ਬੈਠੀ ਬਾਪੂ, ਕੋਈ ਨਾ। ਕੰਮ ਕੁੰਮ ਨਵੇੜ ਲਿਆ ਪੁੱਤ? ਹਾਂ ਬਾਪੂ, ਕੰਮ ਤਾਂ ਮੈਂ ਨਵੇੜਤੇ। ਮੈਂ ਖੇਤ ਜਾ ਕੇ ਆਉਣਾ ਪੁੱਤ। ਅੱਛਾ, ਕੋਈ ਨਾ ਬਾਪੂ, ਜਾਇਆ। ਮੈਂ ਬਸ ਜਾਂਦੀ ਸੀ ਕੰਮ ਕਰਨ। ਹਾਂ, ਮੈਂ ਤੈਨੂੰ ਐ ਕਹਿੰਦੀ ਪੁੱਤ ਵੀ ਤੂੰ 1000 ਰੁਪਇਆ ਪੁੱਛ ਲੈ ਜੇ, ਘਰ ਦਾ ਸੌਦਾ ਪੱਤਾ ਲੈ ਆਵਾਂਗੇ, ਮੁੱਕਿਆ ਪਿਆ ਸਾਰਾ। ਹਾਂ ਬਾਪੂ, ਆਪਣੇ ਸੌਦੇ ਤਾਂ ਸਾਰੇ ਖਤਮ ਹੋ ਰਿਹਾ। ਮੈਂ ਤਾਂ ਸਗੋਂ ਰਾਤ ਅੱਖਾਂ ਦੀ ਗਵਾਂਢੀਆਂ ਤੋਂ ਲੈ ਕੇ ਆਈ। ਨਾਲੇ ਮੈਨੂੰ ਅੱਖਾਂ ਖੰਗ ਜੂ ਰਹੀ ਆ ਪੁੱਤ, ਮੈਂ ਦਵਾਈ ਲੈ ਆਊਂਗਾ। ਹੋਰ ਬਾਪੂ, ਤੇਰੇ ਖੰਗ ਨੂੰ ਵੀ ਕਿੰਨੇ ਦਿਨ ਹੋ ਗਏ, ਠੀਕ ਹੀ ਨਹੀਂ ਹੋਏ ਤੁਸੀਂ ਤਾਂ। ਕੋਈ ਨਾ ਬਾਪੂ, ਮੈਂ ਪੁੱਛ ਲੂੰਗੀ ਇੱਕ ਵਾਰੀ, ਕਹਿ ਕੇ ਦੇਖ ਲੂੰਗੀ। ਇੱਕ ਤਾਂ ਨਾ ਉਹ ਐਂ ਕਹਿਣ ਲੱਗ ਜਾਂਦੇ ਨੇ ਵੀ ਤੁਸੀਂ ਪਹਿਲਾਂ ਫੜ ਕੇ ਲੈ ਗਏ ਐਡਵਾਂਸ ਪੈਸੇ। ਫਿਰ ਆਪਣੀ ਵੀ ਮਜਬੂਰੀ ਆ ਪੁੱਤ, ਕੀ ਕਰੀਏ ਹੁਣ। ਕਿੱਲੇ ਆ ਆਪਣੇ ਕੋਲ, 1 ਕਿੱਲਾ ਵਾਹਣ ਦਾ ਹੈ। ਕਣਕ ਹੈ ਉਹ ਵੀ ਨਰਮੇ ਹੈਗੀ, ਕੋਈ ਨਾ ਤਾਂ ਬਾਣੀਆਂ ਵੀ ਨਹੀਂ ਦਿੰਦਾ ਇੰਨੇ ਪੈਸੇ, ਆਪਾਂ ਬਾਣੀ ਤੋਂ ਨਹੀਂ ਫੜ ਸਕਦੇ ਕਿ ਉਹ ਤਾਂ ਰੇਹ ਸਪਰੇ ਹੀ ਆਉਂਦੀ ਹੈ ਉਹਦੇ ਨਾਲ ਤਾਂ। ਹਾਂ ਬਾਪੂ, ਚੱਲ ਕੋਈ ਨਾ ਬਾਪੂ, ਮੈਂ ਜਾਂਦੀ ਇੱਕ ਵਾਰੀ ਗੱਲ ਕਰਕੇ ਦੇਖੂੰਗੀ, ਜੇ ਦੇਤੇ ਤਾਂ ਪੈਸੇ। ਨਾ ਉਹਨਾਂ ਨੂੰ ਦੱਸਦੀ ਨਾ ਵੀ ਮਜਬੂਰੀ ਆ ਸਾਡੀ, ਭਾਈ ਘਰ ਦਾ ਸੌਦਾ ਪੱਤਾ ਲੈਣਾ, ਨਾਲੇ ਬਾਪੂ ਦੀ ਦਵਾਈ ਲਿਆਉਣੀ ਹੈਗੀ। ਬਾਪੂ ਸੌਦਾ ਪੱਤਾ ਆ ਜਾਊਗਾ, ਪਹਿਲਾਂ ਤੁਸੀਂ ਦਵਾਈ ਲੈ ਕੇ ਆਓ, ਪਤਾ ਕਰਦੇ ਅੱਜ ਜਾ ਕੇ। ਹੋਰ ਖੰਗ ਬਹੁਤ ਹੋ ਗਈ ਪੁੱਤ। ਠੀਕ ਆ ਬਾਪੂ, ਤੁਸੀਂ ਫਿਰ ਬਾਪੂ ਨਾ ਜਾਇਓ ਕੰਮ ਤੇ। ਨਾ ਪੁੱਤ, ਕੰਮ ਤੇ ਤਾਂ ਜਾਣਾ ਹੀ ਪਊਗਾ, ਕੰਮ ਤੇ ਜਾਏ ਬਿਨਾਂ ਕਿੱਥੇ ਸਰਦਾ ਗਾ। ਜੇ ਜਾਵਾਂਗੇ ਫੇਰ 1000 ਰੁਪਏ ਆਉਣਗੇ, ਪਹਿਲੀ ਆਪਣੇ ਘਰ ਦੀ ਪੀਸ਼ਨ, ਤੈਨੂੰ ਪਤਾ ਇੰਨੀ ਤੰਗ ਆਪਾਂ। ਬਾਪੂ ਜਾ ਦੇ ਨਾ, ਬਿਮਾਰ ਹੋ ਜਾਓ, ਖੰਗ ਤਾਂ ਦੇਖ ਲੈ ਹਫਤਾ ਹੋ ਗਿਆ ਸਾਨੂੰ ਖੰਗ ਹੋਈ ਨੂੰ। ਹੋਰ ਪੁੱਤ, ਇਹ ਤਾਂ ਦੇਖਣਾ ਹੀ ਪਊਗਾ, ਦਵਾਈ ਲਿਆਉਣੀ ਪਊ। ਚੱਲ ਕੋਈ ਨਾ ਬਾਪੂ, ਮੈਂ ਇਸ ਬਿਮਾਰੀ ਨੇ ਤਾਂ ਪਹਿਲਾਂ ਛੋਟਾ ਖਾ ਲਿਆ, ਤੇਰੇ ਵੱਡਾ ਮੁੰਡਾ, ਛੋਟਾ ਮੁੰਡਾ ਪਹਿਲਾਂ ਹੋ ਗਿਆ, ਤੇ ਹੁਣ ਸਿਹਤ ਡਾਊਨ ਰਹਿੰਦੀ ਹੈ, ਕੀ ਕਰਾਂ। ਕੰਮ ਕਰੇ ਬਿਨਾਂ ਵੀ ਨਹੀਂ ਸਰਦਾ ਹੈਗਾ। ਉਹ ਤਾਂ ਹੈਗਾ ਬਾਪੂ, ਬਸ ਪਤਾ ਨਹੀਂ ਕੀ ਮਾੜੇ ਕਰਮ ਕਰੇ ਸੀਗੇ ਜਿਹੜੀ ਆਪਾਂ ਇੰਨੀ ਗਰੀਬੀ ਦੇਖੀ ਆਪਾਂ। ਚੱਲ ਕੋਈ ਨਾ ਬਾਪੂ, ਤੂੰ ਨਾ ਫਿਕਰ ਕਰਿਆ ਕਰ ਐਵੇਂ ਵਾਧੂ ਦਾ, ਮੈਂ ਹੈਗੀ ਆ ਨਾ, ਮੈਂ ਸਾਰਾ ਲਵਾਈ ਆਨੀ ਆ ਤੁਹਾਨੂੰ। ਫਿਕਰ ਤਾਂ ਹੁੰਦਾ ਹੀ ਆ ਪੁੱਤ, ਕੱਲ ਨੂੰ ਵਿਆਹ ਵੀ ਕਰਨਾ ਤੇਰਾ, ਮਾਂ ਬਾਪ ਨੂੰ ਤਾਂ ਫਿਕਰ ਹੁੰਦਾ ਹੀ ਹੈਗਾ। ਇੱਕ ਰੱਬ ਨੇ ਗਰੀਬੀ ਇੰਨੀ ਦੇਤੀ, ਗਰੀਬ ਬੰਦੇ ਨੂੰ ਤਾਂ ਕੋਈ 2 ਰੁਪਏ ਧਾਰੇ ਵੀ ਨਹੀਂ ਦਿੰਦਾ ਪੁੱਤ। ਸੱਚੀ ਗੱਲ ਆ ਬਾਪੂ, ਕੋਈ ਨਹੀਂ ਦਿੰਦਾ, ਕੋਈ ਨਹੀਂ ਸਾਥ ਦਿੰਦਾ ਹੁੰਦਾ ਗਰੀਬੀ ਚ। ਅਗਲੇ ਨੂੰ ਐ ਹੁੰਦਾ ਵੀ ਇਹ ਮੋੜੂਗਾ ਕਿੱਥੋਂ, ਇਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ, ਕੋਈ ਨੌਕਰੀ ਨਹੀਂ ਹੈਗੀ, ਵੀ 2 ਜਣੇ ਨੇ ਇਹ ਘਰ ਚ, ਵੀ ਇਹ ਕੰਮ ਕਾਰ ਲੋਕਾਂ ਦੇ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ, ਵੀ ਜੇ ਪੈਸੇ ਧਾਰੇ ਸਧਾਰੇ ਤੇ ਮੋੜਨੇ ਵੀ ਔਖੇ ਹੋ ਜਾਣਗੇ। ਬਾਪੂ ਹੋ ਹੀ ਜਾਂਦਾ, ਫਿਰ ਮੋੜੀਏ ਵੀ ਕਿੱਥੋਂ, ਜੇ ਆਪਣੀ ਆਪ ਦੀ ਮਸਾਂ ਪੂਰੀ ਪੈਂਦੀ ਹੈਗੀ, ਜੇ ਵੱਧ ਹੋਣ ਤਾਂ ਆਪਾਂ ਮੋੜ ਵੀ ਦਈਏ। ਚੱਲ ਕੋਈ ਨਾ ਬਾਪੂ, ਮੈਂ ਅੱਜ ਗੱਲ ਕਰਕੇ ਦੇਖਦੀ ਹਾਂ, ਜੇ ਦੇ ਦੇਣਗੇ ਤਾਂ ਪੈਸੇ। ਇਸੇ ਕਰਕੇ ਤਾਂ ਪੁੱਤ ਮੈਂ ਨਹੀਂ ਘਰੇ ਬੈਠਦਾ, ਵੀ ਜੇ ਘਰੇ ਬਹਿ ਗਿਆ 4 ਪੈਸੇ ਜਿਹੜੇ ਹੋਣਗੇ ਉਹ ਵੀ ਬੰਦ ਹੋ ਜਾਣਗੇ, ਵੀ ਚੱਲ ਹੌਲੀ ਹੌਲੀ ਕਰੀ ਜਾਂਦਾ, ਉੱਥੇ ਰਾੜਾ ਬੀੜਾ ਥੋੜੇ ਮੋਟੇ ਪੈਸੇ ਉੱਧਰੋਂ ਆ ਜਾਂਦੇ ਨੇ, ਕੁਛ ਤੇਰੇ ਆ ਜਾਂਦੇ। ਠੀਕ ਆ ਬਾਪੂ, ਚੱਲ ਕੋਈ ਨਾ ਬਾਪੂ, ਮੈਂ ਜਾਂਦੀ ਹਾਂ ਫਿਰ ਕੰਮ ਤੇ। ਚੰਗਾ ਪੁੱਤ, ਦੇਖ ਲਓ ਜੇ ਤੇ ਬਗ ਜਾਓਗੇ ਤਾਂ ਠੀਕ ਆ ਬਾਪੂ, ਨਹੀਂ ਫਿਰ ਤੁਸੀਂ ਆਰਾਮ ਕਰ ਲਓ। ਨਾ ਕੋਈ ਨਹੀਂ, ਮੈਂ ਜਾਣਾ ਪੁੱਤ, ਹੌਲੀ ਹੌਲੀ ਬਗ ਜਾਓ, ਕੋਈ ਗੱਲ ਨਹੀਂ, ਠੀਕ ਹੈ ਤਾਂ ਦਵਾਈ ਲਿਆਉਂਗਾ ਤੂੰ, ਪੈਸੇ ਭਰ ਦੇ ਯਾਦ ਕਰਕੇ। ਚੰਗਾ ਬਾਪੂ, ਫਿਰ ਮੈਂ ਜਾਵਾਂ ਪਹਿਲੀ, ਅੱਜ ਤਾਂ ਲੇਟ ਵਾਲੀ ਹੋ ਗਈ। ਲੈ ਪੁੱਤ ਮਾੜਾ ਮੈਨੂੰ ਖੜਾ ਕਰ ਦੇ। ਹਾਂ ਬਾਪੂ, ਕਰ ਦਿੰਦੇ ਖੜ ਜੇ, ਮੈਂ ਗਲਾਸ ਲੈ ਲਾ। ਬਾਪੂ ਖੜਾ ਹੋ ਜਾ ਆਰਾਮ ਨਾਲ। ਕੋਈ ਨਹੀਂ ਪੁੱਤ, ਤੂੰ ਫਿਕਰ ਨਾ ਕਰਿਆ ਕਰ, ਕੋਈ ਨਾ, ਜੋ ਮਾਲਕ ਕਰੂਗਾ ਭਲੇ ਕਰੂਗਾ। ਚੱਲ ਮੈਂ ਜਾ ਕੇ ਆਉਣੀ ਆ ਫਿਰ। ਨਾ ਮੈਂ ਤਾਂ ਛੇਤੀ ਛੇਤੀ ਜਾਵਾਂ, ਬਾਹਲੀ ਲੇਟ ਹੋ ਗਈ। ਨਾ ਨਾ ਮੈਂ ਲੱਸੀ ਪਵਾ ਲਿਆਉਂਗੀ, ਮੈਂ ਝਾੜੂ ਪੋਚਾ ਕਰਕੇ ਆਵਾਂ। ਬਾਪੂ ਬਾਹਲਾ ਬਿਮਾਰ ਹੋ ਰਿਹਾ, ਨਾਲੇ ਵਿਚਾਰਾ ਦਵਾਈ ਲਿਆਊਗਾ ਆਪਦੀ ਖੰਗ ਦੀ। ਲੈ ਜਾਵਾਂ
ਅੱਜ ਤਾਂ ਸੁੱਖੀ ਗੱਲ ਕਰਨੀ ਪਊਗੀ, ਰੋਜ਼ ਨਹੀਂ ਗੇੜੇ ਮਾਰ ਕੇ ਹਟਾਇਆ ਜਾਂਦਾ। ਉਹ ਖੜ ਜਾਓ, ਐਡੀ ਕਾਹਦੀ ਕਾਹਲੀ ਹੈ ਸੋਹਣਿਓ, ਸਾਨੂੰ ਕਦੇ ਸਾਡੇ ਕਹਿਣੀ ਵੀ ਗੌਰ ਕਰ ਲਿਆ ਕਰੋ। ਕੀ ਕਹੀ ਜਾਂਦੇ ਹੋ, ਮੈਨੂੰ ਤੁਹਾਡੀ ਕੋਈ ਸਮਝ ਨਹੀਂ ਆਉਂਦੀ। ਉਹ ਸਮਝ ਨੂੰ ਕਿਹੜਾ, ਤੂੰ ਨਿਆਣੀ ਆ, ਨਾਲੇ ਥੋੜ੍ਹੇ ਪਿੱਛੇ ਹੋ ਕੇ ਖੜੋ। ਹੁਣ ਤਾਂ ਕੋਠੇ ਜਿੱਡੀ ਹੋਈ ਹੈਗੀ, ਹੁਣ ਤਾਂ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰ। ਕਿੰਨੇ ਸਾਲ ਹੋ ਗਏ ਤੇਰੇ ਪਿੱਛੇ ਗੇੜੇ ਮਾਰਦੇ ਨੂੰ, ਪਰ ਅੱਜ ਇਹ ਆ ਜਾ ਪਿਆ ਗਾ ਵੀ ਚੱਲ ਤੇਰੇ ਨਾਲ ਗੱਲ ਕਰਨਾ। ਨਾ ਸਾਨੂੰ ਸ਼ਰਮ ਨਹੀਂ ਆਉਂਦੀ, ਆ ਕੁੜੀ ਦਾ ਰਾਹ ਰੋਕਿਆ ਤੁਸੀਂ। ਓਏ ਰਾਹ ਰੋਕਣ ਦੀ ਬਸ ਆਦਤ ਜੀ ਪੈ ਗਈ, ਹੁਣ ਸ਼ਰਮ ਨਹੀਂ ਆਉਂਦੀ, ਪਹਿਲਾਂ ਤਾਂ ਆਉਂਦੀ ਸੀ। ਮੇਰੀ ਗੱਲ ਸੁਣੋ, ਇਹ ਨਹੀਂ ਪਤਾ ਕਿ ਮੈਥੋਂ ਕੁਛ ਬੋਲਿਆ ਜਾਵੇ, ਤੁਸੀਂ ਮੇਰਾ ਰਸਤਾ ਛੱਡੋ ਤੇ ਮੈਨੂੰ ਜਾਣ ਦਿਓ, ਮੈਂ ਪਹਿਲੀ ਬਹੁਤ ਲੇਟ ਆਂਗੀ। ਉਹ ਪਰ ਸਾਡੇ ਵਾਸਤੇ ਵੀ ਕਦੇ 5-10 ਮਿੰਟ ਟਾਈਮ ਕੱਢ ਲਿਆ ਕਰੋ। ਨਾ ਕਿਉਂ ਕੱਢਿਆ ਕਰਾਂ, ਜਾਣ ਨਾ ਪਹਿਚਾਣ ਹੈ, ਜਾਣਦੀ ਆ ਮੈਂ ਤੁਹਾਨੂੰ, ਕੌਣ ਹੋ ਤੁਸੀਂ? ਓਏ ਤੇਰੇ ਪਿੰਡ ਦਾ ਹੀ ਮੁੰਡਾ ਗਾ, ਮੈਨੂੰ ਜਾਣਦੀ ਨਹੀਂ, ਨੰਬਰਦਾਰਾਂ ਦਾ ਮੁੰਡਾ ਗਾ ਮੈਂ, ਸਾਰੇ ਪਿੰਡ 'ਚ ਇੱਜ਼ਤ ਆ ਸਾਡੀ। ਅੱਛਾ, ਤਾਂ ਹੀ ਤਾਂ ਇੱਕ ਕੁੜੀ ਦਾ ਰਸਤਾ ਰੋਕੀ ਖੜੇ ਹੋ ਨਾ, ਇਹ ਇੱਜ਼ਤ ਹੁੰਦੀ ਆ ਕੋਈ? ਸ਼ਰਮ ਨਹੀਂ ਆਉਂਦੀ ਤੁਹਾਨੂੰ? ਯਾਰ ਮੇਰੀ ਗੱਲ ਸੁਣ, ਮੈਂ ਤੈਨੂੰ ਪਿਆਰ ਨਾਲ ਸਮਝਾਉਣਾ। ਦੇਖ ਮੈਂ ਤੇਰੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਯਾਰ, ਤੂੰ ਮੈਨੂੰ ਸ਼ਾਇਦ ਨਹੀਂ ਜਾਣਦੀ ਹੋਏਗੀ, ਮੈਂ ਤੈਨੂੰ ਕਾਫੀ ਲੰਮੇ ਟਾਈਮ ਤੋਂ ਜਾਂਦਾ, ਤੇਰੇ ਡੈਡੀ ਨੂੰ ਵੀ ਜਾਣਦਾ ਗਾ, ਉਹਦੀ ਵੀ ਆਪਣੇ ਨਾਲ ਵਧੀਆ ਦਿਹਾੜੀ ਦੱਪੇ ਸਾਡੇ ਆਉਂਦਾ ਰਹਿੰਦਾ ਗਾ, ਪਰ ਤੇਰਾ ਸੁਭਾਅ ਮੈਨੂੰ ਵਧੀਆ ਲੱਗਦਾ, ਮੈਂ ਤੇਰੀ ਸਹੁੰ ਖਾ ਕੇ ਕਹਿਣਾ, ਝੂਠ ਨਹੀਂ ਬੋਲਦਾ। ਅਸਲ ਵਿੱਚ ਮੈਨੂੰ ਤੇਰੇ ਨਾਲ ਪਿਆਰ ਆ ਕਈ ਸਾਲਾਂ ਤੋਂ, ਮੈਂ ਦੱਸ ਨਹੀਂ ਸਕਿਆ। ਹੁਣ ਹਾਂ ਜਾਂ ਨਾ ਕਰਨੀ ਤੇਰੀ ਮਰਜ਼ੀ ਆ, ਪਰ ਮੈਂ ਕਿਸੇ ਵੀ ਤਰ੍ਹਾਂ ਦੀ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਦਾ। ਇੱਕ ਐਂ ਸੀ ਮੈਨੂੰ ਦੱਸਣਾ ਤਾਂ ਪੈਣਾ ਸੀ ਨਾ ਤੈਨੂੰ, ਬਾਕੀ ਸੋਚ ਕੇ ਦੱਸਦੀ, ਕੋਈ ਚੱਕਰ ਨਹੀਂ। ਦੇਖੋ ਐਂ ਨਹੀਂ ਹੈਗਾ ਬਈ ਮੈਂ ਤੇਰੀ ਗਰੀਬੀ ਦਾ ਫਾਇਦਾ ਉਠਾਉਣਾ, ਹੈ ਨਾ, ਮੈਂ ਤੈਨੂੰ ਆਪਣੇ ਘਰੇ ਵਸਾਉਂਗਾ, ਮੈਂ ਤੇਰੇ ਨਾਲ ਟਾਈਮ ਪਾਸ ਨਹੀਂ ਕਰਨਾ ਚਾਹੁੰਦਾ। ਕੁੜੀਆਂ ਤਾਂ ਮੇਰੇ ਨਾਲ ਹੋਰ ਵੀ ਕਾਲਜ 'ਚ ਬਥੇਰੀਆਂ ਪੜ੍ਹਦੀਆਂ ਸੀ, ਮੈਂ ਉਹਨਾਂ 'ਚੋਂ ਕਿਸੇ ਨਾ ਕਿਸੇ ਨਾਲ ਵਿਆਹ ਕਰਾ ਲੈਂਦਾ ਜਾਂ ਕਿਸੇ ਨਾਲ ਰਿਲੇਸ਼ਨ ਬਣਾ ਆਉਂਦਾ, ਪਰ ਮੈਂ ਇਹੋ ਜਿਹਾ ਮੁੰਡਾ ਨਹੀਂ ਹੈਗਾ, ਮੈਂ ਸਾਫ਼ ਸੁਥਰਾ ਅਤੇ ਸੱਚਾ ਸੁੱਚਾ ਮੁੰਡਾ ਗਾ, ਮੈਂ ਦਿਲੋਂ ਪਿਆਰ ਕਰਦਾ ਰੂਹ ਦੇ ਨਾਲ। ਮੈਨੂੰ ਉਹ ਕੁੜੀਆਂ 'ਚ ਚੀਜ਼ ਲੱਗੀ ਨਹੀਂ ਜਿਹੜੀ ਸਾਦਗੀ ਅਤੇ ਸੋਹਣਾਪਣ ਅਤੇ ਸ਼ਰੀਫਪੁਣਾ ਤੇਰੇ 'ਚ ਲੱਗਿਆ ਗਾ, ਬਾਕੀ ਕੋਈ ਚੱਕਰ ਨਹੀਂ, ਸੋਚ ਕੇ ਦੱਸਦੀ। ਪਰ ਮੈਂ ਇੱਕ ਗੱਲ ਕਹਿਣਾ, ਇਹਨਾਂ ਗੱਲਾਂ 'ਚ ਕੋਈ ਤੰਤ ਨਹੀਂ ਹੁੰਦਾ, ਬਸ ਨਾਲੇ ਤੁਹਾਡਾ ਅਤੇ ਸਾਡਾ ਕੋਈ ਮੇਲ ਨਹੀਂ, ਬਾਕੀ ਮੈਂ ਬਾਪੂ ਦੀ ਇੱਜ਼ਤ ਨੂੰ ਨਾ ਕੋਈ ਦਾਗ ਨਹੀਂ ਲਾਉਣਾ ਚਾਹੁੰਦੀ। ਮੈਂ ਕਿਹੜਾ ਤੇਰੀ ਬਾਪੂ ਦੀ ਇੱਜ਼ਤ ਨੂੰ ਦਾਗ ਲਾਉਣਾ ਚਾਹੁੰਦਾ ਗਾ, ਮੈਂ ਤਾਂ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ, ਤੈਨੂੰ ਘਰੇ ਹੀ ਵਸਾਊਂਗਾ, ਮੈਂ ਉਹ ਕੰਮ ਨਹੀਂ ਵੀ ਤੈਨੂੰ ਭਜਾ ਕੇ ਲੈ ਜੂੰਗਾ ਜਾਂ ਤੇਰਾ ਜਿਸਮ ਵਰਤ ਕੇ ਤੈਨੂੰ ਛੱਡ ਦੂੰਗਾ, ਉਹ ਗੱਲ ਨਹੀਂ ਹੈਗੀ, ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰੂੰਗਾ। ਮੈਂ ਤੁਹਾਨੂੰ ਕਹੀ ਤਾਂ ਜਾਂਦੀ ਹਾਂ, ਆਪਣਾ ਕੋਈ ਮੇਲ ਨਹੀਂ, ਨਾਲੇ ਕਹਿੰਦੇ ਹੁੰਦੇ ਆ ਨਾ ਕੱਚੇ ਘਰ ਦੀ ਇੱਟ ਕਦੇ ਚਵਾਰੇ ਨੂੰ ਨਹੀਂ ਲੱਗਦੀ ਹੁੰਦੀ, ਕਿੱਥੇ ਤੁਸੀਂ ਤੇ ਕਿੱਥੇ ਅਸੀਂ। ਦੇਖ ਮੇਰੀ ਗੱਲ ਸੁਣ, ਪਹਿਲਾਂ ਤੇਰਾ ਨਾਂ ਦੱਸ ਕੀ ਆ? ਮੇਰਾ ਨਾਂ ਤਾਂ ਅਮਨ ਹੈ। ਅਮਨ ਆ, ਬਹੁਤ ਸੋਹਣਾ ਨਾ, ਮੇਰੀ ਗੱਲ ਸੁਣੋ ਅਮਨ, ਜਿਹੜੀ ਇਹ ਕਹਾਵਤਾਂ ਆ ਗਈਆਂ ਨਾ, ਇਹ ਪੁਰਾਣੇ ਜ਼ਮਾਨੇ 'ਚ ਸੀਗੀਆਂ, ਅੱਜ ਕੱਲ੍ਹ ਇਹ ਕਹਾਵਤਾਂ ਦੀ ਕੋਈ ਥਾਂ ਨਹੀਂ ਹੈਗੀ, ਅੱਜ ਕੱਲ੍ਹ ਦਾ ਗਰੀਬ ਅਮੀਰ 'ਤੇ ਕੋਈ ਫਰਕ ਨਹੀਂ ਹੈਗਾ, ਪਹਿਲਾਂ ਲੋਕ ਕਰਦੇ ਸੀ ਵਹਿਮਾਂ ਭਰਮਾਂ 'ਚ, ਹੈ ਨਾ, ਜਦੋਂ ਰੱਬ ਨੇ ਆਪਾਂ ਸਭ ਨੂੰ ਇੱਕੋ ਜਿਹਾ ਬਣਾਇਆ, ਦੇਖ ਤੈਨੂੰ ਵੀ ਉਹ ਜਿਹਾ ਬਣਾਇਆ, ਮੈਨੂੰ ਵੀ, ਹੈ ਨਾ, ਰੱਬ ਨੇ ਆਪਣੇ ਨਾਲ ਕੋਈ ਭੇਦਭਾਵ ਨਹੀਂ ਕਰਦਾ, ਤਾਂ ਹੀ ਇਨਸਾਨ ਕੌਣ ਹੁੰਦੇ ਨੇ ਇੱਕ ਦੂਜੇ ਨਾਲ, ਗਰੀਬੀ ਅਮੀਰੀ ਜਾਂ ਜਾਤ ਪਾਤ ਧਰਮ ਦੇ ਨਾਂ 'ਤੇ, ਹੈ ਨਾ, ਭੇਦਭਾਵ ਕਰਨ ਵਾਲੇ। ਉਹ ਤਾਂ ਮੈਂ ਤੁਹਾਡੀ ਸਾਰੀ ਗੱਲ ਸਮਝਦੀ ਹਾਂ, ਪਰ ਨਹੀਂ, ਮੈਨੂੰ ਇਹ ਸਭ ਕੁਝ ਠੀਕ ਨਹੀਂ ਲੱਗਦਾ, ਕਿਉਂਕਿ ਮੈਂ ਆਪਦੇ ਬਾਪੂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ, ਜੇ ਇਹ ਗੱਲ ਬਾਪੂ ਨੂੰ ਪਤਾ ਲੱਗੂਗੀ ਨਾ ਤਾਂ ਪਤਾ ਨਹੀਂ ਕੀ ਹੋਊਗਾ। ਮੈਨੂੰ ਪਤਾ ਤੂੰ ਇਹ ਗੱਲ ਸਮਝਦੀ ਹੈ, ਤੂੰ ਆਪਣੇ ਬਾਪੂ ਦੀ ਬਹੁਤ ਇੱਜ਼ਤ ਕਰਦੀ ਆ, ਹੈ ਨਾ, ਇਹ ਸਮਾਜ ਦੇ ਰੀਤੀ ਰਿਵਾਜ਼ ਨੇ, ਉਹਨਾਂ ਦੀ ਕਦਰ ਕਰਦੀ ਹੈ, ਇਸ ਕਰਕੇ ਤਾਂ ਤੂੰ ਮੈਨੂੰ ਪਸੰਦ ਆਈ ਹੈਗੀ। ਹੋਰ ਕੁੜੀਆਂ ਸ਼ਹਿਰਾਂ ਦੀਆਂ ਨੇ ਨਾ, ਉਹਨਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਹੈਗਾ, ਉਹਨਾਂ 'ਚ ਇਹ ਸਾਦਗੀ ਅਤੇ ਸਾਦਾਪਣ ਹੈ ਨਹੀਂ ਗਾ, ਬਾਕੀ ਕੋਈ ਚੱਕਰ ਨਹੀਂ।
ਕੱਲ ਨੂੰ ਇਸ ਟਾਈਮ ਮੈਂ ਤੈਨੂੰ ਇੱਥੇ ਮਿਲੂੰਗਾ ਜੇ ਤੂੰ ਕੰਮ ਕਰਕੇ ਆਈ। ਮੈਨੂੰ ਹਾਂ ਜਾਂ ਨਾ ਚ ਜਵਾਬ ਦੱਸ ਦੇ, ਮੈਨੂੰ ਸੋਚਣ ਦਾ ਮੌਕਾ ਦਿਓ। ਕੋਈ ਨਾ, ਵੈਸੇ ਮੁਕਦੀ ਗੱਲ ਤਾਂ ਇਹੀ ਹੈ ਵੀ ਆਪਣਾ ਕੋਈ ਮੇਲ ਨਹੀਂ, ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ। ਸਮਝਦਾ ਮੈਂ ਤੇਰੀ ਗੱਲ, ਕੋਈ ਚੱਕਰ ਨਹੀਂ, ਮੈਂ ਤੈਨੂੰ ਸੋਚਣ ਦਾ ਟਾਈਮ ਦਿੰਦਾ ਗਾ 24 ਘੰਟੇ, ਦੱਸ ਦੀ। ਪਰ ਇੱਕ ਗੱਲ ਕਹਿਤੀ, ਤੇਰੇ ਬਿਨਾਂ ਜੱਟ ਮਰ ਜੂਗਾ। ਚਲੋ ਹੁਣ ਮੈਨੂੰ ਜਾਣ ਦਿਓ, ਕੋਈ ਨਾ ਮੈਂ ਸੋਚੂਗੀ। ਕੋਈ ਨਾ, ਸੋਚ ਕੇ ਦੱਸ ਦੀ। ਲੈ ਸੁੱਖੀ ਗੱਲਬਾਤ ਕਰਕੇ ਵੀ ਪਤਾ ਲੱਗ ਗਿਆ ਹੈ ਨਾ, ਜਿਹਾ ਤੂੰ ਸੋਚਿਆ ਸੀ ਕੁੜੀ ਦਾ ਸੁਭਾਅ ਉਸ ਤੋਂ ਵੀ ਵਧੀਆ। ਇੰਨੀ ਸ਼ਰਮਾਕਲ ਹੈ ਨਾ ਮਾਂ ਪਿਓ ਦੀ ਇੱਜ਼ਤ ਕਰਨ ਵਾਲੀ, ਇਹੋ ਜਿਹੀ ਘਰ ਵਾਲੀ ਚਾਹੀਦੀ ਹੈ ਤੈਨੂੰ ਜਿਹੜੀ ਤੇਰੇ ਨਾਲ ਸਾਰੀ ਜ਼ਿੰਦਗੀ ਨਿਭਾ ਸਕੇ। ਨਹੀਂ ਹੋਰ ਕੁੜੀਆਂ 'ਚ ਤਾਂ ਇਹ ਸੰਸਕਾਰ ਹੈ ਹੀ ਨਹੀਂ। ਚੱਲ ਕੱਲ੍ਹ ਦੀ ਵੇਟ ਕਰਦੇ ਹਾਂ, ਹੁਣ ਕਰ ਲਾ ਤੂੰ ਵੀ ਜਾ ਕੰਮ ਕਰ, ਹੈ ਨਾ, ਖੇਤ ਗੇੜਾ ਮਾਰਿਆ ਹੀ ਉਹਨੇ। ਲੈਮਨ ਅੱਜ ਦੱਸੂਗੀ ਹਾਂ ਜਾਂ ਨਾ। ਹਾਂਜੀ, ਕਿਵੇਂ ਫਿਰ ਅੱਜ ਬਾਹਲੇ ਦੁਖੀ ਜੇ ਲੱਗਦੇ ਹੋ? ਨਾਲੇ ਮੈਂ ਸਾਰੀ ਗੱਲ ਤੁਹਾਨੂੰ ਦੱਸਤੀ ਸੀ, ਵਿਸ਼ਵਾਸ ਨਹੀਂ ਹੈਗਾ ਮੇਰੇ। ਠੀਕ ਹੈ ਜੀ, ਬਸ ਘਰ ਦੀਆਂ ਜਿਹੜੀਆਂ ਤੰਗੀਆਂ ਹੁੰਦੀਆਂ ਨੇ ਨਾ, ਐਂ ਫਿਕਰਾਂ 'ਚ ਬਸ ਦਿਨ ਗੁਜ਼ਾਰੇ ਚੱਲੀ ਜਾਂਦੇ ਨੇ। ਕੁਛ ਬਾਪੂ ਬਿਮਾਰ ਹੈ। ਪਹਿਲਾਂ ਤਾਂ ਇਹ ਘਰ ਦੀ ਗੱਲ ਦੱਸੋ, ਕਾਹਦੀ ਲੋੜ ਆ ਤੁਹਾਨੂੰ, ਪੈਸੇ ਤੇ ਲਈ ਲੋੜ ਆ? ਦੇਖੋ ਜੀ, ਗਰੀਬ ਬੰਦੇ ਨੂੰ ਤਾਂ ਪੈਸੇ ਦੀ ਲੋੜ ਹੀ ਰਹਿੰਦੀ ਹੈ ਨਾ। ਇੱਕ ਬਾਪੂ ਵਿਚਾਰਾ ਪੂਰੇ 15 ਦਿਨ ਹੋ ਗਏ ਬਿਮਾਰ ਪਏ ਨੂੰ, ਖੰਘ ਹੀ ਨਹੀਂ ਹਟਦੀ। ਉਹਦੇ ਇਲਾਜ ਵਾਸਤੇ ਤਾਂ ਸਾਡੇ ਕੋਲ ਪੈਸਾ ਵੀ ਨਹੀਂ ਹੈਗਾ। ਜਿਨ੍ਹਾਂ ਦੇ ਕੰਮ ਧੰਦਾ ਕਰਦੀ ਹਾਂ ਉਹਨਾਂ ਤੋਂ ਫੜ ਫੜ ਕੇ ਹੋਰ ਕਰਜ਼ਾ ਚੜ੍ਹੀ ਜਾਂਦਾ ਸਿਰ। ਹੁਣ ਤੁਹਾਨੂੰ ਪਤਾ ਗਰੀਬ ਬੰਦੇ ਨੂੰ ਤਾਂ ਕੋਈ ਉਧਾਰ ਪੈਸਾ ਵੀ ਨਹੀਂ ਦਿੰਦਾ। ਨਹੀਂ ਹੁਣ ਦਵਾਈ ਦਵਾਉਣੀ ਹੈ ਤੁਸੀਂ? ਦਵਾਈ ਤਾਂ ਦਵਾਉਣੀ ਹੈ ਜੀ ਬਾਪੂ ਨੂੰ। ਕਿੰਨੇ ਕੁ ਪੈਸਿਆਂ ਦੀ ਲੋੜ ਆ? ਪੈਸਾ ਤਾਂ ਲੋੜ ਹੀ ਹੈ ਜੀ, ਹੁਣ ਘਰ ਦਾ ਖਰਚਾ ਨਹੀਂ ਚੱਲਦਾ, ਸੌਦਾ ਪੱਤਾ ਵੀ ਲੈ ਕੇ ਆਉਣਾ, ਉਹ ਵੀ ਖਤਮ ਹੋਇਆ ਪਿਆ ਗਾ। ਤਾਂ ਹੀ ਕਹਿਣੀ ਆ ਤੁਹਾਡਾ ਨਾ ਸਾਡੇ ਨਾਲ ਕੋਈ ਮੇਲ ਨਹੀਂ। ਪਹਿਲਾਂ ਤਾਂ ਪੈਸਿਆਂ ਦਾ ਮੇਲ ਆ। ਨਾ ਜੀ ਮੈਂ ਪੈਸੇ ਨਹੀਂ ਲੈ ਸਕਦੀ। ਆ ਫੜ। ਨਾ ਮੈਂ ਪੈਸੇ ਨਹੀਂ ਲੈ ਸਕਦੀ ਜੀ। ਫੜ ਲਾ ਤੂੰ, ਕੀ ਕਰ ਰਹੇ ਹੋ? ਨਹੀਂ ਕੋਈ ਚੱਕਰ ਨਹੀਂ, ਜਦੋਂ ਮੈਂ ਤੈਨੂੰ ਐਂ ਨਹੀਂ ਕਹਿੰਦਾ, ਜਦੋਂ ਵੀ ਤੇਰੇ ਕੋਲ ਆ ਗਏ ਮੈਨੂੰ ਦੇ ਦੀ। ਤੂੰ ਆਪਦੇ ਬਾਪੂ ਨੂੰ ਦਵਾਈ ਦਵਾ, ਇਸ ਤੋਂ ਵੱਡਾ ਕੁਛ ਨਹੀਂ। ਠੀਕ ਆ, ਸਾਂਭ ਲਾ ਦਵਾਈ, ਮੈਂ ਪੂਰਾ 5000 ਰੁਪਈਆ ਸਾਂਭ ਲਾ। ਪਰ ਪੈਸੇ ਮੈਂ ਤੁਹਾਡੇ ਵਾਪਸ ਕਰੂੰਗੀ ਜੀ। ਕੋਈ ਚੱਕਰ ਨਹੀਂ, ਵਾਪਸ ਕਰਦੀ, ਰੱਖਣਾ ਰੱਖ ਲਈ, ਆਪਣਾ ਕੁਛ ਵੰਡਿਆ ਥੋੜਾ ਹੈ। ਨਹੀਂ ਜੀ ਕੋਈ ਨਾ, ਕੰਮ ਧੰਦਾ ਕਰਦੇ ਆ ਨਾ, ਮੈਂ ਥੋੜੇ ਥੋੜੇ ਕਰਕੇ ਨਾ ਤੁਹਾਡੇ ਸਾਰੇ ਪੈਸੇ ਵਾਪਸ ਕਰ ਦੂੰਗੀ। ਕੋਈ ਨਾ ਕਰਦੀ, ਹੁਣ ਆਪਾਂ ਕਰਾਉਣ ਨੂੰ ਇੱਕ ਦੂਜੇ ਨਾਲ ਵਿਆਹ ਕਰ ਫਿਰਦੇ ਆ ਹੈ। ਤੂੰ ਕਹਿੰਦੀ ਮੈਂ ਪੈਸੇ ਵਾਪਸ ਕਰ ਦੂੰ, ਹਾਂ ਤੈਨੂੰ ਮੈਂ 24 ਘੰਟਿਆਂ ਦਾ ਟਾਈਮ ਦਿੱਤਾ, ਤੂੰ ਕੁਛ ਦੱਸਿਆ ਨਹੀਂ, ਸੋਚਿਆ ਨਹੀਂ ਹੈਗਾ। ਸੋਚਿਆ ਤਾਂ ਹੈ ਜੀ, ਮੈਂ ਐਂ ਕਹਿੰਦੀ ਸੀ, ਤੁਹਾਨੂੰ ਪਤਾ ਹੈ ਨਾ ਅੱਜ ਕੱਲ੍ਹ ਕਿਹੋ ਜਿਹੀ ਦੁਨੀਆ, ਸਿਰਫ ਮਤਲਬ ਹੀ ਹੁੰਦੀ ਆ, ਮਤਲਬ ਤੱਕ ਹੁੰਦਾ ਸਾਰਿਆਂ ਨੂੰ। ਮੈਂ ਇਹੀ ਸੋਚਦੀ ਹੈਗੀ ਵੀ ਨਾਲੇ ਜੇ ਸਾਡੇ ਗਰੀਬ ਲੋਕਾਂ ਨਾਲ ਕੋਈ ਐਵੇਂ ਦੀ ਗੱਲ ਕਰਦਾ ਨਾ ਤਾਂ ਸਾਡੀ ਤਾਂ ਕਿਤੇ ਸੁਣਵਾਈ ਵੀ ਨਹੀਂ ਹੁੰਦੀ। ਆਹ ਕੋਰਟ ਕਚਹਿਰੀਆਂ 'ਚ ਉੱਥੇ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ। ਬਾਕੀ ਲੋਕਾਂ ਦਾ ਤਾਂ ਪਤਾ, ਆਹ ਗਰੀਬ ਲੋਕਾਂ ਦਾ ਕੌਣ ਸਾਥ ਦਿੰਦਾ ਹੁੰਦਾ ਜੀ। ਗੱਲ ਤੇਰੀ ਸਹੀ ਆ, ਮੈਂ ਮੰਨਦਾ ਬਈ 100 ਚੋਂ 90 ਬੰਦੇ ਇਹੋ ਜਿਹੇ ਹੁੰਦੇ ਨੇ, ਪਰ 10 ਸਹੀ ਵੀ ਹੁੰਦੇ ਨੇ ਨਾ, ਜਿਹੜੇ ਅਗਲੀ ਨਾਲ ਸਾਰੀ ਉਮਰ ਨਿਭਾਉਂਦੇ ਨੇ, ਸਿਵਿਆਂ ਤੱਕ ਨਾਲ ਜਾਂਦੇ ਨੇ ਇਹ ਸਵਾਹ ਬਣ ਕੇ। ਉਹ ਤਾਂ ਹੈ ਜੀ, ਮੈਂ ਉਹ ਬੰਦਿਆਂ 'ਚੋਂ, ਮੈਂ ਤੇਰੇ ਨਾਲ ਸਾਰੀ ਉਮਰ ਨਿਭਾਉਂਗਾ। ਉਮਰ ਕੀ, ਤੇਰੇ ਨਾਲ 7 ਜਨਮ ਨਿਭਾਉਣ ਦਾ ਮੈਂ ਵਾਅਦਾ ਕਰਦਾ। ਠੀਕ ਆ? ਠੀਕ ਹੈ ਜੀ। ਮੈਂ ਤੇਰੇ ਕਰਕੇ ਕੁਵਾਰਾ ਰਹਿਣਾ, ਮੈਂ 2 ਸਾਲ ਹੋ ਗਏ ਤੇਰੇ ਪਿੱਛੇ ਗੇੜੇ ਮਾਰਦੇ ਨੂੰ, ਪਰ ਮੈਂ ਤੈਨੂੰ ਕਦੇ ਕੁਛ ਕਿਹਾ ਨਹੀਂ, ਮੇਰੀ ਪੁੱਛਣ ਦੀ ਹਿੰਮਤ ਹੀ ਨਹੀਂ ਪਈ। ਹੁਣ ਮੇਰੇ 'ਚ ਹਿੰਮਤ ਆ ਗਈ,
ਤਾਂ ਕਰਕੇ ਮੈਂ ਗੱਲ ਕਰ ਲਈ। ਤੇਰੇ ਪਿੱਛੇ ਤਾਂ ਮੈਂ ਕੁਆਰੀ ਬੈਠਾਂਗਾ। ਹੈ ਉਹ ਤਾਂ ਠੀਕ ਹੈ ਜੀ ਤੁਹਾਡੀ ਗੱਲ। ਦੇਖੋ ਮੇਰਾ ਤਾਂ ਇਹਨਾਂ ਗੱਲਾਂ 'ਚ ਧਿਆਨ ਨਹੀਂ ਜਾਂਦਾ ਸੀ ਜੀ, ਮੈਂ ਤਾਂ ਨਾ ਬਸ ਸਾਰਾ ਦਿਨ ਬਾਪੂ ਬਾਰੇ ਸੋਚਦੀ ਰਹਿੰਦੀ ਹਾਂ। ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਮੰਨ ਜਾਂਦੀ ਹਾਂ, ਪਰ ਮੇਰਾ ਕਦੇ ਯਕੀਨ ਨਾ ਤੋੜਿਓ। ਮੈਂ ਤੇਰੇ ਨਾਲ ਵਾਅਦਾ ਕਰਦਾ ਅਮਨ, ਮੈਂ ਕਦੇ ਵੀ ਤੈਨੂੰ ਵਰਤ ਕੇ ਨਹੀਂ ਛੱਡੂੰਗਾ। ਜੇ ਤੈਨੂੰ ਮੇਰੇ 'ਤੇ ਨਹੀਂ ਯਕੀਨ ਨਾ, ਚਾਹੇ ਮੇਰੇ ਨਾਲ ਕੱਲ੍ਹ ਨੂੰ ਆਪਣੇ ਗੁਰੂ ਘਰ 'ਚ ਆਨੰਦ ਕਾਰਜ ਕਰਵਾ ਲਾ, ਠੀਕ ਆ? ਸੱਚ ਕਹਿੰਦੇ ਹੋ ਤੁਸੀਂ? ਬਿਲਕੁਲ, ਮੈਨੂੰ ਤੇਰੀ ਸਹੁੰ ਲੱਗੇ, ਮੈਂ ਝੂਠ ਨਹੀਂ ਬੋਲਦਾ। ਠੀਕ ਹੈ, ਬਸ ਮੇਰਾ ਯਕੀਨ ਨਾ ਤੋੜਿਓ। ਬਾਕੀ ਮੈਂ ਆਪਦੇ ਬਾਪੂ ਨੂੰ ਪਿਆਰ ਕਰਦੀ ਹਾਂ ਨਾ, ਮੇਰੇ ਬਾਪੂ ਦੀ ਪਿੰਡ 'ਚ ਬਹੁਤ ਜ਼ਿਆਦਾ ਇੱਜ਼ਤ ਹੈ। ਗਰੀਬ ਜ਼ਰੂਰ ਹਾਂ ਪਰ ਸਾਡੀ ਬਹੁਤ ਇੱਜ਼ਤ ਆ। ਪਲੀਜ਼ ਸਾਡੀ ਇੱਜ਼ਤ ਨੂੰ ਦਾਗ ਨਾ ਲਾਇਓ। ਮੈਂ ਸਮਝਦਾ ਤੇਰੇ ਬਾਪੂ ਨੂੰ ਚੰਗੀ ਤਰ੍ਹਾਂ ਆਉਂਦਾ, ਮੈਨੂੰ ਪਤਾ ਬਹੁਤ ਸ਼ਰੀਫ ਅਤੇ ਇਮਾਨਦਾਰ ਬੰਦਾ, ਮਿਹਨਤ ਦੀ ਕਰਕੇ ਖਾਣ ਵਾਲਾ। ਮੈਂ ਕਦੇ ਵੀ ਨਾ ਤੇਰਾ ਵਿਸ਼ਵਾਸ ਤੋੜਾਂ ਨਾ ਉਹਦੀ ਇੱਜ਼ਤ ਨੂੰ ਦਾਗ ਲਾਵਾਂ, ਠੀਕ ਆ? ਠੀਕ ਹੈ, ਆਪਾਂ ਛੇਤੀ ਵਿਆਹ ਕਰਵਾਉਣੇ। ਬਾਕੀ ਜੇਕਰ ਕੋਈ ਤੰਗ ਕਰੂਗਾ ਪਿੰਡ 'ਚ ਦੱਸ ਦੀ, ਠੀਕ ਆ? ਕਿਉਂਕਿ ਬਹੁਤ ਸਾਰੇ ਲੋਕ ਮੁੰਡੇ ਹੈਗੇ ਨੇ ਤੇਰੇ ਪਿੱਛੇ ਲੱਗੇ ਹੋਏ ਨੇ ਜਿਹੜੇ ਤੈਨੂੰ ਵਰਤ ਕੇ ਛੱਡਣ ਨੂੰ ਫਿਰਦੇ ਨੇ, ਉਹ ਮੁੰਡਿਆਂ ਮਗਰ ਕਦੇ ਨਾ ਲੱਗੀ, ਠੀਕ ਆ? ਠੀਕ ਹੈ ਜੀ। ਆਪਣਾ ਪਿਆਰ ਆ ਜੁਗਾਂ ਜੁਗਾਂ ਤੱਕ ਟੱਲ ਰਹੂਗਾ, ਤੇਰੇ ਮੇਰੇ ਪਿਆਰ ਦੀ ਨਾ ਲੋਕ ਕਹਾਣੀਆਂ ਸੁਣਾਇਆ ਕਰਨਗੇ। ਬਸ ਮੈਂ ਇਹੀ ਕਹਿੰਦੀ ਹਾਂ, ਮੇਰਾ ਯਕੀਨ ਬਣਾਈ ਰੱਖਿਓ। ਮੇਰੇ ਤੇ ਵਿਸ਼ਵਾਸ ਨਹੀਂ ਆਇਆ, ਦੱਸ ਹੁਣ। ਹਾਂਜੀ ਵਿਸ਼ਵਾਸ, ਵਿਸ਼ਵਾਸ ਤਾਂ ਹੋ ਗਿਆ। ਤੁਸੀਂ ਕਹਿੰਦੇ ਹੋ ਨਾ ਤਾਂ ਮੈਨੂੰ ਵਿਸ਼ਵਾਸ ਹੈ। ਬਸ ਇੱਕ ਵਾਰੀ ਮੈਨੂੰ ਨਾ ਤੇਰੇ ਸੋਹਣੇ ਸੋਹਣੇ ਮੁੱਖ ਦੇ ਦਰਸ਼ਨ ਕਰਾ ਜਾ ਕਰ, ਰੋਜ਼ ਆਉਂਦੀ ਜਾਂਦੀ। ਠੀਕ ਹੈ ਜੀ, 5-10 ਮਿੰਟ ਗੱਲਾਂ ਬਾਤਾਂ ਕਰ ਜਾ ਕਰ। ਇਸ ਤੋਂ ਵੱਡੀ ਮੇਰੇ ਵਾਸਤੇ ਖੁਸ਼ੀ ਕੋਈ ਨਹੀਂ ਹੈਗੀ। ਹੁਣ ਤੈਨੂੰ ਪਤਾ ਮੇਰੇ ਘਰੇ ਕੋਠੀ ਜ਼ਮੀਨ ਜਾਇਦਾਦ ਗੱਡੀਆਂ ਕਾਰਾਂ ਸਭ ਕੁਛ ਆ, ਪਰ ਜਿਹੜਾ ਸਕੂਨ ਆ ਨਾ ਮੈਨੂੰ ਉਹ ਤੈਨੂੰ ਦੇਖ ਕੇ ਮਿਲਦਾ ਗਾ। ਪਰ ਮੈਨੂੰ ਇੱਕ ਗੱਲ ਦੱਸੋ, ਵੀ ਅਸੀਂ ਤਾਂ ਗਰੀਬ ਹਾਂ ਤੇ ਤੁਹਾਡੇ ਤੁਸੀਂ ਕੋਠੀਆਂ ਮਹਿਲ ਮਨਾਰਿਆਂ ਵਾਲੀ ਤੇ ਆਪਣਾ ਕੋਈ ਮੇਲ ਨਹੀਂ, ਫਿਰ ਆ ਵਿਆਹ ਦੀ ਗੱਲ ਕਿਉਂ ਕਰਦੇ ਹੋ? ਮੈਂ ਵੀ ਤੇਰੇ ਵਾਂਗੂ ਗਰੀਬੀ ਦੇਖੀ ਹੋਈ ਆ। ਇਹ ਜ਼ਮੀਨ ਜਾਇਦਾਦ ਨਾ ਸਭ ਕੁਛ ਮੇਰੇ ਪਿਓ ਨੇ ਮਿਹਨਤ ਕਰਕੇ ਬਣਾਈ ਹੈਗੀ। ਛੋਟੇ ਹੁੰਦਿਆਂ ਨੂੰ ਸਾਨੂੰ ਰੋਟੀ ਵੀ ਨਹੀਂ ਸੀ ਦੋ ਡੰਗ ਦੀ ਜੁੜਦੀ, ਅਸੀਂ ਪੁਰਾਣੇ ਕੱਪੜੇ ਪਾ ਪਾ ਕੇ ਸਾਰਿਆ ਗਾ, ਗਲੀਆਂ ਵਾਲੇ ਟਾਕੀਆਂ ਵਾਲੇ। ਮੈਂ ਸਮਝਦਾ ਵੀ ਇੱਕ ਗਰੀਬ ਦਾ ਦਰਦ ਕੀ ਹੁੰਦਾ ਤੇ ਉਹਦੀ ਇੱਜ਼ਤ ਕਿੰਨੀ ਕੁ ਹੁੰਦੀ ਹੈ, ਸਭ ਕੁਛ ਮੈਂ ਜਾਣਦਾ ਉਹ ਚੀਜ਼ਾਂ ਬਾਰੇ। ਸਹੀ ਗੱਲ ਹੈ ਜੀ, ਵੈਸੇ ਬਾਪੂ ਜਿਹੜੇ ਬੰਦੇ ਨੇ ਗਰੀਬੀ ਨਹੀਂ ਨਾ ਦੇਖੀ ਉਹ ਇੱਕ ਗਰੀਬ ਦੇ ਦਰਦ ਨੂੰ ਸਮਝ ਨਹੀਂ ਸਕਦਾ। ਹਾਂਜੀ, ਤੁਹਾਡੀਆਂ ਗੱਲਾਂ ਨੂੰ ਦੇਖ ਕੇ ਲੱਗਦਾ ਤੁਸੀਂ ਬਹੁਤ ਚੰਗੇ ਇਨਸਾਨ ਹੋ। ਮੈਂ ਤੇਰਾ ਦਿਲ ਭਰਮਾਉਣ ਦਾ ਮਾਰਾ ਇਹ ਕੁਛ ਨਹੀਂ ਕਰਦਾ, ਮੈਂ ਸਭ ਕੁਛ ਜੋ ਤੇਰੇ ਨਾਲ ਗੱਲਾਂ ਬਾਤਾਂ ਕੀਤੀਆਂ ਨਾ ਜੋ ਇੱਕ ਸਮਾਜ ਦੀ ਸੱਚਾਈ ਬਿਆਨ ਕੀਤੀ ਆ। ਹਾਂਜੀ ਚੱਲ, ਚਲੋ ਮੈਂ ਕੰਮ ਕਰਨ ਜਾਂਦੀ ਸੀ ਹੁਣ। ਪਰ ਮੇਰੇ ਨਾਲ ਇੱਕ ਵਾਅਦਾ ਕਰ, ਕਿਤੇ ਇਹ ਸੋਹਣਾ ਸੋਹਣਾ ਮੁੱਖ ਮੈਨੂੰ ਰੋਜ਼ ਦਿਖਾ ਕੇ ਜਾਇਆ ਕਰੇਂਗੀ। ਹਾਂਜੀ ਮੈਂ ਵਾਅਦਾ ਕਰਦੀ ਹਾਂ ਕਿ ਮੈਂ ਆਪਦਾ ਸੋਹਣਾ ਸੋਹਣਾ ਮੁੱਖ ਰੋਜ਼ ਦਿਖਾ ਕੇ ਜਾਇਆ ਕਰੂੰਗੀ। ਚੱਲ ਠੀਕ ਆ, ਗੱਲਬਾਤ ਕਰਕੇ ਤੇਰੇ ਨਾਲ ਬਹੁਤ ਖੁਸ਼ੀ ਹੋਈ। ਮੈਂ ਬਸ ਸੱਚ ਕਹਿਣਾਗਾ, ਜਦੋਂ ਨਾ ਮੈਂ ਤੈਨੂੰ ਦੇਖਿਆ ਨਾ 2 ਸਾਲ ਹੋ ਗਏ, ਸਾਰੀ ਰਾਤ ਮੇਰੇ ਸੁਪਨਿਆਂ 'ਚ ਤੂੰ ਆਉਣੀ ਆ, ਮੇਰੇ ਸੁਪਨਿਆਂ ਦੀ ਰਾਣੀ ਬਣ ਗਈ ਸੀ ਤੂੰ। ਅਤੇ ਬਸ ਤੇਰੇ ਅੱਗੇ ਬੇਨਤੀ ਇਹੀ ਆ ਕਿ ਆਪਣੇ ਸੁਪਨਿਆਂ ਦਾ ਰਾਜਾ ਬਣਾ ਲਾ ਮੈਨੂੰ। ਉਹ ਤਾਂ ਠੀਕ ਹੈ, 2 ਸਾਲ ਪਰ ਮੈਂ ਤਾਂ ਕਦੇ ਸੋਚਿਆ ਹੀ ਨਹੀਂ। ਤੁਹਾਨੂੰ ਦੇਖਦੀ ਜ਼ਰੂਰ ਸੀ। ਮੈਂ ਚੋਰੀ ਚੋਰੀ ਤੈਨੂੰ ਦੇਖਦਾ ਹੁੰਦਾ ਸੀ, ਤੈਨੂੰ ਸ਼ਾਇਦ ਨਾ ਪਤਾ ਲੱਗਿਆ ਹੋਵੇ। ਮੈਂ ਦੇਖੋ ਤੁਹਾਨੂੰ ਜਾਣਦੀ ਨਹੀਂ ਸੀ, ਪਰ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਬਾਪੂ ਜੀ ਸਾਹਿਬ ਤੁਹਾਡੇ ਘਰੇ ਗੱਲਾਂ ਕਰਦੇ ਹੁੰਦੇ ਨੇ, ਵੀ ਬਹੁਤ ਵਧੀਆ ਪਰਿਵਾਰ ਆ ਉਹਨਾਂ ਦਾ। ਨੰਬਰਦਾਰਾਂ ਦੇ ਸਾਰੇ ਪਰਿਵਾਰ ਨੂੰ ਜਾਣਦੇ ਨੇ, ਆਪਣੇ ਆਉਂਦੇ ਰਹਿੰਦੇ, ਵਧੀਆ ਵਾਹ ਵਾਸਤਾ ਆਪਣੇ ਨਾਲ। ਠੀਕ ਹੈ ਜੀ, ਤੇਰੇ ਬਾਪੂ ਦਾ ਆਪਣੇ ਮੇਰੇ ਡੈਡੀ ਹੁਣੀ ਵਧੀਆ ਇੱਜ਼ਤ ਕਰਦੇ ਨੇ ਤੁਹਾਡੇ ਪਰਿਵਾਰ ਦੀ, ਤੇ ਤੁਹਾਡਾ ਪਰਿਵਾਰ ਵੀ ਸਾਡੇ ਪਰਿਵਾਰ ਨੂੰ ਬਹੁਤ ਸ਼ਰੀਫ ਤੇ ਇਮਾਨਦਾਰ ਮੰਨਿਆ ਜਾਂਦਾ। ਠੀਕ ਹੈ ਜੀ, ਤੇ ਆਪਾਂ ਸ਼ਰੀਫ ਤੇ ਇਮਾਨਦਾਰ ਦੋਨੇ ਪਰਿਵਾਰ ਹੁਣ ਇਕੱਠੇ ਹੋਣ ਜਾ ਰਹੇ ਹਾਂ ਛੇਤੀ। ਹਾਂਜੀ ਹਾਂਜੀ, ਠੀਕ ਆ।
ਚਲੋ ਠੀਕ ਹੈ ਜੀ, ਮੈਂ ਕੰਮ ਕਰਿਆ ਮਾ ਫਿਰ ਬਾਪੂ, ਬਾਕੀ ਪੈਸੇ ਧੇਲੇ ਦੀ ਬਾਪੂ ਵਾਸਤੇ ਕੋਈ ਹੋਰ ਲੋੜ ਪਈ ਨਾ ਦੱਸ ਦੀ, ਜਿਹੋ ਜਿਹਾ ਤੇਰਾ ਬਾਪੂ ਹੈ ਮੇਰਾ ਬਾਪੂ ਕੋਈ ਫਰਕ ਨਹੀਂ ਜੀ, ਤੁਸੀਂ ਮੈਨੂੰ ਪੈਸੇ ਦਿੱਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਕਹਿ ਕੇ ਮੈਨੂੰ ਸ਼ਰਮਿੰਦਾ ਨਾ ਕਰ, ਇਹ ਮੇਰਾ ਫਰਜ਼ ਸੀ, ਹੁਣ ਮੈਂ ਆਪਦਾ ਪਿਓ ਹੀ ਮੰਨ ਲਿਆ ਤੇਰੇ ਪਿਓ ਨੂੰ, ਹੈ ਕੋਈ ਗੱਲ ਨਹੀਂ ਜੀ, ਹੁਣ ਮੈਂ ਆਪਣੇ ਪਿਓ ਲਈ ਪੈਸੇ ਵੀ ਨਹੀਂ ਦੇ ਸਕਦਾ, ਤੂੰ ਐਂ ਦੱਸ, ਹੁਣ ਆਪਾਂ ਛੇਤੀ ਇੱਕ ਹੋਣ ਜਾ ਰਹੇ ਹਾਂ, ਠੀਕ ਹੈ, ਬਾਕੀ ਕੋਈ ਗੱਲ ਨਹੀਂ, ਮੈਂ ਤੈਨੂੰ ਮੌਕਾ ਦਿੰਦਾ ਹਜੇ, ਤੂੰ ਮੈਨੂੰ ਪਰਖ ਕੇ ਦੇਖ ਸਕਦੀ ਹੈ ਜੇ ਮੇਰੀ ਕੋਈ ਪ੍ਰੀਖਿਆ ਲੈਣੀ ਹੈ। ਨਹੀਂ ਜੀ, ਮੈਂ ਤੁਹਾਨੂੰ ਪਰਖ ਲਿਆ, ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਤੁਸੀਂ ਬਹੁਤ ਸਾਊ ਇਨਸਾਨ ਹੋ। ਕੋਈ ਚੱਕਰ ਨਹੀਂ, ਬਾਕੀ ਗੱਲਾਂ ਦਾ ਕੜਾਅ ਬਣਾ ਕੇ ਕਈ ਵਾਰੀ ਲੋਕ ਭਰਮਾ ਵੀ ਜਾਂਦੇ ਨੇ, ਹਾਂਜੀ, ਪਰ ਕੋਈ ਗੱਲ ਨਹੀਂ, ਮੈਂ ਤੈਨੂੰ ਵਕਤ ਦਿੰਦਾ ਗਾ, ਮੈਨੂੰ ਸਮਝ ਲਾ ਫਿਰ ਵੀ, ਕੋਈ ਗੱਲ ਨਹੀਂ ਜੀ, ਵਿਆਹ ਦੀ ਕੋਈ ਕਾਹਲੀ ਨਹੀਂ, ਆਪਾਂ ਕਰਵਾਵਾਂਗੇ ਜ਼ਰੂਰ, ਇੱਕ ਦਿਨ ਆਪਾਂ ਇੱਕ ਮਿੱਕ ਹੋਵਾਂਗੇ, ਠੀਕ ਆ, ਤੇਰੇ ਨਾਲ ਵਾਅਦਾ ਰਿਹਾ, ਚੱਲ ਕਰ ਲਾ ਕੰਮ ਕਰ ਦੂੰਗੀ ਫਿਰ, ਮੈਂ ਬਾਪੂ ਨੂੰ ਦਵਾਈ, ਹਾਂ ਦਵਾਈ ਪੱਕਾ ਦਵਾ ਲੈ, ਚਾਹੇ ਇੱਕ ਦਿਨ ਇੱਧਰ ਰੈਸਟ ਕਰ ਲਈ, ਠੀਕ ਆ, ਨਾ ਜਾਈ, ਨਾ ਕੋਈ ਗੱਲ ਨਹੀਂ ਜੀ, ਜੇ ਹੋਰ ਲੋੜ ਹੋਈ ਉਹ ਦੱਸ ਦੀ, ਚੰਗਾ, ਨਹੀਂ ਨਹੀਂ ਜੀ ਬਹੁਤ ਹੈ ਜੀ, ਹਾਂ ਪੈਸੇ ਸਾਂਭ ਲਈ ਧਿਆਨ ਨਾਲ, ਲੈ ਸੁੱਖੀ, ਜਿਹੋ ਜਿਹਾ ਸਪੂਨ ਇਹਦੀ ਮਦਦ ਕਰਕੇ ਆਇਆ ਨਾ, ਉਹ ਹੈ ਯਾਰ ਸਪੂਨ ਕਿਸੇ ਮਹਿਲ ਮਨਾਰਿਆਂ 'ਚ, ਕਿਤੇ ਬਾਹਰਲੇ ਦੇਸ਼ਾਂ 'ਚ ਘੁੰਮ ਕੇ ਵੀ ਨਹੀਂ ਆਉਂਦਾ, ਤਾਂ ਹੀ ਕਹਿੰਦੇ ਆ ਬਈ ਪੰਜਾਬ ਦੀ ਧਰਤੀ ਹੈ ਨਾ ਸਵਰਗ ਤੋਂ ਘੱਟ ਨਹੀਂ, ਇੱਥੇ ਦੇ ਲੋਕ ਕਿੰਨਾ ਸੋਹਣਾ ਯਾਰ ਸੁਭਾਅ ਕੁੜੀ ਦਾ, ਕਿਤੇ ਮਿਲਦੇ ਹੀ ਨਹੀਂ ਇਹੋ ਜਿਹੇ ਲੋਕ। ਹੋਰ ਫਿਰ ਕਾਲੇ ਕੀ ਕਮਾਉਣਾ ਹੁਣ ਅੱਜ ਕੱਲ੍ਹ? ਕੁਛ ਨਹੀਂ ਬਾਈ, ਆਹੀ ਬਸ ਕੰਮ ਕਰਦੇ ਜਾਈ ਜਾਂਦੇ ਆ। ਅੱਛਾ ਚਲ ਵਧੀਆ ਚੱਲੀ ਜਾਂਦਾ। ਹਾਂ ਤੂੰ ਦੱਸ ਤੇਰੀ ਫਸਲ ਵਾਢੀ ਠੀਕ ਹੈ? ਠੀਕ ਠਾਕ ਵਧੀਆ ਫਸਲ ਵਾੜੀ ਤਾਂ, ਬਸ ਪਾਣੀ ਲਾਉਣ ਦੀ ਤਿਆਰੀ ਆ ਹੁਣ ਤੀਜਾ। ਅੱਛਾ ਕਣਕ ਤਾਂ ਵਧੀਆ ਖੜੀ ਆ ਹੁਣ ਤਾਂ। ਚਲ ਹਾਂ ਵਧੀਆ ਨੇ ਸਾਰੀਆਂ ਬਾਈ ਅੱਜ ਕੱਲ੍ਹ ਤਾਂ ਕਣਕ। ਹੋਰ ਸਾਨੂੰ ਵੀ ਦਿਖਾ ਦੇ ਵਿਆਹ ਬਹੂ। ਉਹ ਕੀ ਵਿਆਹ ਨੂੰ, ਕਹਿੰਦੇ ਬਥੇਰੀ ਪਈ ਆ ਉਮਰ ਵਿਆਹ ਦੀ ਤਾਂ। ਅੱਛਾ ਜਿਹੜਾ ਬਿਨਾਂ ਵਿਆਹ ਤੋਂ ਨਜ਼ਾਰੇ ਨੇ ਉਹ ਤੈਨੂੰ ਪਤਾ ਹੀ ਨਹੀਂ ਹੈਗਾ। ਤੈਨੂੰ ਪਤਾ ਹੈਗਾ ਤੇਰੇ ਬਾਈ ਦਾ ਇੱਕ ਨਾ ਇੱਕ ਪਸਾਈ ਰੱਖਦੇ ਆਪਾਂ ਤਾਂ। ਹਾਂ ਉਹ ਤਾਂ ਮੈਨੂੰ ਪਤਾ ਹੈ ਬਾਈ। ਹੋਰ ਕਦੇ ਤੂੰ ਚਰਚਾਂ 'ਚ ਹੈ। ਹੋਰ ਨਜ਼ਾਰੇ ਆ ਰਹੇ ਨੇ। ਤੂੰ ਨਹੀਂ ਪਸਾਈ ਕੋਈ? ਨਾ ਬਾਈ। ਕਿਉਂ? ਬਸ ਕੰਮ ਕਾਰਾਂ 'ਚ ਟਾਈਮ ਹੀ ਲੱਗਦਾ ਹੈਗਾ, ਚੀਜ਼ ਨਹੀਂ ਧਿਆਨ ਹੀ ਨਹੀਂ ਹੈਗਾ ਬਾਈ। ਧਿਆਨ ਨਹੀਂ ਯਾਰ, ਇਹ ਕੀ ਗੱਲਾਂ ਕਰਦਾ ਤੂੰ, ਇਹਦੇ ਬਿਨਾਂ ਜ਼ਿੰਦਗੀ ਕਿੱਥੇ ਲੰਘਦੀ ਹੈ, ਨਜ਼ਾਰੇ ਹੀ ਬਹੁਤ ਹੈ ਜ਼ਿੰਦਗੀ ਦਾ, ਸਵਾਦ ਆ ਜਾਂਦਾ, ਵਿਆਹ ਵੂਹ ਤਾਂ ਬੰਦਾ ਉਦੋਂ ਬਾਅਦ ਫਸ ਜਾਂਦਾ ਹੈ ਕਬੀਲਦਾਰੀਆਂ 'ਚ, ਆਹੀ ਉਮਰ ਹੈ ਨਜ਼ਾਰੇ ਲੈਣ ਦੀ, ਉਹੀ ਤੂੰ ਕੰਮਾਂ ਕਾਰਾਂ 'ਚ ਐਡੀ ਕੱਡ ਲੋੜ ਹੈ ਤੇਰੇ ਕੰਮਾਂ ਕਾਰ ਨੂੰ? ਉਹ ਕੰਮਾਂ ਕਾਰਾਂ ਬਸ ਐਂ ਹੈ ਯਾਰ ਵੀ ਬਾਪੂ ਦੀ ਬੇਇੱਜ਼ਤੀ ਜੇ ਨਾ ਹੋ ਜੇ, ਅਤੇ ਅੱਜ ਕੱਲ੍ਹ ਕਹਿੰਦਾ ਤੈਨੂੰ ਪਤਾ ਨਹੀਂ ਹੈ ਕਿੰਨੀ ਬੇਇੱਜ਼ਤੀ ਪੰਚਾਇਤਾਂ ਵਿੱਚ ਉੱਥੇ। ਓਏ ਆਹ ਕੌਣ ਹੈ? ਓਏ ਇਹ ਤਾਂ ਤੈਨੂੰ ਪਤਾ ਨਹੀਂ ਹੈਗਾ ਓਏ। ਨਾ ਅਰੇ ਆਹ ਬੰਤ ਦੀ ਕੁੜੀ। ਬੰਤ ਦੀ ਕੁੜੀ? ਹਾਂ ਉਹ ਪਰਲੇ ਵੀਡੀਓ। ਅੱਛਾ ਹੋਰ? ਓਏ ਯਾਰ ਮੈਂ ਤਾਂ ਕਦੇ ਦੇਖੀ ਨਹੀਂ ਹੈਗੀ। ਇੱਧਰ ਕੰਮ ਕਰਨ ਜਾਇਆ ਕਰਦੀ ਵਿਚਾਰੀ। ਉਹ ਸੋਹਣੀ ਹੈ ਬਹੁਤ ਯਾਰ, ਹੁਣ ਮੈਨੂੰ ਐਂ ਲੱਗਦਾ ਵੀ ਇਹ ਤਾਂ ਜਾਲ ਡਿੱਗਣਾ ਪਊਗਾ, ਬਹੁਤ ਟਾਈਮ ਹੋ ਗਿਆ ਆਈ ਨਹੀਂ ਕੋਈ ਰੰਗ 'ਚ। ਰੰਗ 'ਚ ਯਾਰ ਵਿਚਾਰੇ ਗਰੀਬ ਹੈ ਬਹੁਤ ਨੇ ਯਾਰ, ਐਵੇਂ ਦੀ ਤਾਂ ਨਹੀਂ ਹੈਗੀ ਕੁੜੀ ਯਾਰ, ਬਹੁਤ ਨਰਮ। ਗਰੀਬ ਨੂੰ ਆਪਾਂ ਇਹਦੇ ਨਾਲ ਡੋਲੇ ਕਰਾਉਣੇ ਨੇ, ਆਪਾਂ ਤਾਂ ਆਪਦੇ ਟਾਈਮ ਪਾਸ ਕਰਨੇ, ਟੈਂਪ ਖਾਣੇ ਨਹੀਂ, ਗੁੱਠੜੀਆਂ ਗਿਣਨੀਆਂ ਨੇ ਯਾਰ। ਇਹ ਤਾਂ ਬਹੁਤ ਸਹੀ ਹੈ ਕੁੜੀ, ਕਦੇ ਉੱਚੀ ਅੱਖ ਚੱਕ ਨਹੀਂ ਤੁਰੀ ਹੈਗੀ। ਤੂੰ ਤਾਂ ਉਹੀ ਬੌਲੀਆਂ ਗੱਲਾਂ ਕਰੀ ਜਾਂਦਾ, ਨਾ ਤਾਂ ਤੂੰ ਕੁਛ ਕਰੇ ਨਾ ਮੈਨੂੰ ਕਰਨ ਦੇਵੇ, ਮੈਨੂੰ ਤਾਂ ਕੱਢ ਲੈਣ ਦੇ ਆਪਦਾ ਕੰਮ, ਅੱਖ ਉੱਖ ਚੱਕਣ ਨੂੰ ਐਂ ਤਾਂ ਉਹ ਤਾਂ ਊਈ ਸਰੀਰ ਬਣੀਆਂ ਰਹਿੰਦੀਆਂ ਨੇ ਪਹਿਲਾਂ ਪਹਿਲਾਂ, ਜਦੋਂ ਗੱਲਬਾਤ ਕਰਦੇ ਹਾਂ ਉਹਦੀ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਪਾਣੀ 'ਚ ਨੇ, ਉਹਦਾ ਬੋਲ ਮਾਰੀ ਜਾਂਦਾ ਕੱਲ੍ਹ ਨੂੰ ਦੇਖੀ ਲੈ, ਅੱਜ ਤਾਂ ਜਿਵੇਂ ਟੱਪ ਗਈ ਮੈਨੂੰ ਨਹੀਂ ਪਤਾ ਦੀ ਵੀ ਇੱਧਰ ਰੋਜ਼ ਲੰਘਦੀ ਇਹ ਨਾ, ਇੱਧਰ ਉਹ ਵਿਚਾਰੀ ਉਹਨਾਂ ਦੇ ਕੰਮ ਕਰਨ ਜਾਇਆ ਕਰਦੀ ਹੈ ਸਰਦਾਰਾਂ ਦੇ। ਤੈਨੂੰ ਤਾਂ ਪਤਾ ਨਹੀਂ, ਨਾ ਪਤਾ ਤੰਦਰਾ ਕਦੇ ਮੈਨੂੰ ਦੱਸਿਆ ਤੇ ਦੱਸਿਆ, ਅੱਜ ਟੱਕਰੇ ਹੋ ਗਏ ਬਾਈ, ਮੈਂ ਵਿਹਲਾ ਤੇ ਅੱਜ ਘਰੀ ਦੀ, ਤਾਂ ਹੀ ਤੇਰੇ ਕੋਲ ਆ ਗਿਆ ਮੈਂ, ਟਾਈਮ ਪਾਸ ਨਹੀਂ ਹੁੰਦਾ। ਉਹ ਤਾਂ ਠੀਕ ਹੈ, ਲੱਜ ਤਾਂ
ਪਤਾ ਨਹੀਂ ਤੀ ਲੰਘ ਗਈ, ਕੱਲ ਨੂੰ ਨੀ ਫਿਰ ਲੰਘਣਾ ਦਿੰਦਾ ਇਹਨੂੰ, ਗੱਲ ਗੁੱਲ ਨਾ ਕਰੀ ਕਿਸੇ ਲਵੇ। ਮੈਂ ਤਾਂ ਕਾਹਨੂੰ ਕਰਦਾ ਕੋਈ ਹਾਂ ਬਈ, ਦੋਸਤੀ ਆਪਣੀ ਉਸ ਨੇ ਹੁੰਦਾ, ਆਪਾਂ ਨੇ ਕੀ ਕਰਾਉਣਾ ਹੈ, ਆਪਾਂ ਤਾਂ ਆਪਣਾ ਕੰਮ ਹੀ ਕੱਢਣਾ ਹੈ, ਤੈਨੂੰ ਪਤਾ ਤਾਂ ਹੈਗਾ ਤੇਰੇ ਬਾਈ ਦਾ। ਚੱਲ ਕੋਈ ਨਾ ਅੱਗੇ ਫਿਰ। ਚੰਗਾ ਬਾਈ। ਚੰਗਾ ਲੈ ਇਹਦਾ ਕਰਦੇ ਹਾਂ, ਕੋਕਾ ਚਿੱਤ ਕੱਲ ਨੂੰ। ਮੈਨੂੰ ਤਾਂ ਪਤੀ ਨਹੀਂ ਦੀ ਵੀ ਇੰਨੀ ਸੋਹਣੀ ਰੰਨ ਯਾਰ ਇੱਥੋਂ ਦੀ ਲੰਘਦੀ ਹੈ, ਬਹੁਤ ਟਾਈਮ ਹੋ ਗਿਆ ਹੁਣ, 6 ਮਹੀਨੇ ਹੋ ਗਏ ਕੋਈ ਆਰੰਗ 'ਚ ਨਹੀਂ ਆਈ ਤੀ, ਕਾਹਨੂੰ ਕਰੀਏ ਕੰਮ ਇਹਦਾ ਤਾਂ। ਚੱਲ ਬਣਾ ਚੱਲੀਏ ਹੁਣ। ਲੈ ਵੀ ਮਿੱਤਰਾਂ ਟਾਈਮ ਹੋ ਰਿਹਾ ਸੀ, ਟਾਈਮ ਲੰਘੀ ਦੀ ਗੱਲ ਹੈ ਨਾ, ਬਾਕੀ ਅੱਜ ਕਾਲਾ ਵੀ ਨਹੀਂ ਹੈਗਾ, ਜੇ ਉਹ ਹੁੰਦਾ ਪਤੰਦਰ ਭਾਨੀ ਮਾਰਦਾ ਦਾ, ਮੈਨੂੰ ਤਾਂ ਲੱਗਦਾ ਹੋ ਆਉਂਦੀ ਹੈ, ਲੱਜ ਨਹੀਂ ਫਿਰ ਲੰਘਣ ਦਿੰਦੇ ਹੈਗੇ। ਉਹ ਕੀ ਹਾਲ ਹੈ ਸੋਹਣੇ, ਉਹ ਕਿਵੇਂ ਭੱਜੇ ਜਾਂਦੇ ਹੋ, ਸਾਡਾ ਵੀ ਹਾਲ ਚਾਲ ਪੁੱਛ ਲਿਆ ਕਰੋ ਮਾੜਾ ਮੋਟਾ। ਤੂੰ ਨਾ ਪਰਾਂ ਹੋ ਜਾ, ਮੇਰਾ ਰਸਤਾ ਛੱਡ ਦੇ। ਓਏ ਹੋ ਜਾਏ ਕੋਈ ਨਾ, ਪਹਿਲਾਂ ਗੱਲ ਦਾ ਜਵਾਬ ਤਾਂ ਦੇ ਕੇ ਜਾ। ਹਾਂ ਬੋਲ ਕੀ, ਇੰਨੀ ਕਾਲੀ 'ਚ ਕਿੱਥੇ ਜਾ ਰਹੇ ਹੋ? ਮੈਂ ਤਾਂ ਆਪਦਾ ਕੰਮ ਧੰਦਾ ਕਰਨ ਜਾਂਦੀ ਹਾਂ ਸਰਪੰਚਾਂ ਦੇ। ਉਹ ਕੋਈ ਨਾ ਕਰ ਲਈ ਕੰਮ ਧੰਦਾ ਵੀ, ਨਾਲੇ ਮੈਂ ਤਾਂ ਤੈਨੂੰ ਐਂ ਕਹਿੰਦਾ ਤੀ ਵੀ ਮੈਨੂੰ ਪਿਆਰ ਹੋ ਗਿਆ ਤੇਰੇ ਨਾਲ। ਪਿਆਰ ਜਾਣਾ ਨਾ ਬੁੱਝਾ ਤੈਨੂੰ, ਹੈ ਹੋ ਗਿਆ ਤੈਨੂੰ ਪਿਆਰ, ਚੁੱਪ ਕਰਕੇ ਨਾ ਸਾਈਡ ਤੇ ਹੋ ਜਾ, ਮੈਥੋਂ ਹੋਰ ਨਸ਼ਿੱਤਰ ਖਾ ਲਈ। ਓਏ ਜਾਣ ਬੁੱਝਦਾ ਬੰਦਾ ਜਾਇਆ ਜਾਂਦਾ ਜਦੋਂ ਆਪਣਾ ਪਿਆਰ ਹੋ ਜੇ, ਤੂੰ ਤਾਂ ਬੋਲੀਆਂ ਗੱਲਾਂ ਕਰਦੀ ਹੈ। ਮੈਂ ਤਾਂ ਪਿਆਰ ਉਦੀ ਹੋ ਗਿਆ ਜਦੋਂ ਮੈਂ ਤੈਨੂੰ ਕੱਲ ਜਾਂਦੀ ਨੂੰ ਦੇਖਿਆ। ਬਸ ਰਹਿਣ ਦੇ, ਮੈਂ ਤਾਂ ਤੈਨੂੰ ਦੇਖਿਆ ਨਹੀਂ ਹੈਗਾ, ਤੂੰ ਬਸ ਆਹੀ ਧਿਆਨ ਰੱਖਦਾ ਕੁੜੀਆਂ ਕਰਨੀ, ਪਿਆਰ ਹੀ ਕਰਦਾ ਰਹਿੰਦਾ ਸਾਰਿਆਂ ਨੂੰ, ਪਤਾ ਨਹੀਂ ਕਿਹਨੂੰ ਕਿਹਨੂੰ ਬੋਲਦਾ ਹੋਏਗਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ। ਉਹ ਸਾਰਿਆਂ ਨੂੰ ਕਿੱਥੇ ਦੇਖਿਆ, ਦੇਖਿਆ ਮੈਨੂੰ ਕਦੇ? ਮੈਂ ਤਾਂ ਤੇਰੇ ਦੇ ਦਿਲ ਆ ਗਿਆ, ਮੈਂ ਤਾਂ ਉਹੀ ਸਰੀਫ ਮੁੰਡਾ ਜਮੀ। ਬਸ ਰਹਿਣ ਦੇ, ਜੇ ਤੂੰ ਸਰੀਫ ਮੁੰਡਾ ਹੁੰਦਾ ਨਾ ਮੇਰਾ ਰਾਹ ਨਹੀਂ ਰੋਕਣਾ ਸੀ, ਕਿਵੇਂ ਮੇਰਾ ਰਾਹ ਰੋਕ ਕੇ ਖੜ ਗਿਆ? ਉਹ ਰਾਹ ਤਾਂ ਮੈਂ ਕਹਿੰਦੇ ਸਾਈਡ ਤੇ ਹੋ ਜਾ ਮੈਨੂੰ ਜਾਣ ਦੇ। ਉਹ ਗੱਲ ਸੁਣ ਲੈ, ਸਾਈਡ ਤੇ ਕੋਈ ਨਾ ਬਗ ਜੀ, ਗੱਲ ਦਾ ਜਵਾਬ ਦੇ ਕੇ ਜਾਣਾ ਪਊਗਾ, ਹਾਂ ਜਾਂ ਨਾ ਚ ਜਵਾਬ ਦੇ ਕੇ ਜਾ ਮੈਨੂੰ। ਬੋਲ ਕੀ ਕਹਿਣਾ? ਵੀ ਪਿਆਰ ਕਰਦੀ ਕਿ ਨਹੀਂ ਕਰਦੀ ਮੈਨੂੰ? ਕਿਉਂ ਕਰਾਂ ਮੈਂ ਪਿਆਰ, ਤੈਨੂੰ ਜਾਣਦੀ ਨਹੀਂ ਬੁੱਝਦੀ ਨਹੀਂ, ਮੈਂ ਉਹੀ ਪਿਆਰ ਕਰਨ ਲੱਗ ਜਾ। ਉਹ ਕਿਤਾ ਜਾਣ ਬੁੱਝਣ ਤੇ ਚੱਲੀ ਹੈ ਤੂੰ ਸਾਰਾ ਦਿਨ, ਜਾਣ ਬੁੱਝਣ ਵੀ ਫੇਰੇ ਹੋਊਗਾ ਜੇ ਬੈਠੇਗੀ 4 ਮਿੰਟ ਮੇਰੇ ਲਵੇ, ਅਜਾ ਬੈਠ ਕੇ ਦੋ ਗੱਲਾਂ ਮਾਰਦੇ ਆ। ਬਸ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਇਹ ਗੱਲ ਕਹਿੰਦੇ ਨੂੰ? ਹੈ ਉਹ ਆਪਦੇ ਆਪ ਨੂੰ ਤੂੰ ਪੂਰਾ ਸਾਊ ਦੱਸ ਦੇਂਗਾ। ਉਹ ਸ਼ਰਮ ਕਾਹਦੀ ਹੁੰਦੀ ਹੈ, ਪਿਆਰ ਕਰਨ ਵਾਲੇ ਨੂੰ ਕਦੇ ਸ਼ਰਮ ਹੋਈ ਹੈ? ਤੂੰ ਤਾਂ ਬੋਲੀਆਂ ਗੱਲਾਂ ਕਰਦੀ ਆ, ਮੇਰੀ ਗੱਲ ਸੁਣ ਲੈ, ਮੇਰਾ ਹੱਥ ਛੱਡ, ਅਸੀਂ ਗਰੀਬ ਜ਼ਰੂਰ ਆ ਪਰ ਅਸੀਂ ਆਪਦੀ ਇੱਜ਼ਤ ਨਹੀਂ ਵੇਚਦੇ, ਸਮਝ ਗਿਆ ਨਾ? ਓਏ ਗਰੀਬ ਅਮੀਰ ਵਾਲੀ ਤਾਂ ਮੈਂ ਗੱਲ ਹੀ ਨਹੀਂ ਕਰੀ ਹੈਗੀ, ਮੈਂ ਤਾਂ ਤੈਨੂੰ ਪਿਆਰ ਕਰਦਾ। ਗਰੀਬ ਮੇਰਾ ਹੱਥ ਛੱਡ ਦੇ, ਓਏ ਆਪਣੇ ਲਈ ਬਥੇਰਾ ਦਿੱਤਾ ਹੋਇਆ ਰੱਬ ਦਾ ਗਰੀਬ। ਮੈਂ ਕਹਿੰਦੀ ਮੇਰਾ ਹੱਥ ਛੱਡ ਦੇ, ਹੋਰ ਨਾ ਤੇਰੇ ਤੇ ਮੈਨੂੰ ਥੱਪੜ ਮਾਰਨਾ ਪੈ ਜੇ। ਇੱਕ ਤਾਂ ਗੁੱਸਾ ਬਹੁਤ ਕਰਦੀ ਹੈ, ਚੁੱਪ ਕਰਕੇ ਨਾ ਮੇਰਾ ਰਸਤਾ ਛੱਡ ਦੇ, ਓ ਤੇਰੀ ਨਹੀਂ ਦੇਖ ਲੈ ਤੇਰਾ ਉਹ ਹਸ਼ਰ ਕਰੂੰ ਜਿਹੜਾ ਨਾ ਕਰਨਾ ਹੋਵੇ। ਓ ਤੇਰੀ ਗਰੀਬੀ ਗਰੂਬੀ ਸਾਰੀ ਚੱਕ ਦੂੰ ਮੈਂ। ਬਸ ਤੂੰ ਸਾਈਡ ਤੇ ਹੋ ਜਾ, ਮੈਨੂੰ ਲੋੜ ਨਹੀਂ ਤੇਰੀ, ਪਰੇ ਹੋ ਜਾ। ਚੱਲ ਕੋਈ ਨਾ, ਹਾਂ ਤਾਂ ਜਿੱਥੋਂ ਕਰਵਾ ਕੇ ਹਟੂ, ਆਖਰ ਨੂੰ ਪਾਣੀ ਦਾ ਪੋਲਾ ਥੱਲੇ ਹੁੰਦੀ ਲੰਘੂ, ਜੇ ਜਾਵੇਂ ਹੀ ਕਿੱਥੇ, ਜੱਟ ਨੂੰ ਟੇਢੀ ਉਂਗਲ ਵੀ ਕਰਨੀ ਆਉਂਦੀ ਹੈ ਜੇ ਸਿੱਧੀ ਨਾਲ ਨਾ ਨਿਕਲੇ ਕਿਉਂ, ਲੰਘੇਗੀ ਤਾਂ ਕੱਲ੍ਹ ਨੂੰ ਵੀ ਇੱਥੋਂ ਦੀ ਹੈ, ਕੱਲ੍ਹ ਨੂੰ ਜਾ ਕੇ ਦਿਖਾਈ ਫਿਰ। ਹੁਣ ਮੈਨੂੰ ਕਹਾਂ ਤਾਂ ਕੀ ਕਹਾਂ, ਹੈਂ ਕਹਿੰਦਾ ਮੈਂ ਤੈਨੂੰ ਪਿਆਰ ਕਰਦਾ ਵੀ ਜਣੇ ਖਣੇ ਨਾਲ ਹੀ ਪਿਆਰ ਹੋ ਜਾਂਦਾ, ਲੋਕ ਵੀ ਗਰੀਬੀ ਦਾ ਬਹੁਤ ਫਾਇਦਾ ਉਠਾਉਂਦੇ ਨੇ, ਸ਼ਰਮ ਨਹੀਂ ਆਉਂਦੀ ਉਹਨੂੰ ਕਹਿੰਦੇ ਨੂੰ, ਹੁਣ ਜਣੇ ਖਣੇ ਨਾਲ ਹੀ ਮੈਨੂੰ ਪਿਆਰ ਹੋ ਜਾਊਗਾ, ਪਤਾ ਨਹੀਂ ਇਹ ਗੱਲਾਂ ਕਿੰਨੇ ਲੋਕਾਂ ਨੂੰ ਹੋਰ ਕਹਿੰਦਾ ਹੋਣਾ, ਕਿੰਨੀਆਂ ਕੁੜੀਆਂ ਨੂੰ ਕਹਿੰਦਾ ਹੋਣਾ। ਚੱਲ ਮੈਂ ਤਾਂ ਆਪਦਾ ਕੰਮ ਕਰਕੇ ਆਵਾਂ, ਹੋਰ ਹੀ ਬਿਪਤਾ 'ਚ ਪਾਤਾ। ਉਹ ਕੀ ਹਾਲ ਹੈ ਕਾਲੇ? ਠੀਕ ਹੈ ਬਾਈ, ਕਿਵੇਂ ਇੱਧਰੋਂ ਕਿੱਧਰੋਂ ਹੈ? ਉਹ ਇੱਧਰੋਂ ਤਾਂ ਤੈਨੂੰ ਦੱਸਿਆ ਤਾਂ ਹੈਗਾ ਜੀ ਗੱਲ,
ਹਾਂ ਬੰਤ ਵਾਲੀ ਕੁੜੀ ਨੀ ਲੰਘਦੀ ਹੁੰਦੀ ਹਾਂ ਉਹਦਾ ਚੱਕਿਆ ਦੀ ਟਾਈਮ ਅੱਛਾ ਫਿਰ ਮੰਨ ਗਈ ਮੰਨ ਗਈ ਕਿੱਥੇ ਯਾਰ ਉਹਨੇ ਹੱਥੇ ਨੀ ਧਰਾਇਆ ਹੈਗਾ ਹੋਰ ਮੈਂ ਤੈਨੂੰ ਕੀ ਕਹਿੰਦੇ ਸੀ ਵੀ ਇੰਨੀ ਜੀ ਕੁੜੀ ਨਹੀਂ ਹੈਗੀ ਉਹ ਇਹੋ ਜਿਹੀ ਕੁੜੀ ਵਾਲਾ ਗੱਲ ਨੀ ਹੈਗਾ ਉਹ ਤਾਂ ਪਹਿਲਾਂ ਦਿਨ ਤੀ ਮੈਂ ਠੰਡਾ ਚੱਲ ਗਿਆ ਨਾਲੇ ਤੈਨੂੰ ਤੇਰੇ ਬਾਈ ਦਾ ਪਤਾ ਤਾਂ ਹੈਗਾ ਫਿਰ ਐਂ ਤਾਂ ਮੈਨੂੰ ਪਤਾ ਹੈ ਬਾਈ ਵੀ ਆਪਾਂ ਮਨਾ ਕੇ ਹਟਦੇ ਹਾਂ ਉਹਦਾ ਜਦ ਮੈਂ ਕਿਹਾ ਪਹਿਲਾਂ ਦਿਨ ਕਾਹਨੂੰ ਜ਼ਿਆਦਾ ਤੰਗ ਕਰਨਾ ਕੱਲ ਨੂੰ ਤਾਂ ਆਪਾਂ ਡੰਡਾ ਡੁੱਕ ਦੇਣਾ ਗਰੀਬੀ ਦਾ ਆਪਣੇ ਨੂੰ ਫਸਾਊਗੀ ਪੰਜ ਦਸ ਹਜ਼ਾਰ ਦਾ ਦੇ ਦਾਂਗੇ ਲਾਲਚ ਆਪੇ ਉੜੀ ਆਊਗੀ ਉਹਦਾ ਬਾਪ ਬਿਮਾਰ ਜਾ ਰਹਿੰਦਾ ਦਵਾਈ ਦਵੂਈ ਲਿਆਊਗੀ ਨਾਲੇ ਘਰ ਦਾ ਆਪਦਾ ਸੌਦਾ ਪੱਤਾ ਲਿਆਊਗੀ ਉਹਨਾਂ ਗਰੀਬੀ ਗਰੂਬੀ ਦਾ ਪੈਸੇ ਪੂਸੇ ਜੇ ਬਣ ਜਾਂਦਾ ਕੰਮ ਹੁੰਦਾ ਤੈਨੂੰ ਇਹ ਗੱਲਾਂ ਦਾ ਤਾਂ ਪਤਾ ਹੀ ਨਹੀਂ ਹੈਗਾ ਉਹ ਮੈਂ ਤਾਂ ਐਂ ਕਹਿੰਦਾ ਸੀ ਵੀ ਵਿਚਾਰੀ ਦੀ ਯਾਰ ਇੱਜ਼ਤ ਖਰਾਬ ਹੋ ਜੂਗੀ ਯਾਰ ਉਹ ਕੁਛ ਨਹੀਂ ਹੁੰਦਾ ਇੱਜ਼ਤ ਉੱਜ਼ਤ ਗਰੀਬਾਂ ਦੀ ਕਿਹੜੀ ਇੱਜ਼ਤਾਂ ਹੁੰਦੀਆਂ ਨੇ ਨਾਲੇ ਨਾ ਨਾ ਯਾਰ ਇੱਜ਼ਤ ਤਾਂ ਤੁਹਾਡੇ ਵੱਧ ਲਿੰਕ ਹੁੰਦੇ ਨੇ ਥੋੜ੍ਹਾ ਜਿਹਾ ਜ਼ਿਮੀਂਦਾਰ ਕਰਕੇ ਬਾਹਰ ਅੰਦਰ ਫਿਰਦੇ ਰਹਿੰਦੇ ਹੋ ਬਸ ਗਰੀਬ ਐਂ ਵੀ ਪਿੰਡ ਗਲੀ 'ਚ ਕੰਮ ਕਰ ਕਰਕੇ ਯਾਰ ਗੁਜ਼ਾਰਾ ਕਰੀ ਜਾਂਦਾ ਕੁਛ ਯਾਰ ਇਹਦਾ ਡੈਡੀ ਬਿਮਾਰ ਰਹਿੰਦਾ ਵਿਚਾਰੀ ਇਹਦੇ ਹੀ ਸਿਰ 'ਤੇ ਚੱਲਦਾ ਕੰਮ ਕਰ ਕਰਕੇ ਯਾਰ ਕਮਾ ਲੈਂਦੀ ਹੈ ਥੋੜ੍ਹੇ ਬਹੁਤੇ ਪੈਸੇ ਚੱਲ ਕੋਈ ਨਾ ਉਨੇ ਕੁ ਪੈਸੇ ਤਾਂ ਮੈਂ ਆਪੇ ਦੇ ਦੂੰਗਾ ਤੈਨੂੰ ਕੀ ਪਤਾ ਤਾਂ ਹੈਗੇ ਐਂ ਮੈਨੂੰ ਪਤਾ ਬਾਈ ਉਹ ਚੱਲ ਕੋਈ ਤੂੰ ਬੜਾ ਜਬਲੀਆਂ ਜਾਂਦੇ ਮਾਰੂੰਗੀ ਮੂਡ ਖਰਾਬ ਕਰੀ ਜਾਂਦਾ ਯਾਰ ਕੱਲ੍ਹ ਨੂੰ ਦੇਖਾਂ ਕੀ ਬਣਦਾ ਚੱਲ ਕੋਈ ਨਾ ਬਾਈ ਹਾਂ ਚੰਗਾ ਇਹ ਵੀ ਪਤੰਦਰੋਂ ਲੈਕਚਰ ਦੇਣ ਲੱਗ ਜਾਂਦਾ ਸਾਰਾ ਦਿਨ ਮੂਡ ਖਰਾਬ ਕਰਨ 'ਤੇ ਰਹਿੰਦੇ ਕੱਲ ਨੂੰ ਕੱਢੀਏ ਯਾਰ ਕੰਡਾ ਦਾ ਵੀ ਕਿੰਨੇ ਦਿਨ ਹੋ ਗਏ ਮੇਰੇ ਰਾਹ ਰੋਕਦੇ ਨੂੰ ਚੱਲ ਸ਼ੁਕਰ ਅੱਜ ਤਾਂ ਉਹ ਹੈ ਨਹੀਂ ਗਾ ਮੈਂ ਮਰਚਾਂ ਆ ਗਿਆ ਉਹ ਕੀ ਹਾਲ ਹੈ ਮੇਰੀ ਖੰਡ ਦਾ ਮੇਰੀ ਗੱਲ ਸੁਣ ਲੈ ਜਵਾਨ ਸੰਭਾਲ ਕੇ ਬੋਲ ਕੀ ਬੋਲੀ ਜਾਂਦਾ ਤੂੰ ਉਹ ਮੈਂ ਤੈਨੂੰ ਮਾੜਾ ਚੰਗਾ ਬੋਲਿਆ ਮੈਂ ਤਾਂ ਖੰਡੇ ਕਿਹਾ ਤੈਨੂੰ ਨਾਲੇ ਪੂਰੇ 15 ਦਿਨ ਹੋ ਗਏ ਮੇਰਾ ਰਾਹ ਕਿਉਂ ਰੋਕਦਾ ਮੈਨੂੰ ਲੱਗਦਾ ਤੂੰ ਆਪਦੀ ਘਾਟ ਚੰਦ ਜੀ ਕਰਾ ਕੇ ਹਟੇਗਾ ਉਹ ਇੰਨੇ ਦਿਨ ਲੰਘਦੇ ਨਾ ਜੇ ਤੂੰ ਮੈਨੂੰ ਹਾਂ ਕਰਦਾ ਨਹੀਂ ਪਹਿਲੇ ਦਿਨੇ ਕਿਉਂ ਕਰਦਾ ਮੈਂ ਹਾਂ ਹਾਂ ਤਾਂ ਦਿੱਤਾ ਹੁਣ ਵੀ ਕਰਾਊਂਗਾ ਨਾ ਕੀ ਸਮਝ ਰੱਖਿਆ ਤੂੰ ਸਾਨੂੰ ਉਹ ਸਮਝਣ ਨੂੰ ਕੀ ਸਮਝਿਆ ਮੈਂ ਤਾਂ ਖੰਡ ਤੈਨੂੰ ਪਿਆਰ ਕਰਦਾ ਮੇਰੀ ਗੱਲ ਸੁਣ ਲੈ ਮੈਂ ਆਪਦੇ ਬਾਪੂ ਬਾਰੇ ਸੋਚਦੀ ਹਾਂ ਅੱਜ ਤੱਕ ਨਾ ਮੈਂ ਆਪਦੇ ਬਾਪੂ ਦੀ ਇੱਜ਼ਤ ਨੂੰ ਦਾਗ ਨਹੀਂ ਲਾਇਆ ਤੇ ਤੂੰ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਓਏ ਤੇਰੇ ਬਾਪੂ ਬਾਰੇ ਸੋਚਦਾ ਮੈਂ ਵੀ ਨਹੀਂ ਅੱਜ ਤੱਕ ਇੰਨਾ ਟਾਈਮ ਮੈਂ ਕਦੇ ਲੰਘਾਇਆ ਨਹੀਂ ਹੈਗਾ ਆਰ ਪਾਰ ਦੀ ਗੱਲ ਕਰਨ ਨੂੰ ਮਿੰਟ ਲਾਉਣਾ ਮੈਂ ਤੂੰ ਨਾ ਚੁੱਪ ਕਰਕੇ ਮੇਰਾ ਰਸਤਾ ਛੱਡ ਦੇ ਤੇ ਮੇਰਾ ਰਸਤਾ ਨਾ ਰੋਕਿਆ ਕਰ ਤੂੰ ਰੋਜ਼ ਮੇਰਾ ਰਾਹ ਰੋਕ ਕੇ ਖੜ ਜਾਂਦਾ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਖੰਡ ਤੇਰਾ ਰਾਹ ਅੱਜ ਤੋਰਾ ਰੋਕਦੀ ਨਹੀਂ ਹੈਗਾ ਜੇ ਤੂੰ ਕਿਹੜਾ ਮੈਨੂੰ ਹਾਂ ਕਰਦੇ ਤੈਨੂੰ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੋਣ ਦਿੰਦਾ ਹੈਗਾ ਪੈਸੇ ਦੀ ਟੱਕੇ ਦੀ ਖਾਣ ਦੀ ਪਹਿਨਣ ਦੀ ਪਿਆਰ ਤਾਂ ਤੈਨੂੰ ਮੈਂ ਉਹੀ ਵਾਧੂ ਕਰਦਾ ਤੇਰੇ ਗੰਦੇ ਪੈਸੇ ਤੇ ਤਾਂ ਮੈਂ ਥੁੱਕਦੀ ਵੀ ਨਹੀਂ ਹੈ ਤੂੰ ਸਾਨੂੰ ਸਮਝ ਕੀ ਰੱਖਿਆ ਅਸੀਂ ਗਰੀਬ ਹਾਂ ਅਸੀਂ ਐਂ ਵਿਕਦੇ ਨਹੀਂ ਹੈਗੇ ਆ ਜਿਹੜਾ ਤੂੰ ਸੋਚੀ ਜਾਂਦਾ ਨਾ ਇਹੋ ਜਿਹੇ ਇਨਸਾਨ ਨਹੀਂ ਹੈਗੇ ਅਸੀਂ ਉਹ ਜਾਣਦਾ ਮੈਂ ਕਾਹਨੂੰ ਹੀ ਕਹੋਣੀ ਹੈ ਫਿਰ ਵਿਕਣ ਨੂੰ ਕਿੱਡੀ ਗੱਲ ਹੁੰਦੀ ਹੈ ਤੇਰੇ ਵਰਗੀ ਨੂੰ ਮਾਰਿਆ 50,000 ਉਹਦੀ ਮਿੰਟਾਂ 'ਚ ਲੱਗ ਜਾਏਗੀ ਪਿਆਰ ਸ਼ਰਮ ਨਹੀਂ ਆਉਂਦੀ ਤੈਨੂੰ ਤੂੰ ਪਛਤਾਵੇਂਗੀ ਜਿਹੜਾ ਅੱਜ ਤੈਂ ਥੱਪੜ ਮਾਰੇ ਅੱਜ ਤੱਕ ਜੱਟ ਕਿਸੇ ਨੇ ਥੱਪੜ ਨਹੀਂ ਖਾਦਾ ਤੂੰ ਦਫਾ ਹੋਣਾ ਪੇਸ਼ ਪਿਆਗਾ ਕੋਈ ਨਾ ਅੱਜ ਲੰਘ ਗਈ ਫਿਰ ਕੱਲ ਨੂੰ ਬਦਲਾ ਤਾਂ ਲੈ ਕੇ ਹਟੂ ਇਸੇ ਗੱਲ ਦਾ ਜੱਟ ਨੇ ਅੱਜ ਤੱਕ ਕਿਸੇ ਤੋਂ ਥੱਪੜ ਨਹੀਂ ਖਾਦਾ ਦੀ ਉਹ ਕੱਕਾ ਵੀ ਆਉਂਦਾ ਮੂੰਹ ਜਾ ਡਿੱਗੀ ਅੱਜ ਤੱਕ ਕਰ ਗਈ ਹੋਈ ਕੰਮ ਹੋਰ ਕੱਕੇ ਉਹ ਠੀਕ ਹੈ ਕੀ ਗੱਲ ਹੋ ਗਈ ਮੂੰਹ ਜਾ ਡਿੱਗੀ ਆਨੇ ਉਹ ਮੂੰਹ ਜਾ ਤਾਂ ਕੀ ਡਿੱਗੀ ਦੱਸਾਂ ਆਹ ਕੀ ਨਾਲੇ ਗੱਲ ਜੀ ਤੇ ਦਾਗ ਜਾ ਪੈ ਰਿਹਾ
ਓਏ ਤਾਂ ਨਾਲ ਜੀ ਕਿਵੇਂ ਹੋ ਰਹੀ ਹੈ ਇਹ? ਅੱਜ ਤਾਂ ਥੱਪੜ ਮਾਰ ਗਈ ਯਾਰ। ਅੱਛਾ ਹੋਰ ਉਹੀ ਬੇਇੱਜ਼ਤੀ ਕਰਾਉਣ ਵਾਲਾ ਕੰਮ ਕਰਾ ਲਿਆ ਕਿ ਨਾ? ਤੈਨੂੰ ਮੈਂ ਕਹਿੰਦਾ ਤੀ ਵੀ ਕਾਹਨੂੰ ਗਰੀਬ ਦੀ ਇੱਜ਼ਤ ਰੋਲਦੇ। ਓਏ ਤੈਨੂੰ ਪਤਾ ਹੈ ਮਨਾ ਕੇ ਤਾਂ ਮੈਂ ਹਟੂੰਗਾ, ਮੰਨੂਗੀ ਨਹੀਂ ਤਾਂ ਬਦਨਾਮੀ ਕਰੂੰਗਾ, ਬਦਲਾ ਤਾਂ ਮੈਂ ਗੱਲ ਦਾ ਲੈਣ ਹੀ ਲੈਣਾ। ਜੱਟ ਨੇ ਅੱਜ ਤੱਕ ਕਿਸੇ ਤੋਂ ਥੱਪੜ ਖਾਧਾ ਨਹੀਂ, ਤੈਨੂੰ ਪਤਾ ਤਾਂ ਹੈਗਾ। ਉਹ ਥੱਪੜ ਤਾਂ ਨਹੀਂ ਖਾਧਾ, ਉਹਦੇ ਵੀ ਯਾਰ ਇੱਜ਼ਤ ਦਾ ਸਵਾਲ ਹੈ। ਉਹ ਐਂ ਹੁਣ ਤੈਨੂੰ ਰਾਹ 'ਚ ਕਹਿ ਦੇ ਵੀ ਲੈ ਮੈਂ ਤੇਰੇ ਨਾਲ ਕਰ ਲੂੰਗੀ, ਫਿਰ ਕਿਹੜਾ ਤੂੰ ਘੱਟ ਕੇ ਜਾ ਰਹੇਗਾ? ਫਿਰ ਵੀ ਤਾਂ ਇੱਕ ਦੋ ਮਲਾਜੇਦਾਰਾਂ ਲਈ ਕਮੀ ਗਈ ਵੀ ਮੇਰੀ ਗੱਲ ਹੋਊਗੀ। ਤਾਂ ਅੱਜ ਆ ਕੇ ਮੈਨੂੰ ਐਂ ਕਹਿ ਤਾ ਵੀ ਮੇਰੇ ਥੱਪੜ ਮਾਰਿਆ, ਤੂੰ ਕੱਲ੍ਹ ਨੂੰ ਮੈਨੂੰ ਆ ਕੇ ਐਂ ਕਹੇਗਾ ਵੀ ਮੇਰੀ ਤਾਂ ਗੱਲ ਬਣ ਗਈ। ਉਹ ਕੋਈ ਨਾ, ਫਿਰ ਕੀ ਹੋ ਗਿਆ? ਉਹ ਗੱਲ ਮਾੜੇ ਮਾੜੇ 'ਚ ਅੱਗੇ ਵਗ ਜਾਂਦੇ ਆ ਬਾਈ, ਅਗਲੀ ਹੈ ਕਰੋ ਵਗ ਜੇ ਫਿਰ ਆਪਾਂ ਕਿਉਂ ਨਾ ਡੋਲਾ ਕਰਾਉਣਾ ਹੈ? ਆਪਾਂ ਤਾਂ ਪਤਾ ਕੰਮ ਹੀ ਕੱਢਣਾ। ਹੁਣ ਤੱਕ ਆਪਾਂ ਨੇ ਜਿੰਨੀਆਂ ਕੁੜੀਆਂ ਨਾਲ ਗੱਲਬਾਤ ਕਰੀ ਆ, ਆਪਾਂ ਨੇ ਉਹਨਾਂ ਨਾਲ ਕੋਈ ਪਿਆਰ ਦੀ ਗੱਲ ਕਰੀ ਆ ਜਾਂ ਵਿਆਹ ਦਾ ਵਾਅਦਾ ਕਰਿਆ? ਦੇਖ ਆਪਣਾ ਤਾਂ ਟਾਈਮ ਪਾਸ ਹੀ ਕਰਨਾ, ਟਾਈਮ ਪਾਸ ਇਹਦੇ ਨਾਲ ਕਰਨਾ। ਇਹਨੂੰ ਐਂ ਵੀ ਮੈਂ ਹੱਥ ਧਰਾਉਂਦੀ ਨਹੀਂ, ਹਲੇ ਇਹਨੂੰ ਮੇਰੇ ਸਭਾ ਉਹਦਾ ਪਤੀ ਨਹੀਂ। ਉਹ ਮੈਂ ਕਹਿਣਾ ਇਹ ਦੁਨੀਆਂ ਦੇ ਕਹਿਣਾ ਹਰੇਕ ਕੁੜੀ ਟਾਈਮ ਪਾਸ ਵਾਲੀ ਨਹੀਂ ਹੁੰਦੀ। ਉਹ ਟਾਈਮ ਪਾਸ ਵਾਲੀ ਹੁੰਦੀ ਨਹੀਂ, ਆਪਣੇ ਵਾਸਤੇ ਤਾਂ ਹਰੇਕ ਟਾਈਮ ਪਾਸ ਵਾਲੀ ਹੈ। ਆਪਾਂ ਨੇ ਕੀ ਕਰਨਾ ਦੁਨੀਆਂ 'ਤੇ ਯਾਰ? 90% ਕੁੜੀਆਂ ਟਾਈਮ ਪਾਸ ਵਾਲੀਆਂ ਨੇ, 10% ਸਹੀ ਨੇ ਜੋ ਮਾਂ ਬਾਪਾਂ ਦੀ ਇੱਜ਼ਤ ਸਮਝਦੇ ਨੇ ਰੋਣ ਤੋਂ। ਉਹ ਚੱਲ ਆਪਾਂ ਨੇ ਕੀ ਲੈਣਾ? ਤੂੰ ਤਾਂ ਇੱਕ ਤਾਂ ਪਤੰਦਰ ਨੂੰ ਜੇ ਕੋਈ ਗੱਲ ਦੱਸ ਦੇ ਤਾਂ ਲੈਕਚਰ ਦੇਣ ਲੰਘ ਜਾਣਾ। ਨਾ ਤਾਂ ਅੱਜ ਦਾ ਕਿਸੇ ਕੁੜੀ ਨਾਲ ਤਾਂ ਗੱਲ ਕਰੀ, ਨਾ ਪਤੰਦਰਾਂ ਮੈਨੂੰ ਕਰ ਦਿੰਦਾ। ਮੈਨੂੰ ਤਾਂ ਕੱਢ ਲੈਣ ਦੇ, ਆਪਦਾ ਟਾਈਮ ਪਾਸ ਕਰ ਲੈਣ ਦੇ। ਉਹ ਟਾਈਮ ਪਾਸ ਕੀ ਹੈ ਯਾਰ ਬਾਈ, ਬੇਇੱਜ਼ਤੀ ਕਰਵਾ ਦੀ ਜੇ ਚਾਰ ਬੰਦੇ ਉੱਥੇ ਖੜ੍ਹੇ ਹੁੰਦੇ। ਉਹ ਚੱਲ ਕੁਛ ਨਹੀਂ ਹੁੰਦਾ ਬੇਇੱਜ਼ਤੀ ਕਿਉਂ, ਮੈਂ ਊਂ ਚੱਲ ਗਿਆ ਠੰਡਾ ਮਾਹ, ਚੱਲ ਕਾਹਨੂੰ ਇਹੋ ਜਿਹੀ ਗੱਲ ਕਰਨੀ ਹੈ, ਨਹੀਂ ਤਾਂ ਚੱਕ ਕੇ ਮੈਂ ਕੋਠੇ 'ਚ ਲਾ ਜਾਂਦਾ ਅੱਜ ਮੈਂ। ਚੱਲ ਕਾਹਨੂੰ, ਉਹ ਵੀ ਕਹਿ ਸਕਦੀ ਆਪਦੇ ਮਾਂ ਬਾਪ ਨੂੰ ਜਾ ਕੇ ਵੀ ਉਹ ਮੇਰੇ ਨਾਲ ਧੱਕਾ ਕਰਦਾ ਗੱਗਾ। ਉਹ ਕੋਈ ਧੱਕੇ ਨੂੰ ਫਿਰ ਆਪਣਾ ਕੀ ਵਿਗਾੜ ਲੈਣਗੇ? ਇਹੋ ਜਿਹੇ ਗਰੀਬਾਂ ਨੂੰ ਤਾਂ ਮਾਰ 20-50 ਹਜ਼ਾਰ ਰੁਪਈਆ ਚੁੱਪ ਕਰ ਜਾਂਦੇ ਨੇ, ਇਹ ਕੀ ਗੱਲ ਹੁੰਦੀ ਹੈ? ਉਹ ਅੱਜ ਕੱਲ੍ਹ ਬਾਈ ਹਰੇਕ ਐਵੇਂ ਦਾ ਨਹੀਂ ਹੁੰਦਾ। ਚੱਲ ਕੋਈ ਨਾ, ਚੱਲ ਕੋਈ ਨਾ ਬਾਈ, ਤੇਰੀ ਸਮਝ ਆ ਯਾਰ, ਬਾਕੀ ਕੀ ਕਰ ਸਕਦਾ? ਸਮਝਦਾ ਤੈਨੂੰ ਪਤਾ ਹੀ ਹੈ, ਆਪਾਂ ਤੈਨੂੰ ਪਤਾ ਆਪਾਂ ਦਾ ਯਾਰ ਕੰਮ ਕੱਢਣਾ। ਹੁਣ ਤਾਂ ਪਿੱਛੇ ਹਟ ਵੀ ਜਾਂਦਾ ਮੈਂ ਜੇ ਪਿਆਰ ਨਾਲ ਕਹਿੰਦਾ ਸੀ, ਪਰ ਉਹ ਅੱਜ ਥੱਪੜ ਮਾਰ ਗਈ। ਥੱਪੜ ਦਾ ਤਾਂ ਮੈਂ ਬਦਲਾ ਲੈ ਕੇ ਹਟੂੰ, ਚਾਹੇ ਮੈਨੂੰ ਕੁਛ ਵੀ ਕਰਨਾ ਪੈ ਜੇ। ਪੈਸੇ ਵਾਲੇ ਬੰਦੇ ਹੋ, ਲੈ ਸਕਦੇ ਹੋ? ਹਾਂ, ਚਾਹੇ ਮੈਨੂੰ ਕੁਛ ਵੀ ਕਰਨਾ ਪੈ ਜੇ, ਬਦਲਾ ਤਾਂ ਮੈਂ ਲੈ ਕੇ ਹਟੂੰਗਾ। ਅਸੀਂ ਜੀ ਤਾਂ ਹੈ ਨਹੀਂ ਯਾਰ, ਕਿਤੇ ਤਾਂ ਖਾਂਦੀ ਹੀ ਹੋਣੀ ਧੱਕੇ। ਉਹ ਐਂ ਤਾਂ ਦੁਨੀਆਂ ਕਿ ਪੜਦੇ ਨਾਲ ਚੱਲ ਕੀ ਪਤਾ ਲੱਗਦਾ ਬਈ, ਪਰਮਾਤਮਾ ਨੂੰ ਪਤਾ ਤਾਂ ਆਪਾਂ ਨੂੰ ਤਾਂ। ਉਹ ਫਿਰ ਬੜੀ ਸਿੱਤੀ ਸਵਿੱਤਰੀ ਬਣੀ ਫਿਰਦੀ ਹੈ, ਆਖੇ ਮੈਂ ਕਿਸੇ ਨੂੰ ਪਿਆਰ ਨਹੀਂ ਕਰਦੀ, ਮੈਂ ਇਹੀ ਜੀ ਕੁੜੀ ਨਹੀਂ, ਐਂ ਨਹੀਂ, ਬਾਹ ਨਹੀਂ। ਮੈਂ ਜਾਣਦਾ ਹੁੰਦਾ ਸੀ ਜਿਹਨੂੰ, ਅਸੀਂ ਜਿਹਦੇ ਚਾਰ ਚਾਰ ਪੰਜ ਪੰਜ ਚੱਕਰ ਚੱਲਦੇ ਹੁੰਦੇ ਨੇ, ਗਰੀਬੀ ਸਭ ਕੁਛ ਕਰਾ ਦਿੰਦੀ ਹੈ। ਜਦੋਂ ਪੈਸੇ ਟਕੇ ਦੀ ਲੋੜ ਹੁੰਦੀ ਹੈ ਨਾ, ਇੱਕ ਨਾਲ ਮੂੰਹ ਮਾਰਿਆ ਲੈਤੇ ਪੈਸੇ ਅਗਲੇ ਨਾਲ, ਦੂਜੇ ਨਾਲ ਮੂੰਹ ਮਾਰਿਆ ਲੈਤੇ ਪੈਸੇ ਤੀਜੇ ਨਾਲ, ਇਹਦਾ ਇੱਕ ਊਂ ਸੱਚੀਆਂ ਹੋ ਕੇ ਖੜ ਜਾਂਦੀਆਂ ਨੇ। ਮੈਨੂੰ ਤਾਂ ਨਹੀਂ ਲੱਗਦਾ ਯਾਰ ਬਾਈ। ਉਹ ਤੈਨੂੰ ਕੀ ਲੱਗਣਾ ਯਾਰ, ਜਦੋਂ ਤੂੰ ਇਸ ਚੱਕਰ 'ਚ ਕਦੇ ਪਈ ਨਹੀਂ ਹੈਗਾ, ਤੈਨੂੰ ਟੱਟੂ ਲੱਗਣੇ? ਤੈਨੂੰ ਤਾਂ ਸਾਰੀ ਦੁਨੀਆਂ ਇੱਕੋ ਜਿਹੀ ਲੱਗਦੀ ਵੀ ਤੇਰੇ ਵਰਗੀ ਹੈ। ਉਹ ਦੇਖ ਲੈ ਅੱਗੇ ਯਾਰ, ਬਾਕੀ ਤੈਨੂੰ ਬਾਈ ਜਿਵੇਂ ਸੂਤ ਲੱਗਦਾ, ਹੁਣ ਆਪਾਂ ਤਾਂ ਇਕੱਠੇ ਰਹਿੰਦੇ ਹਾਂ, ਤਾਂ ਮੈਂ ਤਾਂ ਤੈਨੂੰ ਬਾਈ ਰਹਿ ਦਿੰਦਾ ਤੀ। ਉਹ ਚੱਲ ਤੇਰੀ ਰਾਏ ਤਾਂ ਠੀਕ ਹੈ, ਕੋਈ ਨਾ ਮੈਂ ਚੱਲਦਾ ਹੁਣ, ਮੈਂ ਤਾਂ ਆਪਦਾ ਬਦਲਾ ਲੈ ਕੇ ਹਟੂੰਗਾ, ਜੋ ਮਰਜ਼ੀ ਕੁਛ ਕਰਨਾ ਪੈ ਜੇ। ਠੀਕ ਹੈ, ਚੰਗਾ ਬਾਈ। ਹਾਲੇ ਮੈਂ ਸ਼ਾਇਦ ਪਿੱਛੇ ਹਟ ਵੀ ਜਾਂਦਾ ਆ ਜਿਹੜਾ ਥੱਪੜ ਮਾਰ ਗਿਆ ਅੱਜ, ਇਸੇ ਦਾ ਦੁੱਖ ਹੈ ਮੈਨੂੰ। ਠੀਕ ਹੈ, ਚੱਲ ਠੀਕ ਹੈ, ਚੰਗਾ। ਥੱਪੜ ਮਾਰੂਗੀ ਨਹੀਂ ਬਾਈ, ਜੇ ਕਰੋ ਗਰੀਬੀ ਐਂ ਤਾਂ ਨਹੀਂ ਵੀ ਇੱਜ਼ਤ ਰੋਲਦੀ ਫਿਰਦੀ ਹੈ, ਜਣੇ ਖਣੇ ਨਾਲ ਅਗਲੀ ਗੱਲਬਾਤ ਕਰ ਲੂਗੀ, ਜਿੰਨੀ ਕੁ ਅਗਲੀ ਦੀ ਪਰੋਖ ਉਨੀ ਕੁ ਤਾਂ ਅਗਲੀ ਕਰਕੇ ਹਟੂਗੀ।
ਅਗਲੀ ਸਮਝੂਗੀ ਵੀ ਤਕੜਾ ਹੋਣਾ ਆਪਦੇ ਘਰੇ ਹੋਣਾ, ਵੀ ਅਸੀਂ ਵੀ ਕੰਮ ਕਰਕੇ ਖਾਂਦੇ ਹਾਂ, ਮੰਗ ਕੇ ਤਾਂ ਨਹੀਂ ਖਾਂਦੇ। ਚੱਲ ਮੈਂ ਫਟਾਫਟ ਰੋਟੀ ਬਣਾ ਲਾ, ਬਾਪੂ ਵੀ ਪੱਠੇ ਧੋਣ ਵਾਲੇ ਹੋਊਗਾ। ਉਹ ਹਾਂਜੀ, ਸਾਡੀ ਸਰਕਾਰ ਰੋਟੀਆਂ ਲਾਉਣ ਲੱਗ ਗਈ। ਤੁਸੀਂ ਇੱਥੇ ਕਿਉਂ? ਹੈਰਾਨੀ ਹੋਈ ਮੈਨੂੰ ਇੱਥੇ ਦੇਖ ਕੇ। ਮੇਰੀ ਗੱਲ ਸੁਣੋ ਸੁਣੋ, ਕਿਸੇ ਨੇ ਦੇਖਿਆ ਤਾਂ ਨਹੀਂ? ਦੇਖ ਲੈ ਫਿਰ, ਮੈਨੂੰ ਕਿਹੜਾ ਡਰ ਆ, ਜਦੋਂ ਪਿਆਰ ਕੀਤਾ ਤਾਂ ਡਰਨਾ ਹੀ ਕੀ। ਮੇਰਾ ਨਾ ਬਾਪੂ ਆਉਣ ਵਾਲਾ ਹੈਗਾ ਪੱਠੇ ਤੋਂ, ਤੁਸੀਂ ਇੱਥੇ ਕਿਵੇਂ ਆ ਗਏ? ਮੈਂ ਤਾਂ ਬਸ ਤੇਰੇ ਦਰਸ਼ਨ ਕਰਨ ਹੀ ਆ ਗਿਆ। ਤੂੰ ਐਂ ਦੱਸ ਬਈ, ਉੱਧਰੋਂ ਆਉਣੋਂ ਕਾਹਤੋਂ ਹਟ ਗਈ? ਨਾ ਲੱਸੀ ਨਹੀਂ ਲਿਆਉਂਦੀ ਨੰਬਰਦਾਰਾਂ ਨੇ, ਨਾ ਉਹਨਾਂ ਦਾ ਕੰਮ ਕਾਰ ਕਰਨ। ਮੈਂ ਕਿੰਨੇ ਦਿਨ ਹੋ ਗਏ ਤੈਨੂੰ ਦੇਖਿਆ ਨਹੀਂ, ਤਾਂ ਕਰਕੇ ਮੈਂ ਤੈਨੂੰ ਮਿਲਣ ਆ ਗਿਆ, ਮੇਰਾ ਜੀ ਜਾਣ ਲੱਗਿਆ। ਪਹਿਲਾਂ ਮੈਨੂੰ ਐਂ ਦੱਸੋ, ਤੁਹਾਨੂੰ ਡਰ ਨਹੀਂ ਲੱਗਿਆ ਇੱਥੇ ਆਉਂਦਿਆਂ ਨੂੰ? ਨਾਲੇ ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ? ਉਹ ਨਹੀਂ ਦੇਖਿਆ ਬਾਬਾ, ਨਹੀਂ ਦੇਖਿਆ, ਕਿਉਂ ਡਰਦੀ ਇਹਨਾਂ ਤੋਂ? ਹੈਂ ਕੀ ਕਰਾਂ ਜੀ, ਮੈਂ ਤਾਂ ਹਟ ਗਈ। ਮੈਂ ਬਾਪੂ ਨਾਲ ਨਾ ਗੱਲ ਕਰੀ ਸੀ, ਆ ਦੋ ਚਾਰ ਮਲੰਗ ਜੇ ਮੇਰਾ ਰਾਹ ਰੋਕ ਕੇ ਖੜ ਜਾਂਦੇ ਸੀ। ਅੱਛਾ, ਹਾਰ ਕੇ ਬਾਪੂ ਕਹਿੰਦਾ ਪੁੱਤ ਤੂੰ ਕੰਮ ਤੋਂ ਹਟੀ ਜਾ। ਕਿਉਂ ਰਾਹ ਰੋਕਦੇ ਨੇ ਤੇਰਾ? ਹਾਂ, ਗਰੀਬਾਂ ਨੂੰ ਤਾਂ ਕੋਈ ਕੰਮ ਵੀ ਨਹੀਂ ਕਰਨ ਦਿੰਦਾ। ਇਹੋ ਜਿਹਾ ਕਿਹੜਾ ਬੰਦਾ ਮੈਂ ਵੱਢ ਕੇ ਦੱਬ ਦੂੰਗਾ ਉੱਥੇ? ਤੂੰ ਨਾਂ ਤਾਂ ਲੈ ਕੇ ਰਾਂ। ਕਿਹਦਾ ਕਿਹਦਾ ਨਾਂ ਦੇ ਲਵਾਂ, ਪਿੰਡ 'ਚ 100 ਮਲੰਗ ਤੁਰੇ ਫਿਰਦੇ ਨੇ, ਪਤਾ ਨਹੀਂ ਕਿਹੋ ਜਿਹੇ ਇਨਸਾਨ ਨੇ। ਤੂੰ ਨਾਂ ਤਾਂ ਲੈ ਦੇ ਕੇ ਰਾਂ, ਗੰਨ ਕਾਹਦੇ ਵਾਸਤੇ ਰੱਖੀ ਆ, ਘਰੇ ਇਹੀ ਕੰਮਾਂ ਨੂੰ ਰੱਖੀ ਆ ਫਿਰ? ਸਾਨੂੰ ਦੱਸੀ ਤਾਂ ਜਾਂਦੀ ਹੈ ਜੀ, ਕਿਹਦਾ ਕਿਹਦਾ ਨਾਂ ਲਵਾਂ, ਬਥੇਰੇ ਨੇ, ਮੈਂ ਤਾਂ ਉਹਦਾ ਨਾਂ ਵੀ ਨਹੀਂ ਜਾਣਦੀ ਕੌਣ ਆ ਉਹ, ਤਾਂ ਬਹੁਤ ਤੰਗ ਕਰਦਾ ਹੈਗਾ। ਮੈਂ ਤਾਂ ਰਸਤਾ ਬਦਲ ਬਦਲ ਕੇ ਵੀ ਆਈ, ਪਰ ਉੱਧਰ ਵੀ ਮੇਰਾ ਰਾਹ ਰੋਕ ਲਿਆ, ਬਹੁਤ ਕੁਛ ਬੋਲਦਾ, ਤੁਹਾਨੂੰ ਕੀ ਦੱਸਾਂ ਮੈਂ। ਚੱਲ ਤੂੰ ਐਂ ਕਰ, ਤੂੰ ਜਾਇਆ ਨਾ ਕਰ, ਪੈਸੇ ਧੇਲੇ ਲੋੜ ਆ ਤੇਰੀ ਮੈਂ ਪੂਰੀ ਕਰਦਾ ਨਾ, ਕੋਈ ਲੋੜ ਨਹੀਂ ਜਾਣ ਦੀ ਕਿਤੇ, ਆਪਾਂ ਛੇਤੀ ਵਿਆਹ ਕਰਾ ਰਹੇ ਹਾਂ ਬਸ। ਬਾਪੂ ਦੀ ਦਵਾਈ ਦਾ ਤਾਂ ਨਹੀਂ ਹੁਣ ਕੋਈ ਦਿੱਕਤ? ਠੀਕ ਆ ਬਾਪੂ, ਹੁਣ ਤਾਂ ਠੀਕ ਆ, ਫਰਕ ਪੈ ਗਿਆ, ਦਵਾਈ ਦਵਾਤੀ ਸੀ ਵਧੀਆ। ਚੱਲ ਜੇ ਹੋਰ ਪੈਸਿਆਂ ਦੀ ਲੋੜ ਹੋਈ ਦੱਸ ਦੇ, ਠੀਕ ਆ? ਕੋਈ ਗੱਲ ਨਹੀਂ, ਪੈਸਿਆਂ ਦੀ ਤਾਂ ਮੈਂ ਦੱਸ ਦੂੰਗੀ, ਬਾਕੀ ਚਾਰ ਪਿਆਰ ਦੀਆਂ ਗੱਲਾਂ ਤਾਂ ਕਰ ਲਾ ਹੁਣ। ਮੇਰੀ ਗੱਲ ਸੁਣੋ, ਬਾਪੂ ਆਉਣ ਵਾਲਾ, ਮੈਂ ਤੁਹਾਨੂੰ ਬਾਹਰ ਹੀ ਮਿਲ ਲੂੰਗੀ। ਕਦੇ ਤੇਰੇ ਹੱਥਾਂ ਦੀਆਂ ਰੋਟੀਆਂ ਮੈਨੂੰ ਤਾਂ ਖਵਾ ਦੇ। ਹੈ ਕੋਈ ਨਾ, ਬਹੁਤ ਜ਼ਿਆਦਾ ਇਕੱਲੀ ਖਾਈ ਜਾਂਦੀ ਆ। ਚਲੋ ਤੁਸੀਂ ਜਾਓ ਜੀ, ਮੈਨੂੰ ਡਰ ਲੱਗਦਾ ਬਾਪੂ ਨਾ ਆ ਜੇ ਕਿਤੇ। ਮੈਨੂੰ ਤਾਂ ਐਂ ਸੀ ਮੈਂ ਖੁੱਲ੍ਹ ਕੇ ਪਿਆਰ ਦੀਆਂ ਗੱਲਾਂ ਕਰਾਂ, ਕਦੇ ਟਾਈਮ ਹੀ ਨਹੀਂ ਲੱਗਿਆ। ਐਂ ਨਹੀਂ ਮੈਂ ਜਾਂਦਾ ਹੁਣ, ਪਰ ਤੂੰ ਤਾਂ ਡਰੀ ਜਾਂਦੀ ਹੈ। ਡਰ ਤਾਂ ਹੁੰਦੀ ਹੈ ਜੀ, ਆ ਬਾਪੂ ਨੂੰ ਪਤਾ ਲੱਗ ਗਿਆ ਵਿਚਾਰਾ ਕੀ ਸੋਚੂਗਾ। ਚੱਲ ਐਂ ਕਰ, ਮੈਨੂੰ ਤਾਂ ਬਾਪੂ ਨਾਲ ਗੱਲ ਕਰਦੀ ਨੂੰ ਵੀ ਬਸ ਡਰ ਜਿਹਾ ਲੱਗਦਾ, ਹੌਸਲੇ ਨਹੀਂ ਆਉਂਦਾ ਵੀ ਬਾਪੂ ਨਾਲ ਮੈਂ ਕਿਵੇਂ ਗੱਲ ਕਰੂੰਗੀ ਆਪਣੇ ਵਿਆਹ ਦੀ। ਗੱਲ ਕਰ ਲਾਂਗੇ, ਬਹੁਤ ਛੇਤੀ ਕਰਦੇ ਹਾਂ ਆਪਾਂ ਵਿਆਹ ਵਾਰੀ, ਛੇਤੀ ਗੱਲ ਕਰ ਦਿਆਂਗੇ। ਆਪਣੇ ਨੰਬਰਦਾਰਾਂ ਦੀ ਕੋਠੀ ਦੇ ਪਿੱਛੇ ਆਪਣਾ ਖੇਤ ਹੈਗਾ, ਠੀਕ ਹੈ, ਉੱਥੇ ਆਪਣੀ ਮੋਟਰ ਆ, ਮਿਲਾਂਗੇ, ਵਾਅਦਾ ਕਰ, ਉੱਥੇ ਆਏਗੀ ਤਾਂ ਜਾਊਂਗਾ ਮੈਂ। ਹਾਂ ਮੈਂ ਆਊਂਗੀ ਕੱਲ੍ਹ ਸਵੇਰੇ, ਠੀਕ ਹੈ, ਉੱਥੇ ਮਿਲਦਾ ਆਪਾਂ ਵਿਆਹ ਬਾਰੇ ਗੱਲ ਕਰਦੇ ਹਾਂ, ਠੀਕ ਹੈ। ਚਲੋ ਤੁਸੀਂ ਹੁਣ ਜਾਓ, ਮੇਰਾ ਬਾਪੂ ਆਉਣ ਵਾਲਾ ਹੈ। ਜਾਵਾਂ? ਜਾਓ, ਮੇਰਾ ਤਾਂ ਜੀ ਨਹੀਂ ਕਰਦਾ, ਲੱਗਦਾ ਤੇਰੇ ਚੰਨ ਵਰਗੇ ਮੁੱਖ ਨੂੰ ਇੱਥੇ ਬੈਠਾ ਦੇਖਦਾ ਰਹਾਂ। ਕੋਈ ਨਾ, ਮੈਂ ਕੱਲ੍ਹ ਨੂੰ ਪੱਕਾ ਆਊਂਗੀ, ਹੁਣ ਬਾਪੂ ਦਾ ਵੀ ਧਿਆਨ ਰੱਖਣਾ ਨਾ, ਨਾਲੇ ਬਾਪੂ ਵਿਚਾਰਾ ਭੁੱਖਾ ਗਿਆ, ਹੁਣ ਰੋਟੀ ਖਾਣੀ ਉਹਨਾਂ ਨੇ। ਇੰਨੀ ਘਬਰਾਈ ਕਾ ਤੂੰ, ਹੱਸ ਕੇ ਤਾਂ ਦਿਖਾ ਇੱਕ ਵਾਰੀ, ਤੇਰੇ ਚਿੱਟੇ ਚਿੱਟੇ ਮੋਤੀਆਂ ਵਰਗੇ ਦੰਦ ਕਿੰਨੇ ਸੋਹਣੇ ਲੱਗਦੇ ਆ, ਹੈ ਨਾ। ਚਲੋ ਜਾਓ ਜੀ, ਮੈਨੂੰ ਜੀ ਕਰਦਾ ਤੈਨੂੰ ਦੇਖੀ ਜਾਵਾਂ, ਸੂਰਜ ਤੇਰੇ ਸੋਹਣੇ ਸੋਹਣੇ ਮੁੱਖ 'ਚੋਂ ਚਮਕਾਰੇ ਮਾਰਦਾ ਗਾ, ਜਿਹਨੇ ਅੰਬਰਾਂ ਦਾ ਚੰਨ ਤਾਰਿਆਂ ਦੇ ਵਿੱਚੋਂ ਦੀ ਗੂੜੀ ਨੇਰੀ ਰਾਤ ਨੂੰ ਚਮਕਦਾ ਹੋਵੇ। ਚੱਲ ਜਾਣਾ, ਮਿਲਦੇ ਹਾਂ ਛੇਤੀ, ਠੀਕ ਆ? ਠੀਕ ਹੈ।
ਸੱਚੀ ਬਹੁਤ ਨੇਕ ਦਿਲ ਇਨਸਾਨ ਹੈ, ਕਿੰਨਾ ਸਾਊ ਹੈ। ਮੁੰਡੇ ਤਾਂ ਬਹੁਤ ਦੇਖੇ ਨੇ ਪਰ ਸੱਚੀ ਤੁਹਾਡੇ ਵਰਗਾ ਨਹੀਂ ਦੇਖਿਆ। ਸੱਚੀ ਬਹੁਤ ਵਧੀਆ ਨੇ। ਕੱਲ੍ਹ ਨੂੰ ਮਿਲਣ ਜ਼ਰੂਰ ਜਾਊਂਗੀ ਮੈਂ ਇਹਨਾਂ ਨੂੰ। ਇੱਕ ਵਾਰ ਬਾਪੂ ਨੂੰ ਨਾ ਮੈਂ ਰੋਟੀ ਖਵਾ ਦਾਂ। ਜੀ ਤਾਂ ਕਰਦਾ ਮੈਂ ਹੁਣੀ ਵਗ ਜਾਂਦੀ ਪਰ ਕੀ ਕਰਾਂ, ਬਾਪੂ ਕਿੰਨੀ ਵੀ ਦੇਖਣਾ। ਚੱਲ ਮੈਂ ਰੋਟੀ ਬਣਾਵਾਂ। ਹਾਂ ਓਏ ਸੁੱਖੀ ਨਹੀਂ ਹੈਗਾ ਇਹ। ਬੰਤੇ ਚਾਚੇ ਘਰੋਂ ਕਿੱਧਰੋਂ ਨਿਕਲੇ? ਬੰਤਾ ਚਾਚਾ ਤਾਂ ਖੇਤ ਫਿਰਦਾ ਜੀ, ਕਣਕ ਨੂੰ ਪਾਣੀ ਲਾਉਂਦਾ। ਅੱਛਾ ਜੱਸੀ ਫਿਰ ਸਹੀ ਗੱਲ ਕਹਿੰਦਾ ਤੀ, ਇਹਦਾ ਸੁੱਖੀ ਨਾਲ ਫਿਰਦੀ ਹੈ ਧੱਕੇ ਖਾਂਦੀ। ਮੈਂ ਉਹਦੀ ਗੱਲ 'ਤੇ ਯਕੀਨ ਨਹੀਂ ਕਰਿਆ, ਤਾਂ ਹੀ ਇਹਦਾ ਹੱਥ ਨਹੀਂ ਧਰਾਉਂਦੀ ਹੈਗੀ। ਹੁਣ ਟਾਈਮ ਆ ਗਿਆ ਆਪਣੀ ਗੱਲ ਦਾ ਬਦਲਾ ਲੈਣ ਦਾ, ਜਿਹੜਾ ਥੱਪੜ ਮਾਰੇ ਦੀ ਨੇ ਚਾਚੇ ਬੰਤੇ ਨਾਲ। ਅੱਜ ਕਰਦੇ ਹਾਂ ਗੱਲ ਵੀ ਚਾਚਾ ਤੂੰ ਤਾਂ ਕਿੱਧਰ ਕਿੱਧਰ ਫਿਰੀ ਜਾਂਦਾ ਕੰਮ ਕਰਦਾ, ਤੂੰ ਘਰੇ ਦੀ ਤਾਂ ਗੌਰ ਰੱਖ ਲਿਆ ਕਰ। ਬੜੀ ਸਤੀ ਸਵਿਤਰੀ ਬਣੀ ਫਿਰਦੀ ਤੀ, ਅੱਜ ਕਰਦਾ ਤੇਰਾ ਘੁੱਗਾ ਚਿੱਤ ਆਉਣ ਦੇ, ਅੱਜ ਕਰਦਾ ਗੱਲ ਚਾਚੇ ਬੰਤੇ ਨਾਲ। ਮੈਂ ਮਰਾਉਣਾ ਤੈਨੂੰ ਥੱਪੜ। ਲੈ ਸੁੱਖੀ ਅਮਨ ਨੂੰ 10 ਵਜੇ ਕਿਹਾ ਸੀ, ਟਾਈਮ ਤਾਂ ਹੋ ਗਿਆ ਯਾਰ, ਪਰ ਲਾਰਾ ਵੀ ਨਹੀਂ ਲਾਉਂਦੀ, ਵਿਸ਼ਵਾਸ ਤਾਂ ਹੈਗਾ। ਆ ਜੂਗੀ, ਚੱਲ 10-15 ਮਿੰਟ ਡੀ ਕਰ ਲੈਂਦੇ, ਕਈ ਵਾਰ ਕੋਈ ਡਿੱਕਾ ਫੜਿੱਕਾ ਲੱਗ ਗਿਆ ਹੋਵੇ ਹੋ ਜਾਂਦਾ। ਆਈ ਨਹੀਂ ਹੈਗੀ ਯਾਰ, ਕਿੱਧਰ ਲੰਘ ਗਈ? ਉਹ ਕਿਵੇਂ ਜਨਾਬ, ਕੀ ਹਾਲ ਹੈ ਸਾਡਾ? ਠੀਕ ਹੈ ਜੀ, ਵਧੀਆ। ਬਹਿ ਜਾਓ ਫਿਰ। ਅੱਛਾ ਮੇਰੀ ਉਡੀਕ ਕਰ ਰਹੇ ਸੀ ਤੁਸੀਂ? ਹੋਰ ਮੈਂ ਤਾਂ ਉਡੀਕੀ ਜਾਂਦਾ ਯਾਰ, ਮੈਂ 5 ਮਿੰਟ ਉੱਤੋਂ ਦੀ ਲੰਘ ਗਏ। ਮੈਂ ਕਿਹਾ ਕਦੇ ਪਹਿਲਾਂ ਤਾਂ ਕੀਤਾ ਨਹੀਂ ਹੈਗਾ, ਬਸ ਹੁਣ ਵੀ ਬੋਚ ਬਚਾ ਕੇ ਆਈ ਹਾਂ ਤੁਹਾਨੂੰ ਮਿਲਣ। ਉਹ ਬਸ ਥੋੜ੍ਹਾ ਟਾਈਮ ਹੀ ਆਪਾਂ ਮਿਲਣਾ ਲਾਉਣਾ, ਉਸ ਤੋਂ ਬਾਅਦ ਤਾਂ ਮੇਰੇ ਘਰ ਹੀ ਆ ਜਾਏਗੀ, ਫਿਰ ਆਪਾਂ ਕਿੱਥੋਂ ਮਿਲਣਾ ਮਿਲਾਉਣਾ ਹੈ। ਉਹ ਤਾਂ ਠੀਕ ਹੈ ਜੀ, ਕਦੇ ਇਹਨਾਂ ਕੰਮਾਂ 'ਚ ਬੜੇ ਨਹੀਂ ਨਾ ਹੈਗੇ, ਡਰ ਤਾਂ ਲੱਗਦੀ ਹੈ ਨਾ। ਹਾਂ ਉਹ ਤਾਂ ਤੇਰੀ ਗੱਲ ਸਹੀ ਆ ਗਈ, ਜਿਹੜੀਆਂ ਇੱਜ਼ਤਦਾਰ ਕੁੜੀਆਂ ਹੁੰਦੀਆਂ ਨੇ ਨਾ, ਉਹ ਸਭ ਕੁਝ ਸੋਚਦੀਆਂ ਆਪਦੇ ਬਾਬਲ ਦੀ ਪੱਗ ਬਾਰੇ, ਹੈ ਨਾ, ਆਪਦੇ ਖਾਨਦਾਨ ਬਾਰੇ ਬਹੁਤ ਸੋਚ ਸਮਝ ਕੇ ਚੱਲਦੀਆਂ ਨੇ। ਤਾਂ ਹੀ ਤਾਂ ਯਾਰ ਮੈਂ ਤੈਨੂੰ ਪਸੰਦ ਕਰਦਾ, ਤੇਰੇ ਵਰਗੀਆਂ ਕੁੜੀਆਂ ਲੱਖਾਂ 'ਚੋਂ ਇੱਕ ਮਿਲਦੀਆਂ ਨੇ। ਹਾਂਜੀ ਮੈਂ ਤਾਂ ਬਾਪੂ ਬਾਰੇ ਬਹੁਤ ਸੋਚਦੀ ਹਾਂ, ਅੱਜ ਤੱਕ ਬਾਪੂ ਨੂੰ ਕਦੇ ਨੀਵਾਂ ਨਹੀਂ ਝਾਕਣ ਦਿੱਤਾ ਮੈਂ, ਤਾਂ ਹੀ ਡਰ ਲੱਗਦਾ। ਚੱਲ ਮੈਨੂੰ ਤੁਸੀਂ ਵਧੀਆ ਇਨਸਾਨ ਲੱਗੇ, ਤੁਹਾਡਾ ਸੁਭਾਅ ਵਧੀਆ ਲੱਗਿਆ, ਅਤੇ ਬਾਕੀ ਜੋ ਤੁਸੀਂ ਮੈਨੂੰ ਉਸ ਦਿਨ ਗੱਲਾਂ ਕਹੀਆਂ ਉਹ ਮੇਰੇ ਦਿਲ ਨੂੰ ਲੱਗ ਗਈਆਂ। ਕਿਉਂਕਿ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਦੁਨੀਆਦਾਰੀ ਦਾ ਵੀ ਕਿੱਦਾਂ ਦੇ ਲੋਕ ਨੇ, ਮਤਲਬੀ ਨੇ, ਸਵਾਰਥੀ ਨੇ। ਉਹ ਤੇਰੀ ਗੱਲ ਸਹੀ ਆ, ਜ਼ਿਆਦਾਤਰ ਲੋਕ ਨਾ ਗੱਲਾਂ ਦਾ ਕੜਾਹ ਬਣਾ ਕੇ ਲੋਕਾਂ ਨੂੰ ਭਰਮਾ ਲੈਂਦੇ ਨੇ। ਹਾਂਜੀ ਪਰ ਮੈਂ ਉਹ ਬੰਦਾ ਨਹੀਂ ਹੈਗਾ, ਜੋ ਮੈਂ ਕਹਿਣਾ ਉਹ ਕਰਕੇ ਵੀ ਦਿਖਾਉਣਾ। ਬਾਕੀ 9 ਮਹੀਨੇ ਹੋ ਗਏ ਆਪਣਾ ਪਿਆਰ ਪੈ ਨੂੰ, ਤੈਨੂੰ ਪਤਾ ਵੀ ਲੱਗ ਗਿਆ ਹੈ। ਹਾਂਜੀ ਉਹ ਤਾਂ ਹੈ। ਹੋਰ ਦੱਸ? ਠੀਕ ਹੈ ਜੀ, ਮੈਂ ਕਰਵਾਈਏ ਫਿਰ, ਤਿਆਰ? ਹਾਂਜੀ ਮੈਂ ਤਿਆਰ ਹਾਂ, ਪਰ ਇੱਕ ਵਾਰ ਬਾਪੂ ਨਾਲ ਗੱਲ ਕਿਵੇਂ ਕਰਾਂ? ਗੱਲ ਤਾਂ ਜੀ ਮੈਂ ਕਰਨੀ ਹੁੰਦੀ ਨਾ, ਮੈਂ ਕਿੱਦਾਂ ਦਾ ਕਰ ਲੈਂਦਾ, ਪਰ ਮੈਂ ਤੈਨੂੰ ਕਿਹਾ ਸੀ ਨਾ ਮੈਨੂੰ ਪਰਖ ਕੇ ਦੇਖ, ਮੈਂ ਤੈਨੂੰ ਟਾਈਮ ਦਿੱਤਾ, ਮੈਨੂੰ ਸਮਝ ਆਉਂਦਾ। ਹੁਣ ਮੇਰੇ ਹਿਸਾਬ ਨਾਲ ਤੂੰ ਮੈਨੂੰ ਚੰਗੀ ਤਰ੍ਹਾਂ ਸਮਝ ਗਈ, ਹੈ ਨਾ? ਹਾਂਜੀ ਮੈਂ ਪਰਖ ਲਿਆ। ਕੁਛ ਕੁ ਦਿਨ ਹੋਰ ਦਿੰਦਾ, ਆਪਾਂ ਆਉਂਦੇ 80 ਦਿਨ ਨਰਾਤਿਆਂ 'ਚ ਵਿਆਹ ਕਰਾ ਲਾਂਗੇ, ਇੰਨਾ ਕੁ ਟਾਈਮ ਤੈਨੂੰ ਹੋਰ ਦਿੱਤਾ। ਚਲੋ ਉਹ ਤਾਂ ਤੁਸੀਂ ਜਦੋਂ ਮਰਜ਼ੀ ਕਰਵਾ ਲਿਓ ਵਿਆਹ ਤਾਂ, ਪਰ ਮੈਨੂੰ ਹੁਣ ਤੁਹਾਡੇ 'ਤੇ ਪੂਰਾ ਵਿਸ਼ਵਾਸ ਹੋ ਗਿਆ, ਜਿੰਨਾ ਰੱਬ 'ਤੇ ਵਿਸ਼ਵਾਸ ਹੈ ਨਾ ਓਨੀ ਤੁਹਾਡੇ 'ਤੇ ਵਿਸ਼ਵਾਸ ਹੈ ਮੈਨੂੰ।
ਨਾ ਵਧੀਆ ਗੱਲ ਆ ਯਾਰ, ਐਂ ਵਿਸ਼ਵਾਸ ਹੋਣਾ ਚਾਹੀਦਾ, ਕਿਉਂਕਿ ਜਿਹੜਾ ਪਤੀ ਅਤੇ ਪਤਨੀ ਦਾ ਰਿਸ਼ਤਾ ਨਾ, ਉਹ ਇੱਕ ਵਿਸ਼ਵਾਸ 'ਤੇ ਟਿਕਿਆ ਹੁੰਦਾ। ਜੇ ਉਹ ਵਿਸ਼ਵਾਸ ਦੇ ਵਿੱਚ ਥੋੜ੍ਹੀ ਜਿਹੀ ਵੀ ਤਰੇੜ ਆ ਜਾਏ ਨਾ, ਉਹ ਰਿਸ਼ਤਾ ਜਿਹੜਾ ਟੁੱਟ ਜਾਂਦਾ ਗਾ ਅਤੇ ਟੁੱਟ ਕੇ ਚੂਰੋ ਚੂਰ ਹੋ ਜਾਂਦਾ ਗਾ। ਫਿਰ ਉਹ ਇੱਕ ਵਾਰੀ ਇਹ ਰਿਸ਼ਤੇ ਦੇ ਵਿੱਚ ਦਰਾੜ ਆ ਜਾਏ ਨਾ, ਦੁਬਾਰੇ ਉਹ ਜੁੜਦਾ ਨਹੀਂ ਹੁੰਦਾ। ਹਾਂਜੀ, ਇਹ ਜਿਹੜਾ ਰਿਸ਼ਤਾ ਹੁੰਦਾ ਇਹ ਰੇਤ ਦੀਆਂ ਕੰਧਾਂ ਦੀ ਤਰ੍ਹਾਂ ਹੁੰਦਾ ਗਾ। ਇਹ ਥੋੜ੍ਹਾ ਜਿਹਾ ਹੀ ਕੋਈ ਹਿੱਲ ਜੁੱਲ ਹੋਣ 'ਤੇ ਢਹਿ ਢੇਰੀ ਹੋ ਜਾਂਦਾ ਗਾ। ਹਾਂਜੀ, ਉਹ ਤਾਂ ਹੈ। ਬਸ ਮੈਂ ਆਪਣੇ ਬਾਪੂ ਬਾਰੇ ਸੋਚਦੀ ਹਾਂ ਕਿ ਮੈਨੂੰ ਕਦੇ ਧੋਖਾ ਨਾ ਦਿਓ, ਬਸ ਮੇਰਾ ਵਿਸ਼ਵਾਸ ਬਣਾ ਕੇ ਰੱਖਿਓ, ਤਾਂ ਕਿ ਮੇਰੇ ਬਾਪੂ ਨੂੰ ਨਾ ਮੇਰੇ ਤੋਂ ਕੋਈ ਦੁੱਖ ਨਾ ਹੋਵੇ। ਮੈਂ ਵੀ ਬਾਪੂ ਨੂੰ ਦੁਖੀ ਨਹੀਂ ਦੇਖ ਸਕਦੀ ਅਤੇ ਬਾਪੂ ਵੀ ਮੈਨੂੰ ਜ਼ਰਾ ਵੀ ਦੁਖੀ ਨਹੀਂ ਦੇਖ ਸਕਦਾ। ਮੈਂ ਤੇਰੀ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ। ਬਸ ਮੈਂ ਕੁਛ ਹੀ ਦਿਨਾਂ ਤੱਕ ਕੋਈ ਨਾ ਕੋਈ ਵਿਚੋਲਾ ਪਾ ਕੇ ਹੈ ਨਾ ਤੇਰੇ ਬਾਪੂ ਕੋਲ ਭੇਜਦਾ, ਬਸ ਫਿਰ ਤੈਨੂੰ ਮੈਂ ਆਪਣੇ ਘਰ ਲਿਆਉਣਾ। ਠੀਕ ਹੈ ਜੀ। ਹਾਂ, ਕੀ ਤਾਂ ਮੈਂ ਯਾਰ ਤੈਨੂੰ ਤਾਂ ਉਹਦੇ ਤੇਰੇ ਘਰ ਆ ਗਿਆ, ਮੈਂ ਕਈ ਦਿਨ ਹੋ ਗਏ, ਮੈਂ ਯਾਰ ਪਤਾ ਨਹੀਂ ਘਰੇ ਕੀ ਗੱਲ ਹੋ ਗਈ ਹੋਊਗਾ, ਮੈਨੂੰ ਫਿਕਰ ਹੋ ਗਿਆ ਸੀ, ਤਾਂ ਕਰਕੇ ਮੈਂ ਉਹਦੇ ਰੋਟੀਆਂ ਲਾਉਂਦੀ ਤੇਰੇ ਕੋਲ ਗਿਆ। ਮੈਨੂੰ ਪਤਾ ਸੀ ਤੇਰਾ ਬਾਪੂ ਖੇਤ ਗਿਆ, ਤਾਂ ਹੀ ਮੈਂ ਆ। ਮੈਂ ਨਹੀਂ ਹੈਗਾ ਵੀ ਤੇਰਾ ਬਾਪੂ ਉਰੇ ਫਿਰਦਾ ਹੋਵੇ ਹੈ ਨਾ, ਉੱਤੇ ਆ ਜੇ ਸ਼ੱਕ ਹੋ ਜੇ, ਇਹ ਵੀ ਗਲਤ ਗੱਲ ਆ। ਮੈਂ ਤੇਰੀ ਇੱਜ਼ਤ ਬਾਰੇ ਵੀ ਸੋਚਦਾ ਹੈ ਨਾ। ਫਿਕਰ ਵੀ ਬਾਕੀ ਆਪਣਿਆਂ ਨੂੰ ਹੁੰਦੀ ਹੈ ਨਾ, ਜੇ ਤੁਸੀਂ ਮੈਨੂੰ ਆਪਣਾ ਸਮਝਦੇ ਹੋ ਤਾਂ ਹੀ ਤੁਹਾਨੂੰ ਫਿਕਰ ਹੋਈ। ਹਾਂ, ਬਾਕੀ ਤੈਨੂੰ ਪਤਾ ਹੀ ਮੈਂ ਦੱਸਿਆਗਾ, ਦੇਖ ਆਪਣੇ ਪਿਆਰ ਪੈ ਨੂੰ ਕਿੰਨਾ ਟਾਈਮ ਹੋ ਗਿਆ। ਦੇਖ ਮੈਂ ਤੈਨੂੰ ਕੋਈ ਤੇਰੇ ਨਾਲ ਸੰਬੰਧ ਬਣਾਇਆ, ਰਿਲੇਸ਼ਨ ਬਣਾਇਆ, ਜਾਂ ਤੈਨੂੰ ਕਦੇ ਗਲਤ ਟੱਚ ਵੀ ਕੀਤਾ ਹੋਵੇ ਹੈ ਨਾ। ਇਹੀ ਗੱਲਾਂ ਤਾਂ ਤੁਹਾਡੀਆਂ ਮੈਨੂੰ ਵਧੀਆ ਲੱਗੀਆਂ ਜੀ। ਹਾਂ, ਮੈਂ ਤੈਨੂੰ ਉਹੀ ਮੌਕਾ ਦਿੱਤਾ ਵੀ ਤੂੰ ਪਰਖ ਕੋਈ ਨਾ ਆਪਦੀ, ਤੂੰ ਤਸੱਲੀ ਕਰ ਹੈ ਨਾ, ਕਿਉਂਕਿ ਜਿਹੜੀਆਂ ਕੁੜੀਆਂ ਕਾਹਲ ਕਰ ਜਾਂਦੀਆਂ ਨਾ ਰਿਸ਼ਤੇ 'ਚ, ਉਹ ਬਾਅਦ ਦੇ ਵਿੱਚ ਪਛਤਾਉਂਦੀਆਂ। ਹੁਣ ਤੈਨੂੰ ਪਤਾ ਕਿੰਨੀਆਂ ਕੁੜੀਆਂ ਲਵ ਮੈਰਿਜ ਕਰਾਈ ਜਾਂਦੀਆਂ ਹੈ ਨਾ, ਜ਼ਰੂਰ ਵਿਆਹ ਤੋਂ ਸਾਲ ਬਾਅਦ ਐਂ ਪਤਾ ਲੱਗਦਾ 6 ਮਹੀਨੇ ਉਹ ਵੀ ਤਲਾਕ ਹੋ ਗਏ, ਐਂ ਹੋ ਗਿਆ। ਕਾਰਨ ਕੀ, ਉਹ ਪਰਖਦੀਆਂ ਨਹੀਂ ਹੈਗੀਆਂ ਹੈ ਨਾ, ਸਮਾਂ ਨਹੀਂ ਦਿੰਦੀਆਂ ਹੈਗੀਆਂ, ਸਮਝ ਤੋਂ ਕੰਮ ਨਹੀਂ ਲੈਂਦੀਆਂ। ਸ਼ਾਇਦ ਤੂੰ ਵੀ ਨਾ ਉਹ ਚੀਜ਼ ਸੋਚਦੀ, ਪਰ ਮੈਂ ਤੈਨੂੰ ਮੌਕਾ ਦਿੱਤਾ ਉਹ ਸਭ ਕੁਛ ਕਰਨ ਦਾ। ਸਹੀ ਗੱਲ ਆ, ਤੁਹਾਨੂੰ ਦੱਸੀ ਜਾਂਦੇ ਵੀ ਅੱਜ ਤੱਕ ਮੈਂ ਕਿਸੇ ਨੂੰ ਪਿਆਰ ਨਹੀਂ ਕੀਤਾ, ਜੇ ਪਿਆਰ ਕੀਤਾ ਵੀ ਹੈ ਤਾਂ ਸਿਰਫ ਤੁਹਾਨੂੰ। ਉਹੀ ਚੀਜ਼ ਹੈ, ਤਾਂ ਹੀ ਮੈਂ ਤੈਨੂੰ ਮੌਕਾ ਦਿੱਤਾ ਵੀ ਤੂੰ ਮੈਨੂੰ ਪਿਆਰ ਕੀਤਾ। ਆਪਾਂ ਵਿਆਹ ਕਰਾਉਣਾ ਯਾਰ, ਵਿਆਹ ਕਿਹੜਾ ਕੋਈ ਗੁੱਡਾ ਗੁੱਡੀ ਦਾ ਖੇਲ ਆ ਹੈ ਨਾ, ਆਪਾਂ ਸਾਰੀ ਜ਼ਿੰਦਗੀ ਨਿਭਾਉਣੀ ਆ, ਕੱਲ੍ਹ ਨੂੰ ਆਪਣੇ ਬੱਚੇ ਹੋਣਗੇ, ਲੰਮੇ ਸਮੇਂ ਤੱਕ ਚੱਲਣਾ ਜੇ ਦੋਨਾਂ ਜੀਆਂ 'ਚ ਬਣਦੀ ਆ ਨਾ। ਕਹਿੰਦੇ ਜਿਵੇਂ ਇੱਕ ਕਹਾਵਤ ਨਹੀਂ ਹੁੰਦੀ, ਕਹਿੰਦੇ ਵਿਆਹ ਦਾ ਲੱਡੂ ਜਿਹਨੇ ਖਾਧਾ ਉਹ ਵੀ ਪਛਤਾਉਂਦਾ, ਜਿਹਨੇ ਨਹੀਂ ਖਾਧਾ ਉਹ ਵੀ ਪਛਤਾਉਂਦਾ। ਗੱਲ ਇਹ ਨਹੀਂ, ਅਸਲ 'ਚ ਕਹਾਵਤ ਹੈ ਹੀ ਗਲਤ ਆ, ਗੱਲ ਇਸ ਤਰ੍ਹਾਂ ਵੀ ਜਿਹੜਾ ਵਿਆਹ ਵਾਲਾ ਲੱਡੂ ਆ ਕਿਸੇ ਦੇ ਆ ਜਾਂਦਾ ਫਿੱਟ, ਜੇ ਤਾਂ ਆ ਜੀ ਫਿੱਟ ਤਾਂ ਜ਼ਿੰਦਗੀ ਜਿਹੜੀ ਸਵਰਗ ਬਣ ਜਾਂਦੀ ਹੈਗੀ, ਜੇ ਉਹ ਲੱਡੂ ਫਿੱਟ ਨਾ ਆਵੇ ਫਿਰ ਨਰਕ ਤੋਂ ਵੀ ਭੇੜੀ ਜ਼ਿੰਦਗੀ। ਸਹੀ ਗੱਲ ਹੈ ਜੀ। ਇਹੀ ਚੀਜ਼ ਆ ਬਈ, ਸਭ ਕੁਛ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ ਨਾ, ਜੇ ਆਪਾਂ ਇੱਕ ਦੂਜੇ ਨੂੰ ਸੋਚ ਸਮਝ ਕੇ ਚੱਲਾਂਗੇ ਆਪਣੀ ਇੱਕ ਦੂਜੇ ਨਾਲ ਸੋਚ ਮਿਲ ਜਾਂਦੀ ਹੈਗੀ। ਹਾਂਜੀ, ਅਤੇ ਫਿਰ ਉਹ ਜ਼ਿੰਦਗੀ ਸਵਰਗ ਦਾ ਰੂਪ ਹੀ ਹੈਗੀ, ਹੋਰ ਕਿਤੇ ਜਾਣ ਦੀ ਲੋੜ ਨਹੀਂ, ਉਹ ਘਰ 'ਚ ਹੀ ਬੰਦੇ ਵਾਸਤੇ ਸਵਰਗ ਆ। ਮੈਨੂੰ ਇੱਕ ਗੱਲ ਦੱਸੋ, ਜ਼ਿੰਦਗੀ 'ਚ ਮੈਨੂੰ ਖੁਸ਼ ਰੱਖੋਗੇ? ਤੂੰ ਕੀ ਸੋਚਦੀ ਆ, ਤੂੰ ਦੱਸ ਦੇ ਪਹਿਲਾਂ ਬਈ ਮੈਂ ਤੈਨੂੰ ਖੁਸ਼ ਰੱਖ ਸਕਦਾ। ਮੈਨੂੰ ਤਾਂ ਲੱਗਦਾ ਵੀ ਦੁਨੀਆ ਦੀਆਂ ਜਿੰਨੀਆਂ ਵੀ ਖੁਸ਼ੀਆਂ ਨੇ ਨਾ, ਉਹ ਤੁਸੀਂ ਮੇਰੀ ਝੋਲੀ ਪਾ ਦੋਗੇ, ਅਤੇ ਜਿੰਨੇ ਮੈਂ ਜ਼ਿੰਦਗੀ ਦੇ ਵਿੱਚ ਦੁੱਖ ਦੇਖਿਆ, ਗਰੀਬੀ ਦੇਖੀ ਆ, ਕਿ ਅੱਜ ਤੋਂ ਬਾਅਦ ਕਦੇ ਨਹੀਂ ਦੇਖੂੰਗੀ। ਬਸ ਤੂੰ ਕਹੇਗੀ ਨਾ, ਜੇ ਤੂੰ ਕਹੇਗੀ ਵੀ ਮੈਨੂੰ ਅੰਬਰਾਂ ਦਾ ਚੰਨ ਲਿਆ ਦੇ, ਮੈਂ ਉਹ ਵੀ ਤੋੜ ਕੇ ਤੇਰੀ ਝੋਲੀ 'ਚ ਪਾ ਦੂੰਗਾ, ਹੋਰ ਯਾਰ ਮੈਂ ਤੇਰੇ ਵਾਸਤੇ ਕੀ ਕਰ ਸਕਦਾ ਹੈ। ਹਾਂਜੀ, ਇੰਨਾ ਤਾਂ ਮੈਨੂੰ ਵਿਸ਼ਵਾਸ ਆ ਤੁਹਾਡੇ 'ਤੇ। ਚਲੋ ਕਣਕ ਨੂੰ ਦੇਖੀਏ, ਮੈਨੂੰ ਤਾਂ ਲੱਗਦਾ ਅੱਜ ਲਾਈਟ ਆ ਰਹੀ ਹੈ, ਛੱਡਦਾ ਨੇ ਪਾਣੀ ਹੈ ਨਾ, ਹੋਰ ਗਰਮੀ ਦੀ ਵਾਲੀ ਪੈਂਦੀ ਹੈ, ਕਿਤੇ ਊਂ ਸੁੱਕ ਉਹ ਕਰ ਜੇ ਕਣਕ ਮਾਜੂ ਰਹਿ ਜੇ। ਆਹ ਕਿਹਦੀ ਆਵਾਜ਼ ਆਉਂਦੀ ਹੈ, ਕੌਣ ਬੋਲਣ ਲੱਗ ਰਿਹਾ? ਲੈ ਹੁਣ ਐਂ ਕਰ, ਜੀ ਤਾਂ ਕਰਦਾ ਨਹੀਂ ਕਿ ਮੈਂ ਤੈਨੂੰ ਭੇਜਾਂ, ਮੇਰਾ ਜੀ ਜਾ ਕਿਵੇਂ ਲੱਗੂਗਾ, ਫਿਰ ਵੀ ਐਂ ਹੈ ਨਾ ਕੋਈ ਦੇਖ ਲੈ ਇੱਥੇ ਆਪਾਂ।
ਹਾਂਜੀ ਬੈਠਿਆ ਚਲ ਆਪਦੇ ਖੇਤੇ ਕੋਈ ਨਾ ਕੋਈ ਆਉਂਦਾ ਰਹਿੰਦਾ ਹਾਂਜੀ ਤੂੰ ਹੁਣ ਚਲੀ ਆ ਫਿਰ ਆਪਾਂ ਮਿਲਦੇ ਹਾਂ ਅਤੇ ਮੈਂ ਤੈਨੂੰ ਦੱਸਦਾ ਕਿਵੇਂ ਨਾ ਕਿਵੇਂ ਆ ਕੇ ਤੇਰੇ ਘਰ ਆ ਕੇ ਦੱਸੂਗੀ ਆਪਾਂ ਠੀਕ ਹੈ ਜੀ ਹੁਣ ਨਾ ਵਿਆਹ ਦੀ ਗੱਲ ਮੈਂ ਸੋਡੇ ਤੇ ਛੱਡੀ ਆ ਦੇਖੋ ਮੈਂ ਤਾਂ ਬਾਪੂ ਨਾਲ ਇਹ ਗੱਲ ਕਰ ਨਹੀਂ ਨਾ ਸਕਦੀ ਬਸ ਤੈਨੂੰ ਮੈਂ ਖੁਸ਼ਖਬਰੀ ਸਰਪ੍ਰਾਈਜ਼ ਹੀ ਦੇਊਂਗਾ ਦੁਆ ਠੀਕ ਹੈ ਗੱਲਬਾਤ ਕਰਕੇ ਠੀਕ ਹੈ ਜੀ ਅੱਛਾ ਇਹ ਗੱਲ ਹੈ ਬੜੀ ਸਤੀ ਸਵਿਤਰੀ ਬਣੀ ਬਣਦੀ ਤੀ ਮੇਰੇ ਮੂਹਰੇ ਤਾਂ ਆਖੇ ਮੈਂ ਪਿਆਰ ਕਰਦੀ ਨਹੀਂ ਐਂ ਨਹੀਂ ਕਰਦੀ ਆ ਫਿਰਦੀ ਅਲੇ ਸੁੱਖੀ ਨਾਲ ਖੇਹ ਖਾਂਦੀ ਮੈਂ ਇਹ ਵੀ ਸੋਚਾਂ ਵੀ ਕੀ ਗੱਲ ਮੈਨੂੰ ਹਾਏ ਨਹੀਂ ਕਰਦੀ ਆਖੇ ਸਾਡਾ ਗਰੀਬਾਂ ਦਾ ਕਿਹੜਾ ਪਿਆਰ ਹੁੰਦਾ ਆ ਹੁੰਦਾ ਆਹ ਹੁੰਦਾ ਪਿਆਰ ਮੋਟਰਾਂ 'ਤੇ ਫਿਰਦੀਆਂ ਗੇੜੇ ਦਿੰਦੀ ਅੱਛਾ ਹਲੇ ਪਿਆਰ ਮੰਗ ਰਹੇ ਰਹਿ ਗਿਆ ਤੇਰਾ ਚੱਲ ਕੋਈ ਨਹੀਂ ਥੱਪੜ ਦਾ ਬਦਲਾ ਲੈਣ ਦਾ ਹੁਣ ਆ ਗਿਆ ਵੇਲਾ ਚਾਚੇ ਬੰਤਰ ਨਾਲ ਅੱਜ ਘਰੇ ਜਾ ਕੇ ਕਰਦੇ ਹਾਂ ਗੱਲ ਨਾਲੇ ਥੋੜ੍ਹੀ ਜਿਹੀ ਵੀਡੀਓ ਬਣਾ ਦਈਏ ਜਰਾ ਐਂ ਤਾਂ ਚਾਚਾ ਬੰਤ ਕਹੂਗਾ ਵੀ ਪਤਾ ਨਹੀਂ ਦੋਸ਼ਣ ਲਾਉਂਦਾ ਮੇਰੀ ਕੁੜੀ 'ਤੇ ਹਾਂ ਕੋਈ ਸਬੂਤ ਵੀ ਚਾਹੀਏ ਨਾ ਫਿਰ ਇਹ ਪਤਾ ਲੱਗੂਗਾ ਸਿਆਲ ਅੱਜ ਕਰਦੇ ਹਾਂ ਗੱਲ ਅੱਜ ਦੱਸਦਾ ਤੈਨੂੰ ਵੀ ਥੱਪੜ ਕਿਵੇਂ ਮਾਰੀ ਲੈ ਬੜੀ ਆਈ ਹੈ ਸਤੀ ਸਵਿਤਰੀ ਅੱਜ ਕਰਦੇ ਚਾਚੇ ਬੰਤੇ ਨਾਲ ਗੱਲ ਜਾ ਕੇ ਜੇ ਮੇਰੇ ਨਾਲ ਨਹੀਂ ਨਾ ਪਿਆਰ ਕਰਦੀ ਕਰਨ ਤੈਨੂੰ ਇਹਦੇ ਨਾਲ ਵੀ ਨਹੀਂ ਚੱਲ ਮੈਂ ਜਾਂਦੀ ਹਾਂ ਫਿਰ ਹੁਣ ਠੀਕ ਹੈ ਆਪਦਾ ਧਿਆਨ ਰੱਖਿਓ ਹੱਸ ਕੇ ਦਿਖਾ ਜਾ ਕੇ ਚੱਲ ਠੀਕ ਹੈ ਜੀ ਤੇਰੇ ਮੂੰਹ ਚੋਂ ਮੋਤੀ ਕਰਦੇ ਨੇ ਠੀਕ ਹੈ ਚੱਲ ਮੈਂ ਜਾਂਦੀ ਹਾਂ ਫਿਰ ਧਿਆਨ ਰੱਖਿਓ ਆਪਦਾ ਚੰਗਾ ਆ ਜਾ ਕੋਈ ਕਾਲੇ ਚੱਲ ਹੋਰ ਚਾਚਾ ਬੰਤ ਉਹ ਠੀਕ ਹੈ ਕਿਹੜਾ ਬਾਈ ਉਹ ਗੱਗਾ ਮੈਂ ਤਾਂ ਆ ਠੀਕ ਹੈ ਬਾਈ ਬਹਿ ਜਾ ਸਿਹਤ ਕਿਵੇਂ ਹੋਣਾ ਸਿਹਤ ਪੈਡਰ ਆਉਂਦਾ ਠੀਕ ਹੈ ਠੀਕ ਹੈ ਹੁਣ ਦਵਾਈ ਦੁਈ ਚੱਲੀ ਜਾਂਦੀ ਹੈ ਅੱਛਾ ਧੁੱਪ ਸੇਕਣ ਲੱਗ ਗਿਆ ਹੋਰ ਪਾਲਾ ਲੱਗਿਆ ਨਾ ਚੱਲ ਕੋਈ ਨਾ ਹੋਰ ਕਿਵੇਂ ਆਉਣੇ ਹੋਏ ਚਾਚਾ ਮੈਂ ਤਾਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਦੱਸ ਜੇ ਗੁੱਸਾ ਤਾਂ ਨਹੀਂ ਕਰਦਾ ਮੈਂ ਤਾਂ ਦੇਖ ਤੈਨੂੰ ਆਪਦੇ ਵਾਰ ਕਰਕੇ ਤਾਂ ਕਹੂੰਗਾ ਇਹ ਗੱਲ ਨਹੀਂ ਮੈਨੂੰ ਤਾਂ ਕੀ ਲੋੜ ਤੀ ਇਹੋ ਜਿਹੀ ਕਿਹੋ ਜਿਹੀ ਗੱਲ ਹੈ ਜਿਹੜੀ ਆਪਣੀ ਕੁੜੀ ਨਹੀਂ ਅਮਨ ਹਾਂ ਉਹ ਸੁੱਖੀ ਨਹੀਂ ਹੈਗਾ ਹਾਂ ਪਰਲੇ ਪਾਸੋਂ ਉਹਨਾਂ ਦੋਵਾਂ ਦੀ ਗੱਲਬਾਤ ਹੋ ਰਹੀ ਹੈ ਤੂੰ ਇਹ ਕੀ ਕਹਿ ਰਿਹਾ ਮੇਰੀ ਧੀ ਬਾਰੇ ਤੈਨੂੰ ਸ਼ਰਮ ਤਾਂ ਆਉਣੀ ਚਾਹੀਦੀ ਇਹੋ ਜਿਹੀ ਗੱਲ ਕਹਿੰਦੇ ਨੂੰ ਚਾਚਾ ਮੈਂ ਤੇਰੇ ਲਵੇ ਤਾਂ ਹੀ ਨਹੀਂ ਗੱਲ ਕਰਦਾ ਸੀ ਮੇਰੀ ਧੀ ਸਿਉਣੇ ਦਾ ਰੁਪਈਆ ਤੈਨੂੰ ਗੱਲ ਕਰਦੇ ਨੂੰ ਮਾੜੀ ਸ਼ਰਮ ਦਾ ਆਪਦੇ ਪੈਰਾਂ 'ਚ ਨਹੀਂ ਦੇਖ ਲੈਣਾ ਚਾਹੀਦਾ ਸੀ ਮੈਂ ਤਾਂ ਚਾਚਾ ਤੇਰੇ ਆਪਦੇ ਕਰਕੇ ਕਰ ਰਿਹਾ ਗੱਲ ਨਹੀਂ ਮੈਨੂੰ ਤਾਂ ਕੀ ਲੋੜ ਤੀ ਇਹ ਗੱਲ ਹੋ ਹੀ ਨਹੀਂ ਸਕਦੀ ਚੱਲ ਕੋਈ ਨਾ ਤੈਨੂੰ ਨਹੀਂ ਯਕੀਨ ਨਾ ਮੈਂ ਤੈਨੂੰ ਵੀਡੀਓ ਦਿਖਾ ਦਾ ਨਾ ਚੱਲ ਗੱਲ ਸਹੀ ਹੈ ਨਹੀਂ ਯਾਰ ਐਂ ਥੋੜ੍ਹੀ ਹੋ ਸਕਦੀ ਸਬੂਤ ਦੇਖ ਆਹ ਦੇਖ ਚਾਚਾ ਇਹਦਾ ਉੱਥੇ ਬੈਠੇ ਗੱਲਾਂ ਮਾਰ ਲੱਗ ਰਹੇ ਤੇ ਅੱਛਾ ਹਾਂ ਇਹ ਮੈਂ ਉਦੋਂ ਮੈਂ ਤਾਂ ਖੇਤ ਨੂੰ ਜਾਂਦਾ ਸੀ ਕਣਕ ਨੂੰ ਪਾਣੀ ਲਾਉਣ ਪੁੱਛ ਲੈਣਾ ਕਣਕ ਨੂੰ ਪੁੱਛ ਲੈ ਮੈਂ ਮੂੰਹ ਤੇ ਗੱਲ ਕਰਾਂ ਪੁੱਤ ਅਮਨ ਆ ਗਈ ਬਾਪੂ ਪੁਰੇ ਆ ਪੁੱਤ ਹਾਂ ਬਾਪੂ ਤੂੰ ਪੁੱਤ ਇਹ ਕੀ ਕਹਿ ਰਹੇ ਨੇ ਤੇਰੇ ਬਾਰੇ ਨਾ ਤੂੰ ਸਾਡੇ ਘਰੇ ਕੀ ਕਰਨ ਆਇਆਗਾ ਇਹ ਤਾਂ ਤੇਰੇ ਬਾਪੂ ਤੋਂ ਪੁੱਛ ਲੈ ਕੀ ਕਰਨ ਆਇਆ ਕੀ ਕਹਿੰਦਾ ਬਾਪੂ ਇਹ ਪੁੱਤ ਐ ਕਹਿੰਦਾ ਕਹਿੰਦਾ ਫਰਲੇ ਵੇੜੇ ਜਿਹੜਾ ਸੁੱਖੀ ਆ ਮੁੰਡਾ ਉਹਦੇ ਨਾਲ ਬੈਠ ਕੇ ਗੱਲਾਂ ਕਰਦੀ ਆ ਰੋਜ਼ ਮੈਂ ਕਿਹਾ ਮੇਰੀ ਕੁੜੀ ਸੋਨੇ ਦਾ ਰੁਪਈਆ ਤੂੰ ਕਹਿਣਾ ਕੀ ਚਾਹੁੰਦੇ ਉਹ ਬਾਪੂ ਵਾਲੇ ਸੋਨੇ ਦਾ ਰੁਪਈਆ ਮੰਗ ਰਹੇ ਰਹਿ ਕੇ ਸਾਰਾ ਸਬੂਤ ਤਾਂ ਤੈਨੂੰ ਦਿਖਾਇਆ ਤਾ ਨਾ ਮੇਰੀ ਗੱਲ ਸੁਣ
ਅੱਛਾ ਤੂੰ ਉਹਨੂੰ ਤਾਂ ਕਹਿਤਾ, ਤੂੰ ਆਪਦੀ ਕਰਤੂਤ ਵੀ ਦੱਸ ਦੇ। ਆ ਕਿੰਨੇ ਦਿਨ ਮੇਰਾ ਰਾਹ ਰੋਕਦਾ ਰਿਹਾ, ਤੈਨੂੰ ਸ਼ਰਮ ਨਹੀਂ ਆਈ? ਬਾਪੂ ਤੁਹਾਨੂੰ ਮੈਂ ਦੱਸਿਆ ਸੀ ਨਾ ਜਿਹੜੀ ਗੱਲ, ਉਹ ਇਹੀ ਮੁੰਡਾ ਗਾ ਜਿਹੜਾ ਮੇਰਾ ਰਾਹ ਰੋਕਦਾ ਸੀ। ਤੈਨੂੰ ਸ਼ਰਮ ਨਹੀਂ ਆਉਂਦੀ ਯਾਰ? ਇਹਦਾ ਤੇਰੀ ਫੋਟੋ ਖਿੱਚੀ ਫਿਰਦਾ ਉਹਦੇ ਨਾਲ ਮੁੰਡੇ ਨਾਲ, ਕੀ ਗੱਲ ਹੈ ਪੁੱਤ? ਮੈਨੂੰ ਸਹੀ ਸਹੀ ਦੱਸ ਵੀ ਕੋਈ ਗੱਲ ਹੈਗੀ ਹੈ ਕਿ ਉਹੀ ਖਿੱਚੀ ਫਿਰਦਾ? ਪਹਿਲਾਂ ਬਾਪੂ ਇਹਨੂੰ ਪੁੱਛ ਇਹਨੇ ਮੇਰੇ ਨਾਲ ਕੀ ਕੀਤੀ ਆ, ਆਪਦੀ ਕਰਤੂਤ ਦੱਸ ਪਹਿਲਾਂ। ਤੈਨੂੰ ਵੀ ਸੰਗ ਆਈ ਕੁੜੀ ਦਾ ਰਾਹ ਰੋਕਦੇ ਨੂੰ? ਉਹ ਚਾਚਾ ਮੈਂ ਤਾਂ ਰਾਹ ਰੋਕਿਆ ਦੀ ਰੋਕਿਆ ਦੀ, ਜਿਹੜੇ ਮੁੰਡੇ ਨਾਲ ਇਹ ਫਿਰਦੀ ਹੈ ਉਹ ਕਿਹੜੇ ਦੇ ਨਾਲ ਵਿਆਹ ਕਰਾਊਗਾ? ਉਹ ਵੀ ਤਾਂ ਟਾਈਮ ਪਾਸ ਹੀ ਕਰਦਾ ਹੈ। ਉਹ ਯਾਰ ਜੇ ਅਸੀਂ ਗਰੀਬ ਆ ਸਾਡਾ ਇੰਨਾ ਮਜ਼ਾਕ ਨਾ ਉਡਾਇਆ ਕਰੋ ਤੁਸੀਂ ਲੋਕ। ਬਸ ਤੂੰ ਤਾਂ ਉਹਦੇ ਪੈਰ ਵਰਗਾ ਵੀ ਨਹੀਂ ਬਣ ਸਕਦਾ, ਕਿੱਥੇ ਤੂੰ ਹੈ, ਤੂੰ ਸ਼ਰਮ ਮੰਨ, ਤੂੰ ਉਹਦੇ ਵਰਗਾ ਬਣ ਜਾਏਗਾ। ਉਹ ਚੱਲ ਤੈਨੂੰ ਜ਼ਿਆਦਾ ਮਾਣ ਹੈ, ਉਹਨੂੰ ਫੋਨ ਕਰਕੇ ਉਰੇ ਬੁਲਾ ਲੈ, ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਜੂ। ਕੋਈ ਨਾ ਆਈਡੀ ਵੀ ਕੋਈ ਗੱਲ ਨਹੀਂ, ਮੈਂ ਹੁਣੇ ਬੁਲਾਉਣੀ ਆ। ਬਾਪੂ ਮੈਂ ਫੋਨ ਕਰਕੇ ਨਾ ਉਸ ਮੁੰਡੇ ਨੇ ਇੱਥੇ ਬੁਲਾਉਣੀ ਆ। ਉਰੇ ਬੁਲਾ ਪੁੱਤ, ਜੇ ਅਸੀਂ ਗਰੀਬ ਆਏ ਥੋੜੀ ਆ ਵੀ ਸਾਡੇ ਗਰੀਬੀ ਦਾ ਤੁਸੀਂ ਉਹੀ ਮਜ਼ਾਕ ਉਡਾਈ ਜਾਓ ਯਾਰ। ਚਾਚਾ ਮਜ਼ਾਕ ਨਹੀਂ ਡਾਉਂਦਾ ਮੈਂ ਤਾਂ ਤੇਰੇ, ਕੀ ਆ ਯਾਰ ਇਹ ਮਜ਼ਾਕ, ਭਲੇ ਦੀ ਗੱਲ ਕਰਦਾ ਠੀਕ ਹੈ, ਉਰੇ ਆਊਗਾ ਮੁੰਡਾ ਤੈਨੂੰ ਆਪੇ ਪਤਾ ਲੱਗ ਜਾ। ਇਹ ਗੱਲ ਸੱਚੀ ਆ? ਸੱਚੀ ਆ ਪੁੱਤ? ਬਾਪੂ ਇੱਕ ਮਿੰਟ ਆਪਾਂ ਸਾਰੀ ਗੱਲ ਹੁਣੇ ਕਰਦੇ ਆ ਨਾ। ਤੁਸੀਂ ਚੰਗੇ ਬੰਦੇ ਯਾਰ, ਮੇਰੀ ਧੀ ਦੀਆਂ ਗੱਲਾਂ ਬਣਾਉਂਦੇ ਪਏ ਤਾਂ ਤੁਹਾਨੂੰ ਸੰਗ ਨਹੀਂ ਆਉਂਦੀ ਹੈਗੀ ਯਾਰ। ਹੈਲੋ, ਕੋਈ ਨਾ ਚਾਚਾ ਟਿਕ ਜਾ। ਹੈਲੋ, ਹਾਂ ਹਾਂ ਅਮਨ ਬੋਲੋ। ਉਹ ਮੈਂ ਕਹਿੰਦੀ ਸੀ ਮਾੜਾ ਜਿਹਾ ਜ਼ਰੂਰੀ ਕੰਮ, ਆਪਣੇ ਘਰੇ ਆਇਓ ਇੱਧਰ। ਬਸ ਮੈਂ ਆ ਗਿਆ ਤੁਹਾਡੇ ਵਾਲੀ ਬੀਹੀ 'ਚ, ਪੂਰੀ ਆ ਗਿਆ। ਠੀਕ ਹੈ ਜੀ, ਆ ਜਾਓ ਜਲਦੀ। ਆ ਗਿਆ 5 ਮਿੰਟ। ਕੋਈ ਨਾ, ਹਣਾ ਮੋਟਾ ਬਾਪੂ ਜੀ ਉਹ ਵੀ ਦੁੱਧ ਤੇ ਦੁੱਧ ਤੇ ਪਾਣੀ ਦਾ ਪਾਣੀ ਹੁਣੇ ਹੋ ਜਾਊਗਾ। ਉਹ ਕੋਈ ਨਾ, ਆ ਜਾਣ ਦੇ, ਦੇਖ ਲਾਂਗੇ। ਆਉਣ ਅੱਜ ਕੱਲ ਡੋਲੇ ਕਰਾਉਣਾ ਦਾ ਟਾਈਮ ਪਾਸੇ ਕਰਦਾ ਹਰੇਕ। ਮੇਰੀ ਗੱਲ ਸੁਣ ਲਾ, ਆ ਆਪਦੀ ਕਰਤੂਤ ਨਾ ਖੰਡਾ, ਜਿਹੜਾ ਕੁਛ ਤੁਸੀਂ ਕਰਦੇ ਹੋ ਨਾ ਆ ਕੁੜੀਆਂ ਨਾਲ ਉਹ ਨਹੀਂ ਕਰ ਰਿਹਾ, ਸਮਝ ਗਿਆ ਨਾ? ਤੂੰ ਆਪਦੇ ਆਪ ਨੂੰ ਕੀ ਸਮਝਦਾ ਵੱਡਾ ਬਦਮਾਸ਼, ਸਾਰੇ ਪਿੰਡ 'ਚ ਪਤਾ ਤੇਰਾ ਕੀ ਰੌਲਾ ਚੱਲ ਰਿਹਾ। ਤੂੰ ਕੋਈ ਕੁੜੀ ਛੱਡੀ ਤਾਂ ਹੈ ਨਹੀਂ, ਹਰੇਕ ਕੁੜੀ ਦੀ ਤੂੰ ਜ਼ਿੰਦਗੀ ਬਰਬਾਦ ਕਰਤੀ ਹੈ। ਮਾੜੀ ਮੋਟੀ ਸ਼ਰਮ ਮੰਨ, ਸ਼ਰਮ ਮੰਨ, ਮਾੜੀ ਮੋਟੀ ਆਪਦੇ ਮੰਜੇ ਥੱਲੇ ਸੋਟਾ ਫੇਰ ਲਿਆ ਕਰ ਪਹਿਲਾਂ। ਤੂੰ ਆਪਦੀ ਮੰਜੀ ਥੱਲੇ ਸੋਟਾ ਮਾਰ, ਤੂੰ ਮੇਰੇ ਤੇ ਦੋਸ਼ ਲਾਉਣ ਤੋਂ ਪਹਿਲਾਂ ਸੋਚ ਲੈ। ਤੈਨੂੰ ਯਾਰ ਸੰਗ ਨਹੀਂ ਆਉਂਦੀ, ਦੋਸ਼। ਉਹ ਚਾਚਾ ਹੁਣ ਚੁੱਪ ਦਾ ਕਰਜ਼ਾ ਲਾ ਆ ਗਿਆ। ਚੱਲ ਇੱਥੋਂ ਚੱਕ ਲੋ ਦੁਬਾਰਾ ਸੀਨ, ਆ ਜਾ ਬਸ, ਆ ਜਾ ਆ ਜਾ। ਚਲੋ ਬੋਲੋ, ਮਾੜੀ ਮੋਟੀ ਸ਼ਰਮ ਮੰਨ, ਆਖਰ ਨੂੰ ਤੇਰੇ ਵੀ ਦੋ ਤਿੰਨ ਭੈਣਾਂ ਨੇ। ਉਹ ਚੱਲ ਕੋਈ ਨਾ, ਹੁਣ ਪਤਾ ਲੱਗ ਜੂ। ਹੋਰ ਬਾਪੂ ਜੀ, ਹੋਰ ਕਿੱਗੇ ਠੀਕ ਹੈ ਬਾਈ? ਇਹ ਕੀ ਕਹਿੰਦੇ ਨੇ ਭਾਈ ਤੇਰੇ ਬਾਰੇ, ਆਹ ਫੋਟੋਆਂ ਖਿੱਚੀ ਫਿਰਦੇ ਆ ਤੇਰੀਆਂ ਮੇਰੀ ਕੁੜੀ ਨਾਲ? ਇਹ ਕਹਿੰਦਾ ਐਂ ਵਾਹ ਝਮਕਾ, ਇਹ ਕਹਿੰਦੀ ਮੇਰੇ ਰਾਹ ਇਹ ਰੋਜ਼ ਰੋਕਦਾ ਹੈਗਾ, ਇਹਨੂੰ ਮਾੜੀ ਮੋਟੀ ਸ਼ਰਮ ਆਉਣੀ ਚਾਹੀਦੀ ਹੈ। ਉਹ ਬਾਪੂ ਮੇਰੇ 'ਤੇ ਦੂਸ਼ਣ ਲੱਗ ਜਾਂਦਾ ਚਾਚਾ, ਤੂੰ ਇਹਦਾ ਜਿਹੜੀ ਗੱਲ ਮੈਂ ਦੱਸ ਰਿਹਾ ਉਹ ਤਾਂ ਦੇਖ ਲੈ, ਫੋਟੋ ਵੀਡੀਓ ਦਿਖਾਈ ਹੈ ਤੈਨੂੰ, ਗੱਲਬਾਤ ਹੈਗੀ ਹੈ ਇਹਨਾਂ ਦੀ। ਕੀ ਗੱਲਬਾਤ ਆ ਭਾਈ ਮੈਨੂੰ ਦੱਸੋ ਪੁੱਤ। ਉਹ ਤਾਂ ਜੀ ਅਸੀਂ ਵਿਆਹ ਕਰਾਉਣਾ ਇੱਕ ਦੂਜੇ ਨੂੰ, ਅਸੀਂ ਚਾਹੁੰਦੇ ਹਾਂ ਕਿ ਹੋਰ ਕੋਈ ਗੱਲਬਾਤ ਨਹੀਂ ਹੈਗੀ, ਮੈਂ ਕੋਈ ਇਹਨੂੰ ਵਰਤ ਕੇ ਨਹੀਂ ਛੱਡਦਾ, ਅਸੀਂ ਇੱਕ ਦੂਜੇ ਨਾਲ ਜਨਮ ਮਰਨ ਦੇ ਵਾਅਦੇ ਕੀਤੇ ਨੇ, ਅਸਲ ਵਿੱਚ ਗੱਲ ਤਾਂ ਇਹ ਹੈਗੀ। ਬਾਕੀ ਮੈਂ ਜਿਹੜੀ ਗੱਲ ਕਹਿਤਾ ਉਹਦੇ ਤੇ ਖਰਾ, ਪਹਿਲਾਂ ਵੀ ਸੀ ਅੱਜ ਵੀ ਸੀ ਤੇ ਸਦਾ ਰਹੂੰਗਾ। ਹਾਂ ਬਾਪੂ ਜੀ, ਇੱਕ ਗੱਲ ਦੀ ਮੈਂ ਤੁਹਾਡੇ ਤੋਂ ਹੋਰ ਲੁੱਕ ਰੱਖੀ ਆ, ਜਿਹੜਾ ਉਹ 5000 ਰੁਪਿਆ ਦਿੱਤਾ ਸੀ ਨਾ ਉਹ ਮੇਰੀ ਇਹਨਾਂ ਨੇ ਮਦਦ ਕੀਤੀ ਸੀ। ਤੂੰ ਪੁੱਤ ਇਹਦੇ ਨਾਲ ਖੁਸ਼ ਹੈ ਵਿਆਹ ਕਰਾ ਕੇ? ਹਾਂ ਬਾਪੂ ਜੀ, ਮੈਂ ਕਹੀ ਜਾਂਦੀ ਆ। ਜੇ ਪੁੱਤ ਤੁਸੀਂ ਖੁਸ਼ ਹੋ ਫਿਰ ਮੈਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ। ਮੇਰੀ ਗੱਲ ਸੁਣੋ, ਦੁਨੀਆ ਤੇ ਨਾ ਇਹੋ ਜਿਹੇ ਨੇਕ ਦਿਲ ਇਨਸਾਨ ਕੋਈ ਕੋਈ ਮਿਲਦਾ, ਬਹੁਤ ਸਾਊ ਨੇ ਇਹ, ਤੇ ਤੁਹਾਨੂੰ ਪਤਾ ਹੀ ਅੱਜ ਦੁਨੀਆਦਾਰੀ ਕਿਹੋ ਜੀ ਹੈਗੀ। ਪਤਾ ਹੈ ਪੁੱਤ ਮੈਨੂੰ, ਜਾਣਦਾ ਮੈਂ ਇਹਨਾਂ ਬਾਰੇ ਵੀ ਜਾਣਦਾ, ਇਹਦੇ ਬਾਰੇ ਵੀ ਜਾਣਦਾ, ਇਹਦੇ ਬਾਰੇ ਵੀ ਜਾਣਦਾ ਜਿਹੜਾ ਆ ਕੇ ਦੂਸ਼ਣ ਲਾਉਂਦਾ ਝੂਠੇ। ਅੱਛਾ ਇਹ ਸੀ ਜਿਹੜਾ ਤੂੰ ਅਮਨ ਮੈਨੂੰ ਦੱਸਿਆ ਨਹੀਂ ਸੀ? ਚਲ ਹਾਂਜੀ ਹਾਂਜੀ, ਇਦੋਂ ਬਾਅਦ ਮੈਥੋਂ ਹੱਥ ਚੱਕਿਆ ਜਾਵੇ, ਚੁੱਪ ਚਾਪ ਲੰਘੇ ਆ। ਮੇਰੀ ਧੀ ਹੈ, ਮੈਂ ਜਿੱਥੇ ਮਰਜ਼ੀ ਵਿਆਹ ਕਰਾਂ ਯਾਰ। ਚਲੋ ਛੱਡੋ ਜੀ, ਗਲਾਮੇ ਚ ਹੱਥ ਨਾ ਪਾ। ਨਾ ਨਾ ਤੂੰ ਨਾ,
ਤੂੰ ਨਾ ਪੁੱਤ ਕੁਛ ਕਹਿ ਇਹਨੂੰ, ਗੱਲ ਸੁਣ ਲੈ ਮੇਰੀ, ਅੱਜ ਤਾਂ ਇਹ ਗੱਲ ਕਹਿਤੀ, ਏਦੂ ਬਾਅਦ ਨਾ ਇਹ ਗੱਲ ਕਹਿ ਦੀ, ਮੈਂ ਇਹਨਾਂ ਦਾ ਵਿਆਹ ਕਰੂੰਗਾ ਖੁਸ਼ੀ ਖੁਸ਼ੀ ਨਾਲ। ਜਾ ਜਾ ਹੁਣ ਤੁਰਦਾ ਬਣ, ਇੱਥੇ ਪੈਰ ਨਾ ਪਈ ਸਾਡੇ ਘਰ ਚ। ਚਲੋ ਮੈਂ ਕੋਲੇ ਚੱਲੀਏ। ਚਲੋ ਜੇ ਮੈਥੋਂ ਕੋਈ ਗਲਤੀ ਹੋਈ ਹੋਵੇ ਬਾਪੂ ਜੀ ਮੈਨੂੰ ਮਾਫ਼ ਕਰਿਓ, ਪਰ ਮੈਂ ਇਹਦੇ ਨਾਲ ਸੱਚਾ ਪਿਆਰ ਕੀਤਾ ਸੀ। ਮੈਂ ਇਹਨਾਂ ਵਿਆਹ ਕਰਾਉਣ ਲਈ ਤਿਆਰ ਹਾਂ, ਜੇ ਤੁਸੀਂ ਹੁਣ ਕਹੋਗੇ ਮੈਂ ਅੱਜ ਵੀ ਵਿਆਹ ਕਰਾ ਸਕਦਾ। ਕੋਈ ਨਹੀਂ ਪੁੱਤ, ਜਿੱਥੇ ਤੁਸੀਂ ਖੁਸ਼ ਹੋ। ਤੂੰ ਖੁਸ਼ ਹੈ ਪੁੱਤ ਇਹਦੇ ਨਾਲ ਵਿਆਹ ਕਰਾ ਕੇ? ਬਾਪੂ ਜੀ ਜਿੱਥੇ ਤੁਹਾਡੀ ਖੁਸ਼ੀ ਹੈ ਨਾ ਉੱਥੇ ਮੇਰੀ ਖੁਸ਼ੀ ਆ। ਅਸੀਂ ਤੁਹਾਡੀ ਇੱਛਾ ਤੋਂ ਬਿਨਾਂ ਕੁਛ ਵੀ ਨਹੀਂ ਕਰਦੇ। ਜੇ ਤੁਹਾਨੂੰ ਸਾਡਾ ਰਿਸ਼ਤਾ ਨਹੀਂ ਮਨਜ਼ੂਰ ਅਸੀਂ ਹੁਣ ਵੀ ਅਲੱਗ ਅਲੱਗ ਹੋ ਸਕਦੇ। ਜਿੱਥੇ ਪੁੱਤ ਮੇਰੀ ਧੀ ਖੁਸ਼ ਹੈ ਮੈਨੂੰ ਇਦੋਂ ਵੱਧ ਹੋਰ ਕੋਈ ਖੁਸ਼ੀ ਹੈ। ਮੈਨੂੰ ਪਤਾ ਮੇਰੀ ਧੀ ਕੋਈ ਗਲਤ ਕਦਮ ਨਹੀਂ ਚੱਕਦੀ। ਜੋ ਇਹਨੇ ਦੇਖਿਆ, ਜੋ ਇਹਨੇ ਜ਼ਿੰਦਗੀ ਨਿਭਾਉਣੀ ਹੈ ਇਹਨੂੰ ਪਤਾ ਹੈਗਾ। ਅੱਜ ਤੋਂ ਬਾਅਦ ਤੁਸੀਂ ਇੱਕੋ ਲੈ ਮੇਰੇ ਵੱਲੋਂ, ਤੁਹਾਡਾ ਵਿਆਹ ਅੱਜ ਤੋਂ ਪੱਕਾ। ਤੁਸੀਂ ਆਪਦਾ ਹੱਸਦੇ ਵੱਸਦੇ ਰਹੋ, ਮੌਜਾਂ ਕਰੋ, ਬਸ ਮੇਰਾ ਖਿਆਲ ਰੱਖਿਓ, ਮੇਰੀ ਦਵਾਈ ਬੂਟੀ ਦਾ। ਬਸ ਕੋਈ ਐਂ ਨਾ ਕਹੇ ਬਾਅਦ 'ਚ ਵੀ ਕੁੜੀ ਨਾਲ ਵਿਆਹ ਕਰਵਾ ਕੇ ਬਾਅਦ 'ਚ ਉਹੀ ਗੱਲਾਂ ਹੋ ਜਾਣ, ਉਹ ਗੱਲਾਂ ਨਾ ਹੋਣ। ਨਹੀਂ ਨਹੀਂ ਬਾਪੂ ਜੀ, ਅਸੀਂ ਤੁਹਾਡੀ ਜ਼ਿੰਦਗੀ 'ਤੇ ਕੋਈ ਆਂਚ ਵੀ ਨਹੀਂ ਆਉਣ ਦਿੰਦੇ। 3 ਮਹੀਨੇ ਤੋਂ ਗੱਲਬਾਤ ਹੈ, ਬਸ ਮੈਂ ਤੁਹਾਨੂੰ ਦੱਸ ਨਹੀਂ ਸਕੀ। ਤੁਹਾਨੂੰ ਪਤਾ ਇੱਕ ਧੀ ਆਪਦੇ ਬਾਪ ਨਾਲ ਇਹ ਗੱਲ ਕਰ ਨਹੀਂ ਨਾ ਸਕਦੀ। ਹਾਂ ਪੁੱਤ ਇਹ ਤਾਂ ਹੈ, ਬਾਕੀ ਬਹੁਤ ਵਧੀਆ ਇਨਸਾਨ ਨੇ। ਕੋਈ ਨਹੀਂ ਪੁੱਤ, ਜਿੱਥੇ ਤੂੰ ਖੁਸ਼ ਹੈ ਠੀਕ ਹੈ, ਕੋਈ ਗੱਲ ਨਹੀਂ। ਚਲੋ ਬਾਪੂ ਜੀ ਇੱਦੇ ਤੁਸੀਂ ਕਹੋਗੇ ਅਸੀਂ ਉੱਦੀ ਗੁਰਦੁਆਰੇ ਚਲਾਵਾਂ ਲੈ ਲਾਂਗੇ। ਠੀਕ ਹੈ ਪੁੱਤ। ਹਾਂ ਬਾਕੀ ਤੁਹਾਨੂੰ ਪਤਾ ਹੀ ਆ ਆਪਣੇ ਪਰਿਵਾਰ 'ਚ ਸਭ ਕੁਛ ਹੈਗਾ ਗਾ, ਹੈ ਨਾ, ਕੋਈ ਖਰਚ ਵਰਚ ਕਰਨ ਦੀ ਲੋੜ ਨਹੀਂ। ਲੋੜ ਨਹੀਂ ਪੁੱਤ, ਸਿੱਧਾ ਸਾਦਾ ਵਿਆਹ ਸਾਡੇ ਕੋਲੇ ਹੈ ਹੀ ਨਹੀਂ ਪੁੱਤ ਖਰਚ ਕਰਨ ਨੂੰ, ਤੈਨੂੰ ਪਤਾ ਹੀ ਆ ਸਾਡੇ ਪਰਿਵਾਰ ਦੀ ਸਥਿਤੀ ਦਾ। ਕੋਈ ਗੱਲ ਨਹੀਂ, ਉਹ ਮੈਂ ਸਭ ਕੀ ਖਰਚਾ ਕਰਾਂਗੇ। ਚਲੋ ਠੀਕ ਆ ਬਾਪੂ ਜੀ ਮੈਂ ਚੱਲਦਾ। ਚਾਹ ਪੀ ਕੇ ਜਾਈ ਪੁੱਤ, ਚਾਹ ਬਣਵਾਣਾ? ਨਹੀਂ ਨਹੀਂ ਰਹਿਣ ਦੋ, ਚਾਹ ਨੂੰ ਤੱਕੇ। ਚਲੋ ਚਾਹ ਹੁਣ ਇਕੱਠੀ ਪੀਵਾਂ ਹੀ ਆਪਾਂ। ਚੰਗਾ ਪੁੱਤ, ਸਤਿ ਸ਼੍ਰੀ ਅਕਾਲ। ਚੱਲ ਪੁੱਤ ਕਰ ਲੈ ਕੰਮ। ਠੀਕ ਹੈ ਬਾਪੂ ਜੀ। ਖੁਸ਼ ਤਾਂ ਹੈਗੀ ਆ ਤੂੰ ਬਾਪੂ ਜੀ? ਤੁਸੀਂ ਖੁਸ਼ ਹੋ ਨਾ? ਹਾਂ ਕੋਈ ਨਹੀਂ ਪੁੱਤ ਮੈਂ ਖੁਸ਼ ਹਾਂ। ਜੇ ਮੇਰਾ ਬਾਪੂ ਖੁਸ਼ ਹੈ ਨਾ ਤਾਂ ਉਹਦੀ ਧੀ ਵੀ ਖੁਸ਼ ਹੈ। ਜਿਹਦੀਆਂ ਧੀਆਂ ਖੁਸ਼ ਹੋ ਬਸਣ ਰਸਣ, ਬਾਪੂ ਦਾ ਹੋਰ ਵੀ ਖੁਸ਼ੀ ਹੁੰਦੀ ਹੈ। ਧੀਆਂ ਦਾ ਹੋਰ ਕੋਈ ਦੁੱਖ ਨਹੀਂ ਹੁੰਦਾ, ਉਹਨਾਂ ਨੂੰ ਸਹੁਰੇ ਪਰਿਵਾਰ ਤੋਂ ਦੁੱਖ ਹੁੰਦਾ ਵੀ ਉਹਨੂੰ ਤੰਗ ਨਾ ਕਰਨ। ਤੇਰੀ ਖੁਸ਼ੀ ਜੀ ਮੇਰੀ ਖੁਸ਼ੀ ਹੈ। ਠੀਕ ਹੈ ਬਾਪੂ ਜੀ, ਜਿਉਂਦੀ ਰਹਤੀ ਹੈ। ਠੀਕ ਹੈ ਬਾਪੂ ਜੀ, ਮੈਂ ਚਾਹ ਬਣਾ ਕੇ ਲੈ। ਚੰਗਾ ਪੁੱਤ। ਦੋਸਤੋ ਅੱਜ ਕੱਲ੍ਹ ਦੇ ਕਲਯੁਗੀ ਯੁੱਗ ਵਿੱਚ ਪਿਆਰ ਦੀ ਅਸਲ ਪਰਿਭਾਸ਼ਾ ਸਮਝਣ ਵਾਲੇ ਲੋਕ ਬਹੁਤ ਹੀ ਜ਼ਿਆਦਾ ਘੱਟ ਮਿਲਦੇ ਹਨ। ਜ਼ਿਆਦਾਤਰ ਲੋਕ ਕੁੜੀਆਂ ਨੂੰ ਵਰਤਣ ਲਈ ਉਹਨਾਂ ਨਾਲ ਰਿਲੇਸ਼ਨ ਬਣਾ ਲੈਂਦੇ ਹਨ ਅਤੇ ਕੁਝ ਸਮੇਂ ਵਿੱਚ ਜਦੋਂ ਗੱਲ ਵਿਆਹ ਤੱਕ ਪੁੱਜਦੀ ਹੈ ਤਾਂ ਛੱਡ ਦਿੰਦੇ ਹਨ। ਪਰ ਇਹ ਪਿਆਰ ਨਹੀਂ, ਸਗੋਂ ਇੱਕ ਧੋਖਾ ਹੁੰਦਾ ਹੈ। ਅਸਲ ਪਰਿਭਾਸ਼ਾ ਵਿੱਚ ਪਿਆਰ ਦੋ ਰੂਹਾਂ ਦਾ ਉਹ ਮੋਹ ਮੁਹੱਬਤ ਹੁੰਦਾ ਹੈ ਜੋ ਕਿ ਜਵਾਨੀ ਤੋਂ ਲੈ ਕੇ ਬੁਢਾਪੇ ਤੱਕ ਬਰਕਰਾਰ ਰਹਿੰਦਾ ਹੈ ਅਤੇ ਇੱਕ ਦੂਜੇ ਦਾ ਦੁੱਖ ਸੁੱਖ ਵਿੱਚ ਭਾਗੀ ਹੁੰਦਾ ਹੈ ਅਤੇ ਦੋਵਾਂ ਸਾਥੀਆਂ ਨੂੰ ਇੱਕ ਦੂਜੇ 'ਤੇ ਅਟੁੱਟ ਵਿਸ਼ਵਾਸ ਹੁੰਦਾ ਹੈ ਜਿਵੇਂ ਕਿ ਇਸ ਕਹਾਣੀ ਵਿੱਚ ਹੋਇਆ।